ਸ਼ੁਰੂ ਕਰਨ ਜਾ ਰਹੇ ਹਾਂ ਪ੍ਰਾਈਮ ਟਾਈਮ ਦੇ ਵਿੱਚ। ਇਹ ਹੈਗਾ ਘੱਲੂਘਾਰਾ ਜੂਨ 1984 ਦੀ ਯਾਦ ਦੇ ਵਿੱਚ। ਇਹ ਪ੍ਰੋਗਰਾਮ ਜਿਹੜਾ ਹਰ ਰੋਜ਼ ਜਿਹੜਾ 7 ਵਜੇ ਸ਼ੁਰੂ ਕਰਿਆ ਕਰਾਂਗੇ ਅਤੇ ਜਿੰਨਾ ਵੀ ਸਮਾਂ ਲੱਗ ਜੂਗਾ ਉਨਾ ਲਾਇਆ ਕਰਾਂਗੇ। ਘੰਟਾ ਤਾਂ ਜ਼ਰੂਰੀ ਹੈ ਅਤੇ ਜੇ ਜ਼ਿਆਦਾ ਵੀ ਹੋ ਸਕਿਆ ਤਾਂ ਜ਼ਿਆਦਾ ਵੀ ਲਾਵਾਂਗੇ। ਅਤੇ ਅੱਜ ਇਹ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ, ਉਹ ਯਾਦ ਨੂੰ ਤਾਜ਼ੀ ਕਰਨ ਲਈ ਜਿਹੜੀ ਸਾਡੇ ਨਾਲ 1984 ਦੇ ਵਿੱਚ ਵਾਪਰੀ ਆ। ਅਤੇ ਜਿਨ੍ਹਾਂ ਨੂੰ ਮਤਲਬ ਇਸ ਘੱਲੂਘਾਰੇ ਨੂੰ ਤੀਸਰਾ ਘੱਲੂਘਾਰਾ ਵੀ ਕਿਹਾ ਜਾਂਦਾ, ਸਾਕਾ ਨੀਲਾ ਤਾਰਾ ਵੀ ਕਿਹਾ ਜਾਂਦਾ, ਅੰਗਰੇਜ਼ੀ ਦੇ ਵਿੱਚ ਬਲੂ ਸਟਾਰ ਐਕਸ਼ਨ ਵੀ ਕਹਿ ਦਿੰਦੇ ਆ। ਸੋ ਇਹ ਸਾਰੀਆਂ ਗੱਲਾਂ ਕਿਉਂ ਵਾਪਰੀਆਂ, ਕਿਉਂ ਸਾਡੇ ਨਾਲ ਉਸ ਵੇਲੇ ਹੋਇਆ, ਭਾਰਤ ਦੀ ਉਸ ਵੇਲੇ ਦੀ ਸਰਕਾਰ ਨੇ ਇਹ ਕਿਉਂ ਕੀਤਾ, ਅਤੇ ਅਸੀਂ ਇਹਦੇ ਨਾਲ ਉਸ ਵੇਲੇ ਜੁੜੇ ਹੋਏ ਉਸ ਵੇਲੇ ਦੇ ਜਿਹੜੀਆਂ ਸਾਡੇ ਅੱਜ ਵੀ ਜਿਹੜੇ ਕੁਝ ਸਾਡੇ ਭਰਾ ਸਾਡੇ ਬਜ਼ੁਰਗ ਜਿਹੜੇ ਜੀਂਦੇ ਆ ਉਹ ਉਹਨਾਂ ਤੋਂ ਉਹ ਯਾਦਾਂ ਸਾਂਝੀਆਂ ਕਰਨ ਵਾਸਤੇ ਇਹ ਜਿਹੜਾ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ। ਅਸੀਂ ਇਹਦੇ ਪ੍ਰੋਗਰਾਮ ਦੇ ਵਿੱਚ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਅਤੇ ਹੋਰ ਵੀ ਜਿਹੜਾ ਕੋਈ ਵਿਅਕਤੀ ਜਿਹਦੇ ਕੋਲ ਕੋਈ ਯਾਦ ਹੈਗੀ ਆ 1984 ਦੇ ਘੱਲੂਘਾਰੇ ਦੀ, ਉਹ ਆਪਾਂ ਜ਼ਰੂਰ ਸਾਂਝੀ ਕਰਾਂਗੇ, ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ 'ਤੇ ਦਮਦਮੀ ਟਕਸਾਲ ਨਾਲ ਸੰਬੰਧਿਤ ਬਾਬਾ ਮੁਖਤਿਆਰ ਸਿੰਘ ਜੀ ਮੁਖੀ, ਜਿਨ੍ਹਾਂ ਦਾ ਤਖਲਸ ਹੈ ਮੁਖੀ ਅਤੇ ਇਸ ਕਰਕੇ ਉਹਨਾਂ ਦਾ ਜਿਹੜੇ ਨਾਂ ਦੇ ਨਾਲ ਮੁਖੀ ਵੀ ਲਿਖਦੇ ਹਨ। ਸੋ ਅਸੀਂ ਸਭ ਤੋਂ ਪਹਿਲਾਂ ਜੀ ਆਇਆਂ ਕਹਿੰਦੇ ਹਾਂ, ਅਮਰੀਕਾ ਦੇ ਵਿੱਚ ਇਸ ਵੇਲੇ ਸਾਡੇ ਨਾਲ ਲਾਈਨ 'ਤੇ ਜੁੜੇ ਹੋਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬਾਬਾ ਜੀ, ਅੱਜ ਜਿਹੜਾ ਅਸੀਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ, ਕਿਉਂਕਿ ਤੁਸੀਂ ਉਸ ਵੇਲੇ ਜਦੋਂ ਘੱਲੂਘਾਰਾ 1984 ਵਾਪਰਿਆ ਉਦੋਂ ਤੁਸੀਂ ਨਾਲ ਸੀਗੇ, ਤੇ ਸੋ ਇਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਪਹਿਲਾਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ ਕਿ ਤੁਸੀਂ ਦਮਦਮੀ ਟਕਸਾਲ ਦੇ ਨਾਲ ਕਿਵੇਂ ਜੁੜੇ, ਤੇ ਉਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਦੇ। ਸਭ ਤੋਂ ਪਹਿਲਾਂ ਆਪ ਜੀ ਦਾ ਵੀ, ਆਪ ਦੀ ਸਮੁੱਚੀ ਟੀਮ ਦਾ ਅਤੇ ਸਮੁੱਚੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਦਾ ਨਾਂ ਭਾਈ ਮੁਖਤਿਆਰ ਸਿੰਘ ਹੈ ਜੀ, ਤੇ ਮੈਂ ਦਮਦਮੀ ਟਕਸਾਲ ਦੇ ਵਿੱਚ ਜਿਹੜੇ ਸਾਡੇ ਉਸਤਾਦ ਸੀ, ਉਸਤਾਦ ਜੀ ਸਨ ਰਾਗੀ ਜਸਵੰਤ ਸਿੰਘ ਜੀ ਪੁਲਾ ਸੰਗੀਤਚਾਰੀਆ, ਉਹਨਾਂ ਦੇ ਥਰੂ ਦਮਦਮੀ ਟਕਸਾਲ ਵਿੱਚ 1975 ਵਿੱਚ ਗਿਆ ਸੀਗਾ ਜੀ। ਅੱਛਾ ਜੀ। ਤੇ ਉਸ ਵੇਲੇ ਕਿਉਂਕਿ ਪਹਿਲਾਂ ਮੈਂ ਉਹਨਾਂ ਕੋਲ ਮੁੱਲਾਂਪੁਰ ਦਾਖੇ, ਜੋ ਲੁਧਿਆਣੇ ਜ਼ਿਲ੍ਹੇ ਦਾ ਇੱਕ ਕਸਬਾ ਹੈ, ਉੱਥੇ ਰਹਿ ਕੇ ਉਹਨਾਂ ਦੀ ਅਕੈਡਮੀ ਵਿੱਚ ਸੰਗੀਤ ਸਿੱਖਦਾ ਰਿਹਾ। ਫਿਰ ਮਸਤੂਣਾ ਸਾਹਿਬ ਗੁਰਦੁਆਰਾ ਅੰਗੀਠਾ ਸਾਹਿਬ ਜੋ ਵਿਦਿਆਲਾ ਚੱਲਦਾ ਸੀ, ਉਹਨਾਂ ਦੀ ਰਹਿਨੁਮਾਈ ਵਿੱਚ ਹੀ ਉੱਥੇ ਉਹਨਾਂ ਕੋਲ ਸੰਗੀਤ ਸਿੱਖਦਾ ਰਿਹਾ। ਫਿਰ 1975 ਵਿੱਚ ਉਹ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਜੋ ਦਮਦਮੀ ਟਕਸਾਲ ਦੇ 13ਵੇਂ ਜਥੇਦਾਰ ਸਨ, ਉਹਨਾਂ ਦੀ ਅਗਵਾਈ ਵਿੱਚ ਜੋ ਉੱਥੇ ਸੰਗੀਤ ਵਿਦਿਆਲਾ ਸ਼ੁਰੂ ਹੋਇਆ ਸੀਗਾ, ਉਹਦੇ ਪ੍ਰਿੰਸੀਪਲ ਨਿਯੁਕਤ ਕੀਤੇ ਗਏ ਰਾਗੀ ਜਸਵੰਤ ਸਿੰਘ ਜੀ ਕੁਲਾਰ, ਉਹਨਾਂ ਦੇ ਫਿਰ ਅਸੀਂ ਕੁਝ ਵਿਦਿਆਰਥੀ ਮਹਿਤੇ ਚਲੇ ਗਏ ਸੀਗੇ ਜੀ। ਠੀਕ ਹੈ। ਅਤੇ ਜਦੋਂ ਤੁਸੀਂ ਮਹਿਤੇ ਚਲੇ ਗਏ, ਜਦੋਂ ਤੁਸੀਂ ਕਹਿੰਦੇ ਵੀ 1975 ਤੋਂ ਤੁਸੀਂ ਨਾਲ ਜੁੜੇ ਹੋਏ ਆ, ਅਤੇ 1978 ਦਾ ਸਾਕਾ ਵੀ ਤੁਹਾਨੂੰ ਯਾਦ ਹੋਵੇਗਾ, ਅਤੇ ਜਿਹੜਾ 1984 ਦਾ ਉਹਦੀ ਵੀ ਆਪਾਂ ਗੱਲ ਕਰਾਂਗੇ, ਅਤੇ ਜਿਹੜਾ ਅੱਜ ਕਿਉਂਕਿ ਆਪਾਂ ਵਿਸ਼ੇਸ਼ ਪ੍ਰੋਗਰਾਮ 1984 ਦੇ ਘੱਲੂਘਾਰੇ ਨਾਲ ਸੰਬੰਧਿਤ ਰੱਖਿਆ ਆ, ਅਤੇ ਤੁਸੀਂ ਉਸ ਵੇਲੇ ਫਿਰ ਉਹ ਤੋਂ ਬਾਅਦ ਸੰਤਾਂ ਦੇ ਨਾਲ ਰਹੇ, ਜਦੋਂ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੀ ਨਾਲ ਰਹੇ ਹੋ ਜੀ। ਬਿਲਕੁਲ ਜੀ, ਦਾਸ 1975 ਤੋਂ ਲੈ ਕੇ 1984 ਤੱਕ ਦਮਦਮੀ ਟਕਸਾਲ ਦੇ ਵਿੱਚ ਹੀ ਰਹਿ ਕੇ ਆਪਣਾ ਜੋ ਸੇਵਾ ਜਿੰਨੀ ਕੁ ਮਿਲਦੀ ਸੀ ਉਹ ਸੇਵਾ ਨਿਭਾਉਂਦਾ ਰਿਹਾ ਅਤੇ ਵਿੱਦਿਆ ਪ੍ਰਾਪਤ ਕਰਦਾ ਰਿਹਾ ਜੀ। ਅਤੇ ਜਿਸ ਵੇਲੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦਾ 3 ਅਗਸਤ 1977 ਨੂੰ ਲਾਡੋਵਾਲ ਦੇ ਨੇੜੇ ਲੁਧਿਆਣੇ ਨੂੰ ਜਦੋਂ ਆਪਾਂ ਉਸ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਸੀਗਾ, ਉਦੋਂ ਵੀ ਦਾਸ ਮਹਾਂਪੁਰਖਾਂ ਦੇ ਨਾਲ ਸੀਗਾ ਜੀ, ਬਾਕੀ ਸਿੰਘ ਸਮੇਤ। ਅਤੇ ਫਿਰ ਉਸ ਤੋਂ ਬਾਅਦ 16 ਅਗਸਤ 1978 ਨੂੰ ਜਦੋਂ ਸੰਤਾਂ ਨੇ ਆਪਣਾ ਸੱਚਖੰਡ ਜਾਣਾ ਕੀਤਾ ਹੈ, ਅਤੇ ਉਸ ਵੇਲੇ ਮਹਾਂਪੁਰਖਾਂ ਦੀ ਜੋ ਅਗਲੀ ਜਿਹੜੀ ਸੀਗੀ ਚੋਣ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਕੀਤੀ ਗਈ, ਉਸ ਵੇਲੇ ਵੀ ਦਾਸ ਉੱਥੇ ਹਾਜ਼ਰ ਸੀਗਾ ਜੀ। ਅੱਛਾ ਜੀ। ਕਿਉਂਕਿ ਦਾਸ ਦੀ ਡਿਊਟੀ ਵਿਸ਼ੇਸ਼ ਤੌਰ 'ਤੇ ਰਾਗੀ ਸਿੰਘਾਂ ਦੇ ਨਾਲ ਸੀਗੀ, ਜੋ
ਮਹਾਂਪੁਰਖਾਂ ਦਾ ਅਤੇ ਰਾਗੀ ਸਿੰਘਾਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਤਾਲਮੇਲ ਹੁੰਦਾ ਹੈ, ਕਿਉਂਕਿ ਪਹਿਲਾਂ ਰਾਗੀ ਸਿੰਘਾਂ ਨੇ ਕੀਰਤਨ ਕਰਨਾ ਹੁੰਦਾ ਹੈ, ਫਿਰ ਉਸ ਤੋਂ ਬਾਅਦ ਮਹਾਂਪੁਰਖ ਜੋ ਹਨ ਟਕਸਾਲ ਦੇ ਮੁਖੀ ਉਹ ਕਥਾ ਕਰਿਆ ਕਰਦੇ ਸਨ। ਹਾਂਜੀ, ਅਤੇ ਅਸੀਂ ਬਾਬਾ ਜੀ ਥੋੜ੍ਹਾ ਜਾਣਨਾ ਚਾਹਵਾਂਗੇ, ਜਦੋਂ 1978 ਦਾ ਸਾਕਾ ਵਾਪਰਿਆ ਸੰਤ ਜਰਨੈਲ ਸਿੰਘ, ਜਿੱਦਾਂ ਤੁਸੀਂ ਦੱਸਿਆ ਕਿ 13ਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਦਮਦਮੀ ਟਕਸਾਲ ਦੇ ਉਹ ਮਤਲਬ ਸੱਚਖੰਡ ਪਿਆਨਾ ਕਰ ਗਿਆ ਸੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਦਸਤਾਰਬੰਦੀ ਹੋਈ, ਉਹਨਾਂ ਨੂੰ ਮੁਖੀ ਚੁਣਿਆ ਗਿਆ ਦਮਦਮੀ ਟਕਸਾਲ ਦਾ, ਉਹ ਤੋਂ ਬਾਅਦ ਫਿਰ ਉਹਨਾਂ ਨੇ ਕਿੱਦਾਂ ਦੀਆਂ ਕਾਰਵਾਈਆਂ ਸ਼ੁਰੂ ਕੀਤੀਆਂ, ਧਰਮ ਪ੍ਰਚਾਰ ਤੋਂ ਬਗੈਰ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਕਰਕੇ ਜਿਹੜਾ ਮੋਰਚਾ ਕਿਉਂ ਲਾਉਣਾ ਪਿਆ ਦਰਬਾਰ ਸਾਹਿਬ ਜਾ ਕੇ, ਜਿਹੜਾ ਜਿਹਨੂੰ ਆਪਾਂ ਧਰਮ ਯੁੱਧ ਮੋਰਚਾ ਕਹਿੰਦੇ ਹਾਂ? ਬੇਨਤੀ ਇਸ ਤਰ੍ਹਾਂ ਵੀ ਉਸ ਵੇਲੇ ਸਨ, ਮਤਲਬ ਕਿ 1977 ਵਿੱਚ ਜਦੋਂ ਸੰਤਾਂ ਦੀ ਦਸਤਾਰਬੰਦੀ ਹੋਈ, ਉਸ ਤੋਂ ਬਾਅਦ ਬਿਲਕੁਲ ਉਸੇ ਤਰ੍ਹਾਂ ਜੋ ਦਮਦਮੀ ਟਕਸਾਲ ਦਾ ਮੇਨ ਕਾਰਜ ਹੈ, ਹਾਂਜੀ, ਪੜ੍ਹਨੀ ਪੜ੍ਹਾਉਣੀ, ਅੰਮ੍ਰਿਤ ਸੰਚਾਰ ਕਰਨਾ, ਸੰਗਤਾਂ ਨੂੰ ਨਸ਼ਿਆਂ ਤੇਜ ਕਰਕੇ ਗੁਰਬਾਣੀ ਨਾਲ ਜੋੜਨਾ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਕਸਬਿਆਂ ਵਿੱਚ ਅਤੇ ਵੱਖੋ ਵੱਖਰੀਆਂ ਸਟੇਟਾਂ ਵਿੱਚ, ਜੋ ਸਟੇਟਾਂ ਨੇ ਉਹਨਾਂ ਵਿੱਚ ਜਾ ਕੇ ਪ੍ਰਚਾਰ ਕਰਨਾ, ਉਹ ਲਗਾਤਾਰ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਤਕਰੀਬਨ ਕੋਈ 250-300 ਸਿੰਘ ਜੋ ਹਰ ਵੇਲੇ ਨਾਲ ਹੁੰਦਾ ਸੀਗਾ, ਜੋ ਪ੍ਰਾਤਨ ਸੰਤ ਬਾਬਾ ਕਰਤਾਰ ਸਿੰਘ ਜੀ ਵੇਲੇ ਤੋਂ, ਉਸ ਤੋਂ ਪਹਿਲਾਂ ਵੀ ਸੰਤ ਬਾਬਾ ਗੁਰਬਚਨ ਸਿੰਘ ਜੀ ਵੇਲੇ ਤੋਂ ਜੋ ਸੰਗਤਾਂ ਦੇ ਵਿੱਚ ਵਿਚਰ ਕੇ ਪ੍ਰਚਾਰ ਕਰਦੇ ਸੀਗੇ, ਇਸੇ ਤਰ੍ਹਾਂ ਜੋ ਦਮਦਮੀ ਟਕਸਾਲ ਦੇ ਇਹ 14ਵੇਂ ਮੁਖੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਵੀ ਉਸੇ ਪਰੰਪਰਾ ਨੂੰ ਲੈ ਕੇ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਕਸਬਿਆਂ ਵਿੱਚ ਕਿਤੇ 2 ਦਿਨਾਂ ਦਾ, ਕਿਤੇ 5 ਦਿਨਾਂ ਦਾ, ਕਿਤੇ 7 ਦਿਨਾਂ ਦਾ, ਕਿਤੇ 15 ਦਿਨਾਂ ਦਾ ਜੋ ਪ੍ਰੋਗਰਾਮ ਬਣਦਾ ਸੀਗਾ, ਉੱਥੇ ਟਕਸਾਲ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਨਾਲੇ ਧਰਮ ਪ੍ਰਚਾਰ ਕਰਦੇ ਸੀਗੇ ਅਤੇ ਨਾਲੇ ਗੁਰਮਤ ਸਿੱਖ ਸੰਗਤਾਂ ਦੇ ਨਾਲ ਜੋ ਸਾਂਝਾ ਕਰਕੇ ਅਤੇ ਗੁਰਮਤ ਦਾ ਉਹਨਾਂ ਨੂੰ ਧਾਰਨੀ ਕਰਵਾਉਂਦੇ ਸੀ। ਇਹ ਤਕਰੀਬਨ ਜੋ 1925 ਤੋਂ ਬਾਅਦ ਮਹਾਂਪੁਰਖਾਂ ਨੇ ਇਹ ਸਾਰਾ ਪ੍ਰੋਗਰਾਮ ਉਸੇ ਤਰ੍ਹਾਂ ਸ਼ੁਰੂ ਕਰ ਲਿਆ ਸੀਗਾ। ਜਦੋਂ ਹਰ ਸਾਲ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਦਾ ਸੀਗਾ, ਵਿਸ਼ੇਸ਼ ਤੌਰ 'ਤੇ ਵਿਸਾਖੀ ਵਾਲੇ ਸਮੇਂ 'ਤੇ, ਤਾਂ ਉਸੇ 1978 ਦੇ ਵਿੱਚ ਵੀ ਜਥਾ ਉੱਥੇ ਪਹੁੰਚਿਆ ਸੀਗਾ ਸ੍ਰੀ ਹਰਿਮੰਦਰ ਸਾਹਿਬ ਵਿਖੇ। ਤਾਂ ਉਸ ਵੇਲੇ ਜਿਹੜੀ ਪੋਲੀਟੀਕਲ ਸਰਕਾਰ ਸੀਗੀ, ਸਰਦਾਰ ਪ੍ਰਕਾਸ਼ ਉਹਨਾਂ ਦੀ ਸਰਕਾਰ ਸੀਗੀ, ਅਤੇ ਉਸ ਵੇਲੇ ਇਹ ਜਿਹੜਾ ਨਿਰੰਕਾਰੀ, ਜਿਹੜੇ ਜਿਹਨਾਂ ਨੂੰ ਸਿੰਘ ਨਰਕਧਾਰੀ ਕਹਿੰਦੇ ਨੇ, ਹਾਂਜੀ, ਬਚਨ ਸਿੰਘ ਆਪਣੀ ਘਰਵਾਲੀ ਦੇ ਨਾਲ ਅਤੇ ਆਪਣੇ ਚੇਲੇ ਚਾਟੜਿਆਂ ਦੇ ਨਾਲ ਇਹ ਅੰਮ੍ਰਿਤਸਰ ਸਾਹਿਬ ਪਹੁੰਚਿਆ ਸੀਗਾ, ਜਿਹਨੇ ਐਲਾਨ ਕੀਤਾ ਸੀਗਾ ਕਿ 5 ਸਿਤਾਰੇ ਵਾਹਿਗੁਰੂ, ਜਿਹੜੇ 5 ਪਿਆਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਵਿਸਾਖੀ ਵਾਲੇ ਦਿਨ ਜੋ ਆਪ ਉਹਨਾਂ ਨੇ ਸਾਜੇ, ਅਤੇ ਅਸੀਂ ਹੁਣ 7 ਸਿਤਾਰੇ ਇੱਥੇ ਸਾਜਾਂਗੇ। ਅੱਛਾ ਜੀ। ਸਾਰੇ ਬਣਾਏ ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਾਫ਼ੀ ਜਿਹੜੀ ਨਰਾਦਰੀ ਵੀ ਕੀਤੀ, ਉਹਨਾਂ ਨੇ ਪੋਥੀ ਥੱਲੇ ਪ੍ਰਕਾਸ਼ ਕਰਕੇ ਆਪ ਉੱਪਰ ਬੈਠਾ। ਇਹ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਮਹਾਂਪੁਰਖਾਂ ਕੋਲ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਮੰਜੀ ਸਾਹਿਬ ਹਾਲ ਵਿੱਚ ਸੀਗੇ, ਉਹਨਾਂ ਕੋਲ ਜਥੇ ਸਮੇਤ ਜਿਹੜੇ ਸਿੰਘ ਉੱਥੇ ਪ੍ਰਚਾਰ ਤੌਰ 'ਤੇ ਮਹਾਂਪੁਰਖ ਕਰ ਰਹੇ ਸੀ, ਤਾਂ ਕਿਸੇ ਸਿੰਘ ਨੇ ਆ ਕੇ ਸਾਰੀ ਦਰਦ ਭਰੀ ਕਹਾਣੀ ਦੱਸੀ ਸੀਗੀ। ਹਾਂਜੀ। ਤਾਂ ਉਸ ਵੇਲੇ ਸਿੰਘਾਂ ਨੇ ਜਿਹੜੇ ਸਰਕਾਰ ਦੇ ਮਿਨਿਸਟਰ ਸੀਗੇ ਸਰਦਾਰ ਜੀਵਨ ਸਿੰਘ ਉਮਰਾਨਗਲ, ਉਸ ਵੇਲੇ ਮਾਲ ਮੰਤਰੀ ਸੀ ਉਹ ਉੱਥੇ ਸੀਗੇ ਆਪ, ਤਾਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਸ ਗੱਲ 'ਤੇ ਥੋੜ੍ਹਾ ਜਿਹਾ ਧਿਆਨ ਦਿਓ ਵੀ ਇਹ ਗੁਰੂ ਸਾਹਿਬ ਜੀ ਦੀ ਨਗਰੀ ਵਿੱਚ ਇਹ ਨਰਕਧਾਰੀਆਂ ਅੱਗੇ ਵੀ ਇਹਨਾਂ ਨੇ ਕਈ ਵਾਰੀ ਹਮਲੇ ਕੀਤੇ, ਪਰ ਅੱਜ ਤਾਂ ਸ਼ਰੇਆਮ ਹੀ ਉਹ ਇੱਕ ਜਲੂਸ ਦੀ ਸ਼ਕਲ ਵਿੱਚ ਜੋ ਆਪਣੀ ਘਰਵਾਲੀ ਨੂੰ ਨਾਲ ਬਿਠਾ ਕੇ ਨਰਾਦਰੀ ਭਰੇ ਬਚਨ ਕਹਿ ਰਿਹਾ ਅਤੇ ਕਰ ਰਹੇ ਨੇ ਉਹਦੇ ਨਾਲ ਦੇ ਸਾਰੇ, ਅਤੇ ਤੁਸੀਂ ਇਹਦੇ 'ਤੇ ਪਾਬੰਦੀ ਲਾਓ ਅਤੇ ਇਸ ਨੂੰ ਰੋਕੋ। ਹਾਂਜੀ। ਤਾਂ ਜੀਵਨ ਸਿੰਘ ਉਮਰਾਨਿੰਗਲ ਜੀ ਨੇ ਉਸ ਵੇਲੇ ਕਿਹਾ ਕਿ ਸੰਤ ਜੀ ਉਹਨਾਂ ਨੇ ਆਗਿਆ ਲਈ ਹੋਈ ਹੈ, ਮੈਂ ਉਹਨਾਂ ਨੂੰ ਨਹੀਂ ਰੋਕ ਸਕਦਾ, ਮੇਰਾ ਇਹ ਕੰਮ ਨਹੀਂ, ਮੈਂ ਤਾਂ ਇੱਕ ਮਾਲ ਮੰਤਰੀ ਹਾਂ, ਮੇਰੇ ਕੋਲੋਂ ਕੋਈ ਤੁਸੀਂ ਤਹਿਸੀਲਦਾਰ, ਕਾਨੂੰਗ, ਪਟਵਾਰੀ ਕੋਈ ਉਹਦਾ ਕੰਮ ਕਰਵਾਉਣਾ ਮੈਂ ਕਰ ਸਕਦਾ, ਇਸ ਵਿਸ਼ੇ 'ਤੇ ਮੈਂ ਨਹੀਂ ਕਹਿ ਸਕਦਾ ਕੁਛ ਵੀ। ਤਾਂ ਉਸ ਨਾਰਾਜ਼ਗੀ ਨਾਲ ਉੱਥੋਂ ਉੱਠ ਕੇ ਜਦੋਂ ਫਿਰ ਕੁਛ ਸਿੰਘਾਂ ਨੇ ਵੀ ਸੰਗਤ ਵੀ ਕਾਫ਼ੀ ਨਾਲ ਉੱਠ ਖੜੀ, ਅਤੇ ਜਦੋਂ ਉਹ ਜਾ ਰਹੇ ਸੀ ਤਾਂ ਉਮਰਾਨਿੰਗਲ ਉਸ ਵੇਲੇ ਸਪੀਕਰ 'ਚ ਬੋਲ ਰਿਹਾ ਸੀ, ਉਹਨੇ ਇਹ ਗੱਲ ਵੀ ਕਹੀ ਕਿ ਸੰਗਤ ਜੀ ਤੁਸੀਂ ਬੈਠੋ, ਇਹ ਕਰਦੇ ਨੇ ਉਹ ਵੀ ਇੱਕ ਸੰਤ ਹੈ, ਭਾਵ ਉਹਨੂੰ ਇਹ ਨਰਕਧਾਰੀਆਂ ਨੂੰ ਸੰਤ ਕਹਿ ਰਿਹਾ ਸੀ ਵੀ ਇਹ ਵੀ ਇਹ ਆਪਸ ਵਿੱਚ ਈਰਖਾ ਕਰ ਰਹੇ ਨੇ, ਅਤੇ ਪਰ ਲੇਕਿਨ ਸੰਗਤ ਇਹਨਾਂ ਦੀ ਨਹੀਂ ਸੁਣੀ। ਤਾਂ ਉਸ ਵੇਲੇ ਕਾਫ਼ੀ ਸੰਗਤ ਗਿਣਤੀ ਵਿੱਚ ਉੱਠ ਕੇ ਸੰਤਾਂ ਦੇ ਨਾਲ ਆ ਗਈ ਅਤੇ ਗੁਰੂ ਰਾਮਦਾਸ ਸਰਾਂ ਦੇ ਵਿੱਚ ਆ ਗਏ ਸੀਗੇ। ਹਾਂਜੀ।
ਉੱਥੇ ਆ ਕੇ ਫਿਰ ਜਦੋਂ ਸਾਰੇ ਸਿੰਘਾਂ ਦੇ ਨਾਲ ਆਪਸ ਵਿੱਚ ਹੀ, ਕਿਉਂਕਿ ਦਲਵੀਂ ਟਕਸਾਲ ਦੇ ਨਾਲ ਜਿਹੜੇ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਹੋਣਹਾਰ ਸਪੁੱਤਰ ਭਾਈ ਅਮਰੀਕ ਸਿੰਘ ਜੀ, ਜਿਹੜੇ ਬਾਅਦ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਬਣੇ ਤੇ ਜਿਨ੍ਹਾਂ ਦੀ ਸ਼ਹਾਦਤ ਵੀ 84 ਵੇਲੇ ਹੋਈ, ਉਹ ਵੀ ਉਹ ਨਾਲ ਸੀ। ਤੇ ਭਾਈ ਰਸ਼ਪਾਲ ਸਿੰਘ ਜੀ ਜਿਹੜੇ ਸੰਤਾਂ ਦੇ ਪੀਏ ਸਨ, ਸੰਤ ਬਾਬਾ ਕਰਤਾਰ ਸਿੰਘ ਜੀ ਦੇ, ਉਹ ਵੀ ਇਸੇ ਤਰ੍ਹਾਂ ਜਿੱਥੇ ਸੰਗਤ ਵਿੱਚ ਸੀ। ਭਾਈ ਗੁਰਮੁਖ ਸਿੰਘ ਜੀ ਗੜਬਈ ਜਿਹੜੇ ਜ਼ਿੰਮੇਵਾਰ ਵਿਅਕਤੀ ਸੀ, ਭਾਈ ਰਣਵੀਰ ਸਿੰਘ ਜੀ ਫੌਜੀ ਜਿਹੜੇ ਮਹਿਤੇ ਦੇ ਜਥੇਦਾਰ ਸੀ, ਉਹ ਵੀ ਉੱਥੇ ਆਏ ਹੋਏ ਸੀ ਉਹਨਾਂ ਉਸ ਸਮੇਂ ਦੇ ਵਿੱਚ। ਹਾਂਜੀ, ਸਿੰਘਾਂ ਦੇ ਨਾਲ ਮਹਾਂਪੁਰਖਾਂ ਨੇ ਜਦੋਂ ਵਿਚਾਰ ਕੀਤੀ ਕਿ ਆਪਾਂ ਨੂੰ ਪ੍ਰੋਟੈਸਟ ਕਰਨਾ ਚਾਹੀਦਾ ਹੈ, ਇਹ ਜਿਹੜਾ ਨਰਕਧਾਰੀ ਆ ਕੰਮ ਕਰ ਰਿਹਾ ਇਹਨੂੰ ਰੋਕਣਾ ਚਾਹੀਦਾ, ਤੇ ਕੁਝ ਰਾਇ ਦਿੱਤੀ ਕਿ ਆਪਾਂ ਨੂੰ ਜੀ ਜਿਹੜਾ ਬਾਕੀ ਸਿੰਘਾਂ ਨੂੰ ਵੀ ਸੱਦਣਾ ਚਾਹੀਦਾ, ਖਾਸ ਕਰਕੇ ਅਖੰਡ ਕੀਰਤਨੀ ਜਥੇ ਦੇ ਜਿਹੜੇ ਸਿੰਘ ਸੀ, ਕਿਉਂਕਿ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਨਾਲ ਬਹੁਤ ਵੱਡਾ ਪ੍ਰੇਮ ਸੀ ਇਸ ਸੰਪਰਦਾ ਦਾ ਵੀ, ਕਿਉਂਕਿ ਹਰ ਸਾਲ ਸੰਤਾਂ ਦੀ ਬਰਸੀ ਤੇ ਰਹਿਣ ਸਵਾਈ ਦੀ ਕੀਰਤਨ ਹੋਇਆ ਕਰਦਾ ਸੀਗਾ। ਤੇ ਫੌਜਾ ਸਿੰਘ ਦੇ ਨਾਲ ਵੀ ਇਹਨਾਂ ਨੇ ਟੱਕਰ ਲਈ ਸੀ ਨਰਕਧਾਰੀਆਂ ਨੇ ਕੁਝ ਸਮਾਂ ਪਹਿਲਾਂ, ਤਾਂ ਉਹ ਗੱਲ ਸੰਤਾਂ ਨੂੰ ਮਹਾਂਪੁਰਖਾਂ ਨੂੰ ਕੁਝ ਸਿੰਘਾਂ ਨੇ ਕਿਹਾ, ਤਾਂ ਉਸ ਵੇਲੇ ਟਕਸਾਲ ਦੇ ਵਿੱਚ ਇੱਕ ਸਿੰਘ ਹੁੰਦਾ ਸੀ ਭਾਈ ਜਲੇਬਾ ਸਿੰਘ, ਉਹਦਾ ਪਿਤਾ ਸੀਗਾ, ਉਹਦਾ ਨਾਮ ਪਿੱਤਰ ਗਿਆ, ਤੇ ਉਹਨੂੰ ਫਿਰ ਭੇਜਿਆ ਨਗਰ ਦੇ ਵਿੱਚ ਜਿੱਥੇ ਅਖੰਡ ਕੀਰਤਨੀ ਜਥੇ ਦੇ ਸਿੰਘ ਇਕੱਠੇ ਹੋ ਕੇ ਵਿਸਾਖੀ ਵਾਲੇ ਦਿਨ ਪ੍ਰੋਗਰਾਮ ਗੁਰੂ ਕੇ ਸ਼ਬਦ ਕੀਰਤਨ ਦਾ ਕਰ ਰਹੇ ਸੀਗੇ। ਹਾਂਜੀ, ਤੇ ਉਹਨਾਂ ਨੂੰ ਜਾ ਕੇ ਉੱਥੇ ਜਦੋਂ ਬੇਨਤੀ ਕੀਤੀ ਸਿੰਘ ਨੇ ਕਿ ਇਸ ਤਰ੍ਹਾਂ ਸੰਤ ਮਹਾਂਪੁਰਖ ਤੁਹਾਨੂੰ ਯਾਦ ਕਰ ਰਹੇ ਨੇ, ਤਾਂ ਸਾਰੇ ਸਿੰਘ ਸਮਾਪਤੀ ਕਰਕੇ ਆਪਣਾ ਸਰਾਂ ਦੇ ਵਿੱਚ ਆ ਗਏ। ਅਖੀਰ ਮਹਾਂਪੁਰਖ ਇਸ ਗੱਲ ਤੇ ਬਜਿੱਦ ਸੀਗੇ ਕਿ ਮੈਂ ਜ਼ਰੂਰ ਜਾਣਾ ਇਸ ਪ੍ਰੋਟੈਸਟ ਦੇ ਵਾਸਤੇ, ਤੇ ਭਾਈ ਅਮਰੀਕ ਸਿੰਘ ਜੀ ਨੂੰ ਵੀ ਉਹ ਵੀ ਕਹਿੰਦੇ ਵੀ ਅਸੀਂ ਜਾਣਾ, ਪਰ ਲੇਕਿਨ ਜਿਹੜੇ ਸਿਆਣੇ ਸਿੰਘ ਸੀ ਸਾਰਿਆਂ ਨੇ ਵਿਚਾਰ ਕੀਤਾ ਕਿ ਜਾਸਾ ਦੇ ਕਿਤੇ ਰਹੋ, ਅਸੀਂ ਜਾਵਾਂਗੇ। ਫਿਰ ਫੈਸਲਾ ਇਹ ਹੋਇਆ ਕਿ ਦਮਦਮੀ ਟਕਸਾਲ ਦਾ ਜਥੇਦਾਰ ਚੁਣਿਆ ਗਿਆ ਭਾਈ ਰਣਵੀਰ ਸਿੰਘ ਫੌਜੀ, ਹਾਂਜੀ, ਤੇ ਅਖੰਡ ਕੀਰਤਨੀ ਜਥੇਦਾਰ ਸਿੰਘ ਚੁਣਿਆ ਗਿਆ ਜਥੇਦਾਰ ਭਾਈ ਫੌਜਾ ਸਿੰਘ। ਭਾਈ ਫੌਜੀ ਤੇ ਭਾਈ ਫੌਜਾ ਸਿੰਘ ਦੀ ਅਗਵਾਈ ਹੇਠ ਤਕਰੀਬਨ ਕੋਈ 250-300 ਸਿੰਘ ਜਿਹੜੇ ਵਿੱਚ ਬੱਚੇ ਸੀਗੇ, ਅਸੀਂ ਵੀ ਨਾਲ ਸੀਗੇ, ਛੋਟੇ ਬੱਚੇ ਸੀਗੇ ਉਸ ਵੇਲੇ, ਤੇ ਕੁਝ ਬੀਬੀਆਂ ਜਿਹੜੇ ਕੁਝ ਨੰਗੇ ਪੈਰ ਵੀ ਸਨ, ਜਿਨ੍ਹਾਂ ਦੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਉਹਨਾਂ ਨੂੰ ਪ੍ਰੋਟੈਸਟ ਕਰਨ ਵਾਸਤੇ, ਰੋਕਣ ਵਾਸਤੇ ਕਿ ਸਾਡੇ ਗੁਰੂਆਂ ਦੀ ਨਿੰਦਿਆ ਜਾਂ ਅਪਸ਼ਬਦ ਨਾ ਬੋਲੋ, ਇਹ ਕਹਿਣ ਵਾਸਤੇ ਗੁਰੂ ਰਾਮਦਾਸ ਸਰਾਂ ਤੋਂ ਚਾਲੇ ਪਾਏ। ਤੇ ਫਿਰ ਉਹ ਜਿੱਥੇ ਉਹਨਾਂ ਦਾ ਪੰਡਾਲ ਸੀ 20 ਬਲਾਕ ਦੇ ਨੇੜੇ, ਜਦੋਂ ਨੇੜੇ ਪਹੁੰਚੇ ਤਾਂ ਉਦੋਂ ਪਹਿਲਾਂ ਪੁਲਿਸ ਨੇ ਸਾਨੂੰ ਰੋਕ ਲਿਆ ਸੀ, ਉਸ ਵੇਲੇ DSP ਜੋਸ਼ੀ ਸੀਗਾ, ਹਾਂਜੀ, ਉਹਦੀ ਅਗਵਾਈ ਵਿੱਚ ਪੁਲਿਸ ਉੱਥੇ ਤਾਇਨਾਤ ਸੀਗੀ। ਤੇ ਉਹਨਾਂ ਨੂੰ ਜਦੋਂ ਜਾ ਕੇ ਉਹਨੇ ਗੱਲਬਾਤ ਕੀਤੀ, ਉਹਨੇ ਪੁੱਛਿਆ ਕਿ ਤੁਸੀਂ ਕੀ ਕਰਨ ਵਾਸਤੇ, ਉਹਨੂੰ ਦੱਸਿਆ ਵੀ ਜਿਹੜੇ ਇਹ ਅਪਸ਼ਬਦ ਬੋਲ ਰਹੇ ਨੇ ਇਹ ਬਹੁਤ ਮਾੜੀ ਗੱਲ ਹੈ, ਇਹ ਰੋਕੇ ਜਾਣੇ ਚਾਹੀਦੇ ਨੇ। ਤਾਂ ਉਹਨੇ ਵਿਸ਼ਵਾਸ ਦਵਾਇਆ ਜਿਹੜੇ ਸਾਡੇ ਜ਼ਿੰਮੇਵਾਰ ਸਿੰਘ ਸੀ ਭਾਈ ਫੌਜਾ ਸਿੰਘ ਜੀ ਹੁਣ, ਭਾਈ ਰਣਵੀਰ ਸਿੰਘ ਜੀ ਹੁਣੀ, ਇਹਨਾਂ ਨੂੰ ਕਿਹਾ ਕਿ ਤੁਸੀਂ ਕੋਈ ਚਿੰਤਾ ਨਾ ਕਰੋ, ਮੈਂ ਜਾ ਕੇ ਗੱਲਬਾਤ ਕਰਦਾ, ਤੁਸੀਂ ਇੱਥੇ ਬੈਠੋ। ਉੱਥੇ ਸਥਿਤੀ ਸੀ ਇਸ ਤਰ੍ਹਾਂ ਦੀ ਸੀ ਵੀ ਉਹ ਇੱਕ ਪਾਸੇ ਤਾਂ ਕੰਡਿਆਲੀ ਤਾਰ ਲੱਗੀ ਹੋਈ ਸੀ, ਇੱਕ ਪਾਸੇ ਉਹਨਾਂ ਦੇ ਟਰੱਕ ਖੜੇ ਸੀਗੇ ਜਿਨ੍ਹਾਂ ਵਿੱਚ ਉਹਨਾਂ ਨੇ ਪੂਰੀ ਤਿਆਰੀ ਕੀਤੀ ਹੋਈ, ਸਾਨੂੰ ਨਹੀਂ ਸੀ ਪਤਾ ਕਿਸੇ ਨੂੰ ਵੀ ਇੱਥੇ ਉਹਨਾਂ ਨੇ ਪੂਰੀ ਤਿਆਰੀ ਕੀਤੀ ਹੋਈ ਹੈ ਇਹਦੇ ਵਿੱਚ। ਉਹਦੇ ਵਿੱਚ ਰੋੜੇ ਤੇਜ਼ਾਬ ਦੀਆਂ ਬੋਤਲਾਂ, ਤੀਰ ਕਮਾਨ, ਡਾਂਗਾਂ ਉਹਨਾਂ ਵਿੱਚ ਰੱਖੇ ਹੋਏ ਸੀ ਉਹਨਾਂ ਦੇ, ਠੀਕ ਹੈ। ਇੱਕ ਪਾਸੇ ਉਹਨਾਂ ਦਾ ਪੰਡਾਲ ਸੀ ਜਿੱਥੇ ਸਾਹਮਣੇ, ਦੂਜੇ ਪਾਸੇ ਅਸੀਂ ਬੈਠੇ ਸੀ ਸਾਰੀ ਸੰਗਤ। ਤਾਂ ਉਹਨੇ ਜਾ ਕੇ ਜੋਸ਼ੀ ਜਿਹੜਾ ਸੀਗਾ ਆਪਣਾ DSP, ਉਹਨੇ ਉੱਥੇ ਜਾ ਕੇ ਕੁਝ ਕਿਹਾ, ਤੇ ਇੱਕ ਮਿੰਟ ਜਾਂ 1.5-2 ਮਿੰਟ ਸਪੀਕਰ ਬੰਦ ਹੋਇਆ, ਉਹ ਵਰਲਡ ਸੀ ਜਾਂ ਕੀ ਸੀ। ਉਸ ਤੋਂ ਬਾਅਦ ਕਿਸੇ ਨੇ ਜਿਹੜਾ ਕਿਸੇ ਦੀ ਗੱਲਬਾਤ ਨਹੀਂ ਸੁਣੀ ਗਈ, ਤਾਂ ਉਹਨਾਂ ਨੇ ਵਿਸਲ ਵੱਜੀ, ਵਿਸਲ ਵੱਜਣ ਦੇ ਨਾਲ ਯਕਦਮ ਸਾਡੇ ਤੇ ਰੋੜੇ, ਇੱਟਾਂ, ਬੱਟੇ ਜਿਹੜੇ ਸੀਗੀਆਂ, ਮਤਲਬ ਕਿ ਤੇਜ਼ਾਬ ਦੀਆਂ ਬੋਤਲਾਂ, ਤੀਰ ਕਮਾਨਾਂ ਵਿੱਚੋਂ ਤੀਰ, ਡਾਂਗਾਂ ਦੀਆਂ ਬਾਰਾਂ, ਉਹ ਜਿਹੜੇ ਤਿਆਰ ਕੀਤੇ ਸੀ ਇੱਕਦਮ ਸਾਰੇ ਟੁੱਟ ਕੇ ਪੈ ਗਏ ਜਿਹੜੇ ਸੀ ਨਰਕਧਾਰੀਏ, ਠੀਕ ਹੈ। ਉਹਨਾਂ ਦੇ ਨਾਲ ਹੀ ਪੁਲਿਸ ਸੀਗੀ, ਤੇ ਰਲ ਗਈ। ਫਿਰ ਸਿੰਘਾਂ ਨੇ ਆਪਣੇ ਜਿਹੜੇ ਰਵਾਇਤੀ ਹਥਿਆਰ ਸੀਗੇ ਸ੍ਰੀ ਸਾਹਿਬ ਕੱਢ ਲਏ, ਕਿਉਂਕਿ ਸਿੰਘ ਗਤਕਈ ਵੀ ਤਕੜੇ ਸੀਗੇ, ਭਾਈ ਫੌਜਾ ਸੋਹਣੀ, ਭਾਈ ਰਣਵੀਰ ਸਿੰਘ ਫੌਜੀ ਹੋਣੀ, ਸਾਰੇ ਸਿੰਘ ਜਿਹੜੇ ਨਾਲ ਗਤਕਈ ਸੀਗੇ, ਉਹਨਾਂ ਨੇ ਜਦੋਂ ਸ੍ਰੀ ਸਾਹਿਬਾਂ ਸੂਤੀਆਂ, ਉਹ ਉਹਨਾਂ ਦੇ ਅਟੈਕ ਕਰਨ ਤੋਂ ਬਾਵਜੂਦ ਵੀ ਉਹ ਅੱਗੇ ਵੱਧਦੇ ਜਾ ਰਹੇ ਸੀ, ਤੇ ਸਿੰਘਾਂ ਨੂੰ ਫਿਰ ਪੁਲਿਸ ਨੇ ਜਦੋਂ ਉਹਨਾਂ ਨੇ ਗੋਲੀ ਚਲਾਈ, ਨਰਕਧਾਰੀਆਂ ਨੇ ਵੀ ਤੇ ਪੁਲਿਸ ਨੇ ਵੀ ਗੋਲੀ ਚਲਾਈ। ਇਹ ਵੀ ਬਾਅਦ ਸਾਨੂੰ ਪਤਾ ਲੱਗਿਆ DSP ਦੀ ਜਿਹੜੀ ਸੀਗੀ ਭਾਈ ਫੌਜਾ ਸਿੰਘ ਦੇ ਨਾਲ ਕੁਝ ਲਾਂਗ ਡਾਂਟ ਵੀ ਸੀਗੀ, ਮਤਲਬ ਕਿ ਆਪਣੇ ਸਿਪਾਹੀਆਂ ਦੇ ਨਾਲ ਯਕਦਮ ਸਾਡੇ ਤੇ ਹੱਲਾ ਬੋਲਤਾ, ਤੇ ਉਹਦੇ ਵਿੱਚ
ਮਤਲਬ ਕਿ 13 ਸਿੰਘ ਸ਼ਹੀਦ ਹੋ ਗਏ, 78 ਤੋਂ ਵੱਧ ਫੱਟੜ ਹੋ ਗਏ। ਉਸ ਵੇਲੇ ਕੁਝ ਸਿੰਘ ਅਸੀਂ ਜਿਹੜੇ ਕੁਝ ਫੱਟੜ ਸੀਗੇ ਤੇ ਮਤਲਬ ਕਿ ਜਿਹੜੇ ਸਿੰਘ ਸ਼ਹੀਦ ਹੋ ਜਿਹੜੇ ਕੁਝ ਉਸ ਤਰ੍ਹਾਂ ਸੀ ਉਹ ਕੁਝ ਜਾ ਕੇ ਗੁਰੂ ਰਾਮਦਾਸ ਰਾਮ ਵਿੱਚ ਸੰਤਾਂ ਕੋਲ ਪਹੁੰਚੇ, ਸਾਰੀ ਗੱਲਬਾਤ ਦੱਸੀ। ਤਾਂ ਉਸ ਵੇਲੇ ਜਿਹੜੇ ਮਤਲਬ ਕਿ ਸਰੀਰ ਸੀਗੇ ਹਸਪੀਟਲ ਵਿੱਚ ਲੈ ਗਏ। ਸੰਤਾਂ ਦਾ ਵੱਡਾ ਭਰਾ ਸੀਗਾ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਵੱਡੇ ਭਰਾ ਸੀ ਬਾਬਾ ਹਰਨਾਮ ਸਿੰਘ ਜੀ ਨੂੰ ਬਾਪੂ ਜੀ ਕਹਿੰਦੇ ਸੀ ਅਸੀਂ, ਉਹ ਵੀ ਮਤਲਬ ਕਿ ਉਹਨਾਂ ਮੁਰਦ ਜਿਹੜੇ ਸਰੀਰ ਸੀ ਸਿੰਘਾਂ ਦੇ ਚੜ੍ਹਾਈ ਕੀਤੇ ਹੋਏ ਸ਼ਹੀਦ ਹੋਏ ਉਹਨਾਂ ਸਰੀਰਾਂ ਵਿੱਚ ਪਏ ਸੀਗੇ। ਉਹ ਕੀਤੀ ਤੇ ਉਹ ਸਹਿਗਦੇ ਸੀ ਉਹਨਾਂ ਨੂੰ ਉਹਨਾਂ ਵਿੱਚੋਂ ਕੱਢਿਆ ਗਿਆ। ਇਸ ਤਰ੍ਹਾਂ ਦੀ ਉਹਨਾਂ ਨੇ ਮਤਲਬ ਕਿ ਕੋਈ ਉਹਨਾਂ ਨੂੰ ਨਹੀਂ ਰੱਖਿਆ, ਮਤਲਬ ਕਿ ਮੁਰਦ ਘਾਟ ਦੇ ਵਿੱਚ ਉਸ ਤਰ੍ਹਾਂ ਸੁੱਟੇ ਹੋਏ ਸੀਗੇ। ਖੰਡਰ ਜਿਹੜੇ ਫੱਟੜ ਸੀ ਉਹ ਵੀ ਸਿੰਘ ਤਲਾਸ ਸੀ, ਪਰ ਲੇਕਿਨ ਚਲੋ ਮੁੜ ਕੇ ਹੋਸਪਿਟਲ ਦਾਖਲ ਕਰਵਾ ਦਿੱਤੇ ਗਏ ਤੇ ਬਾਪੂ ਨੂੰ ਹੋਸਪਿਟਲ ਦਾਖਲ ਕਰਵਾ ਦਿੱਤਾ ਗਿਆ। ਤੇ ਉਸ ਵੇਲੇ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌੜਾ ਤੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਣੀ ਇਹ ਵੀ ਲੀਡਰ ਸਾਰੇ ਉਹਨਾਂ ਸਮੇਂ 'ਚ ਫਿਰ ਪਹੁੰਚ ਗਏ ਬਾਅਦ ਦੇ ਵਿੱਚ ਜੀ। ਠੀਕ ਹੈ, ਹਾਂਜੀ। ਤੇ ਇਹ ਫਿਰ ਸਾਰਾ ਉਸ ਤੋਂ ਬਾਅਦ ਜਿਹੜੇ ਸਿੰਘਾਂ ਦੇ ਸਰੀਰ ਬੜੀ ਜਿੱਦੋ ਜਹਿਦ ਨਾਲ ਲਿਆਂਦੇ ਗਏ ਤੇ ਆਪਣਾ ਗੁਰੂ ਰਾਮਦਾਸ ਸਰਾਂ 'ਚ ਰੱਖੇ ਗਏ। ਉੱਥੇ ਫਿਰ ਕੁਝ ਸਿੰਘਾਂ ਨੇ ਮਤਲਬ ਕਿ ਜਜ਼ਬਾਤ ਵਿੱਚ ਜਾਂ ਆਪਣੇ ਰਵਾਇਤੀ ਜਿਹੜੀ ਸਾਡੀ ਮਾਨ ਮਰਜ਼ਾ ਤੁਰੀ ਆਉਂਦੀ ਹੈ ਵੀ ਜਿਹੜਾ ਕੋਈ ਸਾਡੇ 'ਤੇ ਕੋਈ ਭਾਜੀ ਚਾੜ੍ਹਦਾ ਉਹਦੀ ਉਤਾਰਨੀ ਵੀ ਹੈ, ਫਿਰ ਸਿੰਘਾਂ ਨੇ ਉੱਥੇ ਗੱਲ ਕਹੀ ਸੀ ਕਿ ਸਿੰਘੋ ਤੁਹਾਡਾ ਖੁੱਲ੍ਹੇ ਡੁੱਲਿਆ ਹੋਇਆ ਖੂਨ ਅਜਾਈ ਨਹੀਂ ਜਾਏਗਾ, ਅਸੀਂ ਇਹਦਾ ਬਦਲਾ ਜ਼ਰੂਰ ਚੁਕਾਵਾਂਗੇ। ਇਹ ਸਰਾਂ ਦੇ ਵਿੱਚ ਜਿਹੜੇ ਸਿੰਘ ਸੀ ਇਕੱਠੇ ਹੋਏ ਹੋਏ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਭਾਈ ਅਮਰੀਕ ਸਿੰਘ ਜੀ, ਹੋਰ ਜਿਹੜੇ ਅਖੰਡ ਕੀਰਤਨ ਜਥੇਦਾਰ ਸਿੰਘ ਸੀਗੇ, ਇਹ ਸਿੰਘਾਂ ਸਾਰਿਆਂ ਨੇ ਉੱਥੇ ਇਹ ਚੀਜ਼ ਦੇ ਵਚਨਬੱਧ ਹੋਏ। ਉਸ ਤੋਂ ਬਾਅਦ ਉਹਨਾਂ ਦੇ ਸਰੀਰਾਂ ਨੂੰ ਫਿਰ ਟਰੱਕ ਵਿੱਚ ਪਾ ਕੇ ਤੇ ਜਿਹੜਾ ਵਿਵੇਕ ਸਰ ਗੁਰਦੁਆਰਾ ਸਾਹਿਬ ਹੈ ਉੱਥੇ ਸੰਸਕਾਰ ਕਰਨ ਵਾਸਤੇ 13 ਸਿੰਘਾਂ ਦੇ ਹੀ ਸੰਸਕਾਰ ਉੱਥੇ ਫਿਰ ਕੀਤੇ ਗਏ। ਇਹ ਸਾਰਾ ਕਾਰਨ ਮਤਲਬ ਜਿਹੜੇ ਉਹ ਦੜਦੜਾਉਂਦੇ ਜਿਹੜੇ ਸੀ ਨਰਕ ਧਾਰੀਏ ਗੁਰਬਚਨ ਸਿੰਘ ਤੇ ਉਹਦੇ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਸਮੇਂ ਦੀ ਉਸ ਵੇਲੇ ਸਰਕਾਰ ਨੇ ਜਿਹੜਾ ਸੀ ਉੱਥੋਂ ਕੱਢਿਆ ਅਤੇ ਉੱਥੋਂ ਫਿਰ ਉਹਨਾਂ ਨੂੰ ਮਤਲਬ ਕਿ ਸੁਰੱਖਿਅਤ ਆਪਣੀ ਜਗ੍ਹਾ 'ਤੇ ਭੇਜ ਦਿੱਤਾ। ਲੇਕਿਨ ਇੱਧਰ ਸਿੰਘਾਂ ਵਿੱਚ ਬਹੁਤ ਭਾਰੀ ਰੋਸ ਸੀਗਾ। ਤਾਂ ਉਸ ਵੇਲੇ ਜਿਹੜਾ ਸੀਗਾ ਮਤਲਬ ਕਿ ਵੀ ਪੰਥਕ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਖਵਾਉਣ ਵਾਲੀ ਸਰਕਾਰ ਸੀਗੀ, ਉਹਨਾਂ ਨੇ ਭਰੋਸਾ ਦਿੱਤਾ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਅਤੇ ਇਸੇ ਤਰ੍ਹਾਂ ਅਖੰਡ ਕੀਰਤਨੀ ਜਥੇਦਾਰ ਸਿੰਘਾਂ ਨੂੰ ਕਿ ਤੁਸੀਂ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਾ ਕਰੋ, ਅਸੀਂ ਇਸ ਦਾ ਜ਼ਰੂਰ ਇਨਸਾਫ ਲਵਾਂਗੇ ਸਰਕਾਰ ਤੋਂ ਅਤੇ ਇਹਨਾਂ ਨੂੰ ਸਜ਼ਾ ਦਿੱਤੀ ਜਾਊਗੀ। ਇਹ ਤਾਂ ਗੱਲਾਂ ਕੀਤੀਆਂ ਗਈਆਂ, ਇਹ ਸਾਰਾ ਕੁਝ ਇੱਕ ਮਤਲਬ ਕਿ ਇੱਕ ਵਿਖਾਵਾ ਸੀਗਾ। ਠੀਕ, ਜਿਹੜਾ ਕੇਸ ਚੱਲਿਆ ਉਹਦਾ ਕੇਸ ਚੱਲਣ ਤੋਂ ਬਾਅਦ ਉਹ ਆਪਣਾ ਇੱਥੋਂ ਬਦਲ ਕੇ ਕਰਨਾਲ ਲੈ ਗਏ ਹਰਿਆਣੇ ਵਿੱਚ। ਉੱਥੇ ਫਿਰ ਉਹ ਜਿਹੜਾ ਸੀਗਾ ਗੁਰਬਚਨ ਸਿੰਘ ਅਤੇ ਉਹਦੇ ਨਾਲ ਜਿਹੜੇ ਬੰਦੇ ਸੀ 63 ਬੰਦੇ ਸਾਰੇ ਇਹਨਾਂ ਨੂੰ ਨਰਕਧਾਰੀਆਂ ਨੂੰ ਜਿਹੜਾ ਸੀਗਾ ਆਪਣਾ ਉਮਰਾ ਨਿੰਗਲ ਜੀਵਨ ਸਿੰਘ ਉਮਰਾ ਨਿੰਗਲ ਦੀ ਅਗਵਾਈ ਤੇ ਆਪਣਾ ਦੂਜਾ ਜਿਹੜਾ ਸੀ ਆਪਣਾ ਲਾਲਾ ਜਗਤ ਨਾਰਾਇਣ ਇਹਦੀ ਅਗਵਾਈ ਤੇ ਉਹਨਾਂ ਨੂੰ ਰਿਹਾਅ ਕੀਤਾ ਗਿਆ ਵੀ ਸਿੱਖਾਂ ਦਾ ਕਸੂਰ ਹੈ, ਇਹਨਾਂ ਦਾ ਕੋਈ ਕਸੂਰ ਨਹੀਂ। ਅੱਛਾ ਜੀ। ਤੇ ਉਸ ਵੇਲੇ ਫਿਰ ਸੰਤਾਂ ਨੇ ਜਦੋਂ ਸਾਰੀ ਸੰਗਤ ਨੂੰ ਕਿਹਾ ਵੀ ਸਿੰਘੋ ਤੁਸੀਂ ਮੈਨੂੰ ਵਾਰ ਵਾਰ ਕਹਿੰਦੇ ਸੀਗੇ ਵੀ ਆਪਾਂ ਕਾਨੂੰਨ ਨੂੰ ਵੇਖੀਏ, ਕਾਨੂੰਨ ਤੋਂ ਸਾਨੂੰ ਇਨਸਾਫ ਮਿਲੂਗਾ, ਸਰਕਾਰ ਸਾਨੂੰ ਇਨਸਾਫ ਦਊਗੀ, ਤੇ ਦੇਖੋ ਕੋਈ ਮਿਲਿਆ। ਤੇ ਜਿਹੜੀ ਫਿਰ ਉਸ ਤੋਂ ਪਹਿਲਾਂ ਇੱਕ ਹੋਰ ਮੈਂ ਬੇਨਤੀ ਕਰਾਂ, ਇੱਕ ਜਿਹੜੀ ਸੀਗੀ ਹਾਈ ਕੋਰਟ ਦੇ ਵਿੱਚ ਦਰਜ ਕਰਨੀ ਸੀਗੀ ਆਪਣੀ ਅਪੀਲ, ਉਹ ਵੀ ਸਰਕਾਰ ਨੇ ਅਪੀਲ ਦਰਜ ਨਹੀਂ ਕੀਤੀ, ਉਹ ਵੀ ਸਮਾਂ ਲੰਘਾ ਤਾ। ਤੇ ਫਿਰ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਗੁਰਬਾਣੀ ਦੀ ਪੰਕਤੀ ਪੜ੍ਹੀ ਤੇ ਸਿੰਘਾਂ ਨੂੰ ਕਿਹਾ ਵੀ ਸਿੰਘੋ ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਵਿਧਾਨ ਹੈ ਉਹ ਸਾਨੂੰ ਅਪਣਾਉਣਾ ਪਊਗਾ, ਆਪਣਾ ਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਹਾਂਜੀ, ਸਰਕਾਰ ਵੱਲੋਂ ਜਦੋਂ ਇਨਸਾਫ ਨਾ ਮਿਲਿਆ ਕਿਸੇ ਤਰ੍ਹਾਂ ਦਾ ਵੀ ਜਿਹੜੇ ਉਹ ਦਰਦ ਲਾਉਂਦੇ, ਇਹ ਇੱਥੇ ਹੀ ਨਹੀਂ ਦਿੱਲੀ ਵਿੱਚ 3 ਸਿੰਘ ਸ਼ਹੀਦ ਕੀਤੇ ਨਰਕਧਾਰੀਆਂ ਨੇ, 8 ਕਾਹਨਪੁਰ ਕੀਤੇ, ਕਿਸੇ ਨੂੰ ਵੀ ਇੱਕ ਦੀ ਸਜ਼ਾ ਨਹੀਂ ਦਿੱਤੀ ਗਈ। ਇਹ ਕਾਰਨ ਸਾਰਾ ਇਸ ਤਰ੍ਹਾਂ ਇਸ ਜਿਹੜਾ ਸਾਰਾ ਭਾਣਾ ਅੱਗੇ ਵਾਪਰਿਆ 84 ਦਾ ਮੇਨ ਕਾਰਨ 1978 ਦਾ ਕਾਂਡ ਹੈ ਸਾਰਾ ਜੀ। ਹਾਂਜੀ, ਠੀਕ ਹੈ। ਇੱਥੋਂ ਮਤਲਬ ਜਿਹੜਾ ਇਹ ਮੁੱਢ ਬਚਦਾ ਹੈ ਤੇ ਜੋ ਧਰਮ ਯੁੱਧ ਮੋਰਚਾ ਲਾਉਣਾ ਪਿਆ। ਹਾਂਜੀ, ਧਰਮ ਯੁੱਧ ਮੋਰਚਾ ਜਿਹੜਾ ਸੀ ਲੱਗਣ ਦਾ ਉਹਦਾ ਵੀ ਕਾਰਨ ਇਹ ਸੀਗਾ ਵੀ ਜਦੋਂ ਕੋਈ ਮਤਲਬ ਕਿ ਸਿੰਘਾਂ ਵੱਲੋਂ ਜਾਂ ਮਤਲਬ ਕਿ ਵੀ ਜਿਹੜਾ ਨਰਕ ਧਾਰੀਏ ਸੀਗੇ ਇਹਨਾਂ ਨੂੰ ਸੋਧਿਆ ਗਿਆ ਕੁਝ ਬੰਦਿਆਂ ਨੂੰ, ਤੇ ਉਹ ਸਾਰੇ ਜਿਹੜੇ ਸੀਗੇ
ਬਾਬਾ ਜੀ ਧਰਮ ਯੁੱਧ ਮੋਰਚੇ 'ਚ ਜਾਣ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਵੀ ਜਾਣਨੀ ਚਾਹੁੰਦਾ ਤੁਹਾਡੇ ਤੋਂ, ਵੀ ਜਿਹੜਾ ਚੰਦੋ ਕਲਾਂ ਦਾ ਚੰਦੋ ਕਲਾਂ ਦੀ ਘਟਨਾ ਸੀ ਉਹ ਕੀ ਸੀਗੀ? ਉਹ ਵੀ ਸੰਗਤਾਂ ਨੂੰ, ਬਹੁਤਿਆਂ ਨੂੰ ਜਿੱਦਾਂ ਨਵੇਂ ਬੰਦਿਆਂ ਨੂੰ ਪਤਾ ਨਹੀਂ ਗਾ, ਜਿੱਦਾਂ 1978 ਦਾ ਤੁਸੀਂ ਆ ਵੇਰਵੇ ਸਾਹਿਬ ਦੱਸਿਆ ਇੰਨੀ ਡਿਟੇਲ ਦੇ ਵਿੱਚ, ਚਲੋ ਪਹਿਲਾਂ ਗੱਲਾਂ ਤਾਂ ਜ਼ਰੂਰ ਹੋਣੀਆਂ, ਇੰਨਾ ਨਹੀਂ ਜਿੱਦਾਂ ਤੁਸੀਂ ਬਹੁਤ ਮਤਲਬ ਚੋਣਵੇਂ ਸ਼ਬਦਾਂ ਦੇ ਵਿੱਚ ਦੱਸਿਆ, ਜਿਹੜਾ ਚੰਦੋ ਕਲਾਂ ਦੀ ਘਟਨਾ ਉਹ ਕੀ ਸੀਗੀ? ਹਾਂਜੀ, ਚੰਦੋ ਕਲਾਂ ਦੀ ਘਟਨਾ ਜਿਹੜੀ ਸੀਗੀ, ਜਿਸ ਤਰ੍ਹਾਂ ਟਕਸਾਲ ਦਾ ਮਾਨ ਮਰਯਾਦਾ ਸੀਗੀ ਵੀ ਪਿੰਡ ਕਥਾ ਕੀਰਤਨ ਕਰਨੀ, ਉਸੇ ਤਰ੍ਹਾਂ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜਥੇ ਦੇ ਸਿੰਘਾਂ ਨੂੰ ਨਾਲ ਲੈ ਕੇ ਜਿਹੜਾ ਹਰਿਆਣੇ ਦੇ ਵਿੱਚ ਪਿੰਡ ਪੈਂਦਾ ਚੰਦੋ ਕਲਾਂ ਉੱਥੇ ਪਹੁੰਚੇ ਸੀਗੇ। ਠੀਕ ਹੈ। ਇੱਧਰ ਭਾਣਾ ਇਹ ਵਾਪਰਿਆ ਵੀ ਜਿਹੜਾ ਸੀਗਾ ਆਪਣਾ ਲਾਲਾ ਜਗਤ ਨਾਰਾਇਣ, ਇਹ ਨੌਂ ਮਤਲਬ ਕਿ ਨੂੰ ਮਾਰ ਦਿੱਤਾ ਗਿਆ। ਅੱਛਾ ਜੀ। ਤੇ ਮਤਲਬ ਕਿ ਸੰਤਾਂ ਦੇ ਬ੍ਰੰਟ ਬਰ ਕਰ ਦਿੱਤੇ ਗਏ, ਗ੍ਰਿਫਤਾਰ ਵੀ ਸੰਤ ਜਰਨੈਲ ਸੋਹਣਾ ਨੇ ਮਰਵਾਇਆ ਇਹ ਜਿਹੜਾ ਦੋਸ਼ ਲਾਇਆ ਗਿਆ। ਠੀਕ। ਤੇ ਉਹਨਾਂ ਨੇ ਫਿਰ ਕੋਈ ਕਿਸੇ ਤਰ੍ਹਾਂ ਦਾ ਮਤਲਬ ਕਿ ਅਗਾਹੂ ਕੋਈ ਗੱਲ ਕਰਨ ਦੀ ਬਜਾਏ ਚੰਦੋ ਕਲਾਂ ਨੂੰ ਘੇਰਾ ਪਾਉਣ ਦਾ ਯਤਨ ਕੀਤਾ। ਉਦੋਂ ਡੀ ਆਰ ਭੱਟੀ ਤੇ ਆਪਣਾ ਮਾਂਗਟ ਇਹ ਜਿਹੜੇ ਆਫਿਸਰ ਸੀਗੇ ਸਾਰੇ ਉੱਥੇ ਆਪਣੀ ਪੁਲਿਸ ਫੋਰਸ ਨੂੰ ਲੈ ਕੇ ਬੜੀ ਵੱਡੀ ਗਿਣਤੀ ਵਿੱਚ ਪਹੁੰਚੇ। ਜਥਾ ਸੰਗਤ ਉਸ ਵੇਲੇ ਅਸੀਂ ਮਹਾਂਪੁਰਖਾਂ ਦੇ ਨਾਲ ਸੀਗੇ, ਜਿਸ ਵੇਲੇ ਬੁਢਲਾਡਾ ਉੱਥੋਂ ਨਹੀਂ ਪੈਂਦਾ, ਬੁਢਲਾਡਾ ਗੁਰੂ ਗੁਰਦੁਆਰਾ ਸਿੰਘ ਸਭਾ ਉੱਥੇ ਵੀ ਜੋ ਕਥਾ ਕੀਰਤਨ ਕਰਕੇ ਜਦੋਂ ਅਸੀਂ ਵਾਪਸ ਆਏ ਸੀਗੇ ਤੇ ਚੰਦੋ ਕਲਾਂ ਮੇਨ ਇਹ ਸੀਗੀ ਸਾਰਿਆਂ ਦੀ ਸੀਗੇ ਤੇ ਨੇੜੇ ਨੇੜੇ ਬਾਕੀ ਪਿੰਡਾਂ ਦੇ ਵਿੱਚ ਵੀ ਪ੍ਰਚਾਰ ਕਰਿਆ ਕਰਦੇ ਸੀਗੇ, ਮਰਯਾਦਾ ਸੀ ਟਕਸਾਲ ਦੀ। ਹਾਂਜੀ। ਜਦੋਂ ਇਹ ਆਪਣਾ 12 ਤਰੀਕ ਦੀ ਮਤਲਬ ਕਿ ਗੱਲ ਹੈ, 12 ਜਾਂ 13 ਦੀ ਮੈਨੂੰ ਐਗਜੈਕਟਲੀ ਇਹ 12 ਜਾਂ 13 ਤਰੀਕ ਨੂੰ ਜਿਹੜੀ ਪੁਲਿਸ ਸੀਗੀ ਇਹ ਬੁਢਲਾਡੇ ਬੜੀ ਵੱਡੀ ਹਾਂਜੀ ਸੀਗਾ, ਜਾਣੀ ਮੈਨੂੰ ਉਹਦੇ ਵਸਤਰਾਂ ਤੋਂ ਪਤਾ ਲੱਗਦਾ ਸੀ ਵੀ ਕੋਈ ਮਿਸਤਰੀ ਸਿੰਘ ਹੈ, ਕਿਉਂਕਿ ਉਹ ਕੰਮ ਕਰਦਾ ਸੀ ਵਰਕਸ਼ਾਪ ਦੇ ਵਿੱਚ ਤੇ ਉਹਨੂੰ ਕਿਸੇ ਪੁਲਿਸ ਵਾਲੇ ਵੀਰ ਨੇ ਪਾਉਣ ਸੀ, ਇਹ ਪਰਮੇਸ਼ਰ ਵਾਹਿਗੁਰੂ ਵੀ ਜਾਣਦਾ ਜਾਂ ਉਹ ਜਾਣਦੇ ਸੀਗੇ, ਪਰ ਉਹਨੇ ਦੱਸਣ ਉਹਦੇ ਦੱਸਣ ਮੁਤਾਬਕ ਗੱਲ ਸੀਗੀ, ਕਿਉਂਕਿ ਹਮਦਰਦੀ ਵੀ ਸਾਡੇ ਭਰਾ ਹੀ ਨੇ, ਮੇਰੇ ਭਰਾ ਨੇ ਵਿੱਚ ਪੁਲਿਸ ਵਾਲੇ ਵੀ ਚੰਗੇ, ਤੇ ਉਹਦੇ ਵਿੱਚੋਂ ਕਿਸੇ ਨੇ ਕਿਹਾ ਕਿ ਜੀ ਤੁਸੀਂ ਸੰਤ ਬਾਬਾ ਜਰਨੈਲ ਸਿੰਘ ਉਹਨਾਂ ਨੂੰ ਸੁਨੇਹਾ ਦਿਓ ਜਾ ਕੇ ਵੀ ਪੁਲਿਸ ਬੜੀ ਵੱਡੀ ਗਿਣਤੀ ਵਿੱਚ ਆ ਕੇ ਉਹਨਾਂ ਨੂੰ ਘੇਰਾ ਪਾ ਰਹੀ ਹੈ ਤੇ ਹੋ ਸਕਦਾ ਕੋਈ ਨੁਕਸਾਨ ਕਰੇ। ਅੱਛਾ ਜੀ। ਉਹ ਸਿੰਘ ਫਿਰ ਬੜੀ ਫੁਰਤੀ ਦੇ ਨਾਲ ਬੁਢਲਾਡੇ ਤੋਂ ਚੱਲ ਕੇ ਚੰਦੋ ਕਲਾਂ ਆਇਆ। ਅੱਛਾ ਜੀ। ਉੱਥੇ ਸੰਤਾਂ ਦਾ ਆਸਣ ਸੀਗਾ, ਚਵਾਰੇ ਦੇ ਵਿੱਚ ਆਸਣ ਸੀ, ਅਸੀਂ ਉੱਥੇ ਨੇੜੇ ਇੱਕ ਟੋਭਾ ਸੀ ਪਿੰਡ ਦਾ ਤੇ ਟੋਭੇ ਦੇ ਕਿਨਾਰੇ ਤੇ ਅਸੀਂ ਕੁਝ ਸਿੰਘ ਬੈਠੇ ਆਪਣੀ ਵਿਦਿਆ ਦਾ ਅਭਿਆਸ ਕਰ ਰਹੇ ਸੀਗੇ। ਠੀਕ ਹੈ। ਉਹ ਸਾਡੇ ਕੋਲ ਆ ਕੇ ਕਹਿਣ ਲੱਗਾ ਵੀ ਸਿੰਘੋ ਵੀ ਸੰਤ ਕਿੱਥੇ ਨੇ? ਅਸੀਂ ਆਖਿਆ ਵੀ ਸੰਤ ਤਾਂ ਉਸ ਮਤਲਬ ਕਿ ਚਵਾਰੇ ਵਿੱਚ ਨੇ, ਉਹਨਾਂ ਉੱਥੇ ਉੱਥੇ ਆਸਣਾ ਉਹਨਾਂ ਦਾ। ਉਹ ਕਹਿੰਦਾ ਮੈਨੂੰ ਸੰਤਾਂ ਨੂੰ ਮਿਲਾਓ। ਅੱਛਾ ਜੀ। ਉਹ ਤਿੰਨ ਸਿੰਘ ਉੱਠ ਕੇ ਨਾਲ ਤੁਰ ਪਏ, ਕਹਿੰਦੇ ਚੱਲ ਤੂੰ ਸਾਡੇ ਨਾਲ ਚੱਲ। ਕਹਿੰਦਾ ਮੈਂ ਜ਼ਰੂਰੀ ਗੱਲ ਕਰਨੀ ਆ। ਉਹਦੀ ਹਾਲਾਤ ਦੇਖ ਕੇ ਥੋੜ੍ਹੇ ਸਾਨੂੰ ਐਂ ਮਹਿਸੂਸ ਹੋ ਰਿਹਾ ਸੀਗਾ ਵੀ ਸ਼ਾਇਦ ਇਹ ਘਬਰਾਇਆ ਹੋਇਆ। ਠੀਕ ਹੈ। ਕੋਈ ਗੱਲ ਹੈ ਤਾਂ ਉਸ ਵੇਲੇ ਅਸੀਂ ਜਦੋਂ ਸੰਤਾਂ ਦੇ ਕੋਲੇ ਆਪਣਾ ਜਿਹੜਾ ਸੀਗਾ ਜਿੱਥੇ ਆਸਣ ਸੀ ਉੱਥੇ ਲੈ ਗਏ ਜਾ ਕੇ ਮਹਾਂਪੁਰਖਾਂ ਨੂੰ ਉਹਨੇ ਫਤਿਹ ਬੁਲਾਈ, ਫਤਿਹ ਬੁਲਾ ਕੇ ਬੇਨਤੀ ਕੀਤੀ ਮਹਾਂਪੁਰਖ ਮੈਂ ਤੁਹਾਡੇ ਤੋਂ ਆਇਆ ਤੇ ਮੈਂ ਮਿਸਤਰੀ ਸਿੰਘ ਸੀਗਾ ਤੇ ਮੈਨੂੰ ਪੁਲਿਸ ਵਾਲੇ ਕਿਸੇ ਪਿਆਰੇ ਨੇ ਕਿਹਾ ਵੀ ਪੁਲਿਸ ਬੜੀ ਵੱਡੀ ਗਿਣਤੀ ਵਿੱਚ ਆ ਰਹੀ ਹੈ, ਤੁਸੀਂ ਆਪਣਾ ਕੋਈ ਅਰੇਂਜਮੈਂਟ ਕਰੋ, ਕੋਈ ਨੁਕਸਾਨ ਵੀ ਕਰ ਸਕਦੇ ਨੇ ਉਹ। ਹਾਂਜੀ। ਤੇ ਸੰਤ ਕਹਿਣ ਲੱਗੇ ਠੀਕ ਹੈ ਸਿੰਘਾ ਤੇਰਾ ਧੰਨਵਾਦ ਭਾਈ, ਤੂੰ ਵਧੀਆ ਸਾਨੂੰ ਆ ਕੇ ਜੋ ਸੁਨੇਹਾ ਦਿੱਤੇ ਆ। ਤੇ ਇੰਨੀ ਗੱਲ ਕਹਿ ਕੇ ਤੇ ਜਿਹੜੇ ਸਿੰਘ ਅਸੀਂ ਕੋਲੇ ਹੀ ਖੜੇ ਸੀ ਸੰਤਾਂ ਦੇ, ਸੰਤ ਕਹਿੰਦੇ ਸਿੰਘੋ ਹੁਣ ਸਮਾਂ ਆ ਗਿਆ ਵੀ ਇਹਨਾਂ ਨਾਲ ਦੋ ਦੋ ਹੱਥ ਕਰਨੇ ਹੀ ਪੈਣੇ ਨੇ। ਹਾਂਜੀ। ਤੇ ਸਿੰਘ ਸਾਰੇ ਤਿਆਰ ਬਰ ਤਿਆਰ ਹੋ ਜਾਓ ਤੇ ਸਾਰਿਆਂ ਨੂੰ ਮੇਰੇ ਕੋਲੇ ਬੁਲਾਓ ਜਿੱਥੇ ਜਿਹੜਾ ਆਸਣਾ ਤੁਸੀਂ ਸਿੰਘਾਂ ਨੂੰ। ਤਾਂ ਉਸ ਕਿ ਸਿੰਘ ਨੇ ਜਾ ਕੇ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਜਿਹੜੇ ਦਮਦਮੀ ਟਕਸਾਲ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਮਤਲਬ ਕਿ ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਗੜਬਈ, ਫਿਰ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਨਾਲ ਬੜਾ ਵੱਡਾ ਵਧੀਆ ਟਾਈਮ ਸੀ, ਤੇ ਦਮਦਮੀ ਟਕਸਾਲ ਦੇ ਮੁਖੀ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਵੀ ਬਹੁਤ ਬਹੁਤ ਸੀ, ਤੇ ਸੰਤ ਕਦੇ ਵੀ ਬਾਬਾ ਜੀ ਦਾ ਵਚਨ ਨਹੀਂ ਸੀ ਮੋੜਿਆ ਕਰਦੇ। ਇਹ ਬਾਬਾ ਜੀ ਬਾਬਾ ਠਾਕੁਰ ਸਿੰਘ ਜੀ ਠਾਕੁਰ ਸਿੰਘ ਜੀ ਦਾ ਜੋ ਵੀ ਵਚਨ ਕਿਹਾ ਕਰਦੇ ਉਹਨਾਂ ਦਾ ਵਚਨ ਸਤ ਕਰਕੇ ਮੰਨਿਆ ਕਰਦੇ। ਅੱਛਾ ਜੀ। ਬਾਬਾ ਠਾਕੁਰ ਸਿੰਘ ਜੀ ਵਿਸ਼ੇਸ਼ ਤੌਰ ਤੇ ਲੰਗਰ ਵਿੱਚ ਰਿਹਾ ਕਰਦੇ ਸੀ, ਲੰਗਰ ਦੀ ਜਿੰਨੀ ਵੀ ਮਾਨ ਮਰਯਾਦਾ, ਕਿਉਂਕਿ ਸਿੰਘਾਂ ਨੂੰ ਜਿੰਨਾ ਵੀ ਸੀਗਾ ਆਪਣਾ
ਲੰਗਰ ਪਾਣੀ ਦਾ ਸਿਸਟਮ ਤੇ ਰਸਤ ਬਸਤ ਦਾ ਸਿੰਘਾਂ ਦੀ ਕਿਰਿਆ ਦਾ ਇਹ ਬਾਬਾ ਠਾਕਰ ਸਿੰਘ ਜੀ ਕੋਲੇ ਹੋਇਆ ਕਰਦਾ ਸੀਗਾ। ਹਾਂਜੀ। ਤੇ ਬਾਬਾ ਠਾਕਰ ਸਿੰਘ ਜੀ ਕੋਲ ਜਾ ਕੇ ਸਿੰਘ ਨੇ ਕਿਹਾ ਕਿ ਬਾਬਾ ਜੀ ਵੀ ਐਂ ਕਰਕੇ ਆਹ ਭਾਣਾ ਵਰਤ ਰਿਹਾ ਵੀ ਮਹਾਂਪੁਰਖ ਕਾਫੀ ਰਸ ਵਿੱਚ ਨੇ, ਗੱਲਬਾਤ ਕਰੋ ਜਾ ਕੇ। ਤੇ ਬਾਬਾ ਜੀ ਉਸ ਵੇਲੇ ਜਦੋਂ ਪਹੁੰਚੇ ਬਾਬਾ ਸੰਤਾਂ ਕੋਲ, ਸੰਤਾਂ ਨੂੰ ਕਹਿਣ ਲੱਗੇ ਸ਼ਾਮ ਰਾਤ ਦਾ ਸਮਾਂ ਹੋ ਚੱਲਿਆ ਸੀ ਉਸ ਵੇਲੇ ਤਕਰੀਬਨ 9 ਟਾਈਮ ਹੋ ਚੱਲਿਆ ਸੀਗਾ। ਹਾਂਜੀ। ਤੇ ਸੰਤਾਂ ਨੂੰ ਕਹਿਣ ਲੱਗੇ ਵੀ ਤੁਸੀਂ ਨਾ ਇੱਥੋਂ ਚਲੇ ਜਾਓ, ਮਹਿਤੇ ਚਲੇ ਜਾਓ। ਅੱਛਾ ਜੀ। ਕਹਿੰਦੇ ਠੀਕ ਹੈ ਬਾਬਾ ਜੀ, ਜਿਵੇਂ ਤੁਹਾਡਾ ਹੁਕਮ ਹੈ। ਤੇ ਉਸ ਵੇਲੇ ਸੰਤਾਂ ਨੇ ਫਿਰ ਸਿੰਘਾਂ ਨੂੰ ਕਿਹਾ ਵੀ ਸਿੰਘੋ ਜਿਹੜੇ ਜਾ ਸਕਦੇ ਨੇ ਵੀ ਤੇ ਦਾਰਾ ਸਿੰਘ ਨੂੰ ਬੁਲਾਓ। ਅੱਛਾ ਜੀ। ਦਾਰਾ ਸਿੰਘ ਜੀ ਸਿੰਘ ਸੀਗੇ, ਇਹ ਡਰਾਈਵਰ ਹੁੰਦੇ ਸੀ ਟਰੱਕ ਦੇ, ਕਿਉਂਕਿ ਟਕਸਾਲ ਦੇ ਵਿੱਚ ਦੋ ਬੱਸਾਂ ਹੁੰਦੀਆਂ ਸੀਗੀਆਂ, ਇੱਕ ਜੀਪ ਹੋਇਆ ਕਰਦੀ ਸੀਗੀ ਤੇ ਇੱਕ ਟਰੱਕ ਹੋਇਆ ਕਰਦਾ ਸੀਗਾ। ਠੀਕ ਹੈ। ਤੇ ਵਿੱਚ ਕੋਠੀਆਂ ਵਗੈਰਾ ਟਰੰਕ ਵਗੈਰਾ ਰੱਖੇ ਜਾਂਦੇ ਸੀ, ਸਿੰਘ ਬੱਸਾਂ ਵਿੱਚ ਬਹਿ ਕੇ ਅੱਗੇ ਜਾਇਆ ਕਰਦੇ ਸੀਗੇ। ਤੇ ਇਸੇ ਤਰ੍ਹਾਂ ਫਿਰ ਜਦੋਂ ਭਾਈ ਦਾਰਾ ਸਿੰਘ ਨੂੰ ਬੁਲਾਇਆ ਤੇ ਦਾਰਾ ਸਿੰਘ ਨੂੰ ਕਹਿੰਦੇ ਕਿ ਦਾਰਾ ਸਿੰਘ ਪੂਣੀਆਂ ਤੋਂ ਸਿੰਘ, ਕਹਿੰਦੇ ਦਾਰਾ ਸਿੰਘ ਕਹਿੰਦਾ ਚੜ੍ਹਦੀ ਕਲਾ ਮਹਾਰਾਜ ਜੀ। ਕਹਿੰਦੇ ਫਿਰ ਟਰੱਕ ਦਾ ਗਵਰਨਰ ਚੱਕ ਦੇ, ਖੋਲ ਦੇ। ਹਾਂ। ਅਸੀਂ ਆ ਵੀ ਗਵਰਨਰ ਪਤਾ ਨੀ ਕੀ ਹੁੰਦਾ ਹੋਊ, ਚਲੋ ਮਤਲਬ ਕੋਲੇ ਸੀ ਜਦੋਂ ਉਸ ਵੇਲੇ, ਉਦੋਂ ਸਾਨੂੰ ਪਤਾ ਕਿ ਗਵਰਨਰ ਕੀ ਹੁੰਦਾ, ਬਾਅਦ ਪਤਾ ਲੱਗਿਆ ਕੋਈ ਇਹ ਮਤਲਬ ਕਿ ਸਪੀਡ ਦੇ ਵਿੱਚ ਵੀ ਤਾਰ ਹੁੰਦੀ ਹੈ, ਜਿੱਥੇ ਸਪੀਡ ਹੁੰਦੀ ਹੈ ਉਹਨੂੰ ਕੱਢ ਦਿੰਦੇ ਨੇ ਤੇ ਸਪੀਡ ਅਨਲਿਮਿਟਡ ਹੋ ਜਾਂਦੀ ਹੈ। ਅੱਛਾ ਜੀ। ਤੇ ਉਹਨੇ ਆ ਕੇ ਕਿਹਾ ਬਾਬਾ ਜੀ ਮੈਂ ਤਾਂ ਗਵਰਨਰ ਕੱਢ ਦਿੱਤਾ। ਸੰਤ ਕਹਿੰਦੇ ਸਿੰਘ ਚਲੋ ਚੱਲੀਏ। ਤੇ ਉਦੋਂ ਫਿਰ ਤਕਰੀਬਨ ਕੋਈ 30-40 ਸਿੰਘ ਤਕਰੀਬਨ ਕੁਛ ਟਰੱਕ ਵਿੱਚ ਤੇ ਅੱਗੇ ਮਤਲਬ ਕਿ ਬੈਠ ਗਏ, ਮਹਾਂਪੁਰਖ ਬੈਠ ਗਏ। ਹਾਂਜੀ। ਤੇ ਇੱਥੋਂ ਫਿਰ ਮਤਲਬ ਕਿ ਅਸੀਂ ਜਿਹੜੇ, ਮੈਂ ਵੀ ਉਸ ਵਕਤ ਟਰੱਕ ਦੇ ਵਿੱਚ ਸੀ, ਭਾਈ ਦਿਆਲ ਸਿੰਘ ਸੀ ਉਹ ਵੀ ਮੇਰੇ ਨਾਲ ਸੀਗੇ, ਅਸੀਂ ਪਿੱਛੇ ਭਾਈ ਜੋਗਿੰਦਰ ਸੋਹਣੀ ਸੀਗੇ, ਇਹ ਟੂਲ 'ਚ ਬੈਠ ਗਏ। ਤੇ ਉੱਥੋਂ ਫਿਰ ਚੱਲੇ ਤਾਂ ਜਿੱਥੇ ਅੱਗੇ ਟੀ ਪੁਆਇੰਟ ਆਉਂਦਾ ਅੱਗੇ ਚੱਲ ਕੇ, ਠੀਕ, ਆਪਣਾ ਚੰਦੋ ਘਰਾਂ ਤੋਂ ਉੱਥੋਂ ਜਦੋਂ ਚੱਲੇ ਤਾਂ ਟੀ ਪੁਆਇੰਟ ਇੱਕ ਪਾਸੇ ਲਾਈਟਾਂ ਜਦੋਂ ਪਈਆਂ, ਉਹ ਮੇਰਾ ਖਿਆਲ ਪੁਲਿਸ ਦੀਆਂ ਗੱਡੀਆਂ ਦੀਆਂ ਸੀਗੀਆਂ, ਕਾਨਵਾਈ ਤੁਰੀ ਆਉਂਦੀ ਸੀ ਉਹਨਾਂ ਦੀ, ਤੇ ਅਸੀਂ ਸੱਜੇ ਹੱਥ ਮੁੜ ਗਏ। ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਵੀ ਕਿਹੜੇ ਰਸਤੇ ਭਾਈ ਦਾਰਾ ਸਿੰਘ ਉਸ ਟਰੱਕ ਨੂੰ ਲੈ ਕੇ ਆਏ। ਜਦੋਂ ਨਾਰਨਵਾਲ ਪਹੁੰਚੇ, ਸੰਤਾਂ ਦਾ ਬਹੁਤ ਪਰਿਵਾਰਕ ਸ਼ਰਧਾਲੂ ਸੰਤ ਬਾਬਾ ਗੁਰਬਚਨ ਸਿੰਘ ਜੀ ਵੇਲੇ ਤੋਂ ਗਰੇਵਾਲ ਪਰਿਵਾਰ ਹੈ, ਸਰਦਾਰ ਤੇਜਵੰਤ ਸਿੰਘ ਹੋਣੀ ਤੇ ਮਨਮੋਹਨ ਸੋਹਣੀ, ਇਹ ਸਾਰੇ ਸਿੰਘ ਕੁਲਵੀਰ ਸੋਹਣੀ ਇਸ ਪਰਿਵਾਰ ਦੇ ਘਰੇ ਮਹਾਂਪੁਰਖ ਕੁਛ ਸਮਾਂ ਠਹਿਰੇ ਉੱਥੇ। ਉਸ ਤੋਂ ਬਾਅਦ ਫਿਰ ਚੱਲ ਪਏ, ਫਿਰ ਅਸੀਂ ਮਤਲਬ ਕਿ ਜਿਹੜਾ ਗੋਬਿੰਦਵਾਲ ਸਾਹਿਬ ਹੈ, ਹੁਣ ਬਾਅਦ ਚ ਪਤਾ ਲੱਗਿਆ ਸਾਨੂੰ, ਮਤਲਬ ਕਿ ਉਦੋਂ ਨੀ ਸੀ ਮਤਲਬ ਕਿ ਮਹਿਸੂਸ ਹੋ ਰਿਹਾ, ਉੱਥੇ ਨਾ ਖੱਡਾਂ ਜੀਆਂ ਨੇ ਰੇਤੇ ਦੀਆਂ। ਅੱਛਾ ਜੀ। ਮੈਂ ਭਾਈ ਦਿਆਲ ਸਿੰਘ ਨੂੰ ਕਿਹਾ, ਮੈਂ ਕਿਹਾ ਦਿਆਲ ਸਿੰਘ ਲੱਗਦਾ ਆਪਾਂ ਨੂੰ ਮਹਾਂਪੁਰਖ ਨਾ ਜੰਮੂ ਕਸ਼ਮੀਰ ਚ ਲੈ ਆਏ ਨੇ ਪਹਾੜੀਆਂ ਚ, ਇਸ ਤਰ੍ਹਾਂ ਦਾ ਸਵੇਰ ਦਾ ਸਮਾਂ ਸੀ ਪ੍ਰਤੀਤ ਹੁੰਦਾ ਸੀਗਾ। ਪਰ ਉਹ ਸੀਗਾ ਗੋਬਿੰਦਵਾਲ ਜਿਹੜਾ ਪੁਲ ਸੀਗਾ, ਉੱਥੇ ਉਹ ਕ੍ਰਾਸ ਕੀਤਾ। 4:15 ਵਜੇ ਅਸੀਂ ਸਾਰੇ ਫਿਰ ਮਹਿਤੇ ਪਹੁੰਚੇ। ਅੱਛਾ ਜੀ। ਗੁਰਦੁਆਰਾ ਸਾਹਿਬ ਸਿੰਘਾਂ ਨੇ ਜਕਾਰੇ ਛੱਡੇ, ਸਿੰਘ ਵੀ ਸਾਰੇ ਇਕੱਠੇ ਹੋ ਗਏ। ਤੇ ਉਸ ਤੋਂ ਬਾਅਦ ਇੱਥੇ ਫਿਰ ਮਤਲਬ ਕਿ ਸੰਤਾਂ ਨੇ 20 ਅਗਸਤ ਨੂੰ, ਮਹਾਰਾ 20 ਜਿਹੜੀ ਤਰੀਕ ਸੀਗੀ ਉਸ ਦਿਨ ਫਿਰ ਸੰਤਾਂ ਨੇ ਗ੍ਰਿਫਤਾਰੀ ਦਿੱਤੀ ਸੀ ਪਹਿਲਾਂ, ਜਦੋਂ ਇਹ ਗੱਲ ਕਰਕੇ ਵੀ ਹਾਂ ਸਾਡੇ ਸਿੰਘ ਸਾਰੇ ਛੱਡੋ ਜਿਹੜੇ ਉਹਨਾਂ ਨੇ। ਉਦੋਂ ਬਾਅਦ ਜਾ ਕੇ ਹਜ ਪੁਲਿਸ ਨੇ ਅਟੈਕ ਕਰਤਾ ਸਿੱਧਾ ਜਾ ਕੇ ਚੰਦੋ ਕਲਾਂ। ਅੱਛਾ। ਉਹਨਾਂ ਪੁੱਛਿਆ ਨੀ ਕਿ ਕਿਹਾ ਮਤਲਬ ਅਟੈਕ ਕਰਤਾ? ਜਿਹੜੇ ਉੱਥੇ ਮੌਜੂਦ ਸਿੰਘ ਸੀਗੇ ਉਹਨਾਂ ਨੇ ਵੀ ਦੱਸੀ ਇਹ ਗੱਲ ਵੀ ਉਹਨਾਂ ਨੇ ਆ ਕੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਠੀਕ। ਪਰ ਲੇਕਿਨ ਜਦੋਂ ਸਿੰਘਾਂ ਨੇ ਗੁਰਦੁਆਰੇ ਦੇ ਸਪੀਕਰ ਵਿੱਚ ਅਨਾਊਂਸਮੈਂਟ ਕੀਤੀ ਵੀ ਸੰਤ ਇੱਥੇ ਨਹੀਂ, ਸੰਤ ਚਲੇ ਗਏ ਨੇ, ਤਾਂ ਉਹਨਾਂ ਨੇ ਮਤਲਬ ਕਿ ਭੜਕਾਉਣ ਵਿੱਚ ਆ ਕੇ ਦੋਨੇ ਬੱਸਾਂ ਸਾਰੀਆਂ ਨੂੰ ਅੱਗ ਲਾ ਦਿੱਤੀ। ਅੱਛਾ ਜੀ। ਪਿੰਡ ਦੇ ਘਰ ਘਰ ਨੂੰ ਉਹਨਾਂ ਨੇ ਤਲਾਸ਼ੀ ਕੀਤੀ। ਹਾਂਜੀ। 1,00,000 ਤੋਂ ਵੱਧ ਉੱਥੇ ਗਹਿਣਾ ਉਹਨਾਂ ਨੇ ਲੁੱਟਿਆ ਉਸ ਵੇਲੇ। ਹਾਂਜੀ। ਮਤਲਬ ਕਿ ਇਹ ਜਿਹੜੀ ਗੱਲ ਹੈ ਮਤਲਬ ਕਿ ਉਹ ਜਦੋਂ ਫਿਰ ਮਹਾਂਪੁਰਖ ਇੱਥੇ ਪਹੁੰਚ ਗਏ, ਉਦੋਂ ਬਾਅਦ ਉਹਨਾਂ ਨੇ ਸਿੰਘਾਂ ਨੂੰ, ਬਾਬਾ ਠਾਕੁਰ ਸਿੰਘਾਂ ਨੂੰ ਵੀ, ਬਾਕੀ ਸਿੰਘਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਫਿਰ ਮਹਾਂਪੁਰਖਾਂ ਦੇ ਕਹਿਣ ਤੇ ਜਦੋਂ ਇੱਥੇ ਇਹ ਸੰਤਾਂ ਨੇ ਸ਼ਰਤ ਰੱਖੀ ਵੀ ਮੈਂ ਤਾਂ ਗ੍ਰਿਫਤਾਰੀ ਦਿਊਂਗਾ, ਪਹਿਲਾਂ ਸਾਰੇ ਸਿੰਘ ਮੇਰੇ ਇੱਥੇ ਰਿਹਾ ਕਰਕੇ ਸਾਡੇ ਕੋਲ ਭੇਜੋ। ਠੀਕ ਹੈ। ਫਿਰ ਉਹ ਸਿੰਘ ਸਾਰੇ ਆ ਗਏ, 5,00,000 ਤੋਂ ਵੱਧ ਉੱਥੇ ਉਸ ਦਿਨ ਮੇਰਾ ਇਕੱਠ ਸੀ ਬੜਾ ਵੱਡਾ, ਜਿਹਦੇ ਸੰਤਾਂ ਨੇ ਗ੍ਰਿਫਤਾਰੀ ਦਿੱਤੀ। ਉਸ ਦਿਨ ਮਹਾਂਪੁਰਖਾਂ ਨੇ ਉਹ ਤਾਂ ਦਸਤਾਰ ਸਾਰੀ ਨੀਲੀਓ ਬੰਨਦੇ ਹੁੰਦੇ ਸੀ, ਭਾਵੇਂ 4 ਸਿੰਘ ਨੇ ਖਾਲਸੇ ਦੇ, ਚਿੱਟਾ ਪੀਲਾ ਤੇ ਕਾਲਾ ਤੇ ਨੀਲਾ, ਹਾਂਜੀ, ਚਿੱਟਾ ਰੰਗ ਜ਼ਿਆਦਾ ਫੇਵਰਿਟ ਸੀਗਾ ਉਹ ਬੰਨਦੇ ਹੁੰਦੇ ਸੀਗੇ, ਪਰ ਉਸ ਦਿਨ ਸੰਤਾਂ ਨੇ ਪੀਲੀ ਦਸਤਾਰ ਬੰਨੀ ਸੀਗੀ। ਅੱਛਾ ਜੀ।
ਕੁਝ ਗਾਈਡਡ ਪੱਤਰਕਾਰ ਸੀ ਉਹਨਾਂ ਨੇ ਪੁੱਛਿਆ ਵੀ ਸੰਤ ਜੀ ਅੱਜ ਕੀ ਹਾਲ ਤੁਸੀਂ ਇਹ ਪੁਲਿਸ ਤੋਂ ਕੋਈ ਪਾਸਾ ਵੱਟਣ ਵਾਸਤੇ ਚੇਂਜ ਕੀਤਾ ਕਹਿੰਦੇ ਨਹੀਂ ਕਹਿੰਦੇ ਸਾਡੀ ਰਵਾਇਤ ਹੈ ਸਾਡੇ ਪਰਿਵਾਰਾਂ ਦੇ ਵਿੱਚ ਜਦੋਂ ਕੋਈ ਕਿਸੇ ਮੁੰਡੇ ਦਾ ਵਿਆਹ ਹੁੰਦਾ ਤਾਂ ਉਹ ਜਿਹੜੀ ਕੇਸਰੀ ਦਸਤਾਰ ਸਜਾਉਂਦਾ ਹੈ ਠੀਕ ਜਿਹੜਾ ਜਗਰੀ ਹੈ ਦਰਬਾਰਾ ਜਿਹਦੇ ਕੋਲ ਗ੍ਰੰਥੀ ਸਿੰਘ ਹਨ ਮੈਂ ਲਾੜੀ ਮੌਤ ਨੂੰ ਵਿਆਹਣ ਵਾਸਤੇ ਜਾਣਾ ਤੇ ਮੈਂ ਦਸਤਾਰਾ ਜੀ ਸਜਾਈ ਹੈ ਜਿਹਨਾਂ ਕੋਲ ਗ੍ਰੰਥੀ ਸਿੰਘ ਹੈ ਤਾਂ ਮੇਰੀਆਂ ਲਾਵਾਂ ਜ਼ਰੂਰ ਪੜ ਦੇਣ ਇਹ ਮਹਾਂਪੁਰਖ ਡਿੰਡਰਤਾ ਦੇ ਬਚਨ ਸੀ ਹਾਂਜੀ ਤੇ ਉਹ ਜਦੋਂ ਉਦੋਂ ਗ੍ਰਿਫਤਾਰੀ ਦੇਣ ਤੋਂ ਮਤਲਬ ਕਿ ਮਹਾਂਪੁਰਖਾਂ ਨੇ ਬੜੇ ਪਿਆਰ ਦੇ ਨਾਲ ਜਿਹੜੀ ਸੰਗਤ ਨੂੰ ਵੀ ਬੇਨਤੀ ਕੀਤੀ ਵੀ ਕੋਈ ਕਿਸੇ ਨੂੰ ਗਾਲ ਨਾ ਕੱਢੇ ਕੋਈ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਹਰਕਤ ਨਾ ਕਰੇ ਪਰ ਅਸ਼ਾਂਤਮਈ ਢੰਗ ਨਾਲ ਆਪਾਂ ਨੇ ਸਾਰਾ ਪ੍ਰੋਗਰਾਮ ਕਰਨਾ ਹੈ ਠੀਕ ਹੈ ਉਹ ਜਰਨੈਲ ਸਿੰਘ ਸੀ ਆਫੀਸਰ ਉਹਦੀ ਗੱਡੀ ਵਿੱਚ ਭਾਵੇਂ ਉਸ ਵੇਲੇ ਜਹਿਦਾਰ ਸੰਤੋਖ ਸਿੰਘ ਜਿਹੜੇ ਦਿੱਲੀ ਤੋਂ ਆਏ ਸੀ ਉਹਨਾਂ ਨੇ ਗੱਡੀ ਮੁੜ ਵੀ ਪੈ ਗਏ ਸੀ ਉਹ ਕਹਿੰਦੇ ਮੈਂ ਨਹੀਂ ਜਾਣ ਦੇਣਾ ਸੰਤਾਂ ਨੂੰ ਪਰ ਬੜੇ ਪਿਆਰ ਦੇ ਨਾਲ ਉਹਨੂੰ ਸਮਝਾ ਕੇ ਸਾਰਾ ਕੰਟਰੋਲ 'ਚ ਕਰਕੇ ਤੁਰੇ ਪਰ ਬਾਅਦ ਦੇ ਵਿੱਚ ਪੁਲਿਸ ਨੇ ਘਬਰਾਹਟ ਵਿੱਚ ਆ ਕੇ ਗੱਲ ਕਰਕੇ ਤਕਰੀਬਨ 18-19 ਸਿੰਘ ਸ਼ਹੀਦ ਕਰ ਦਿੱਤੇ ਸੀਗੇ ਇਹ ਜਦੋਂ ਮਹਿਤਾ ਚੌਂਕ ਮਤਲਬ ਸੰਤਾਂ ਨੇ ਗ੍ਰਿਫਤਾਰੀ ਦਿੱਤੀ ਉਦੋਂ ਦੀ ਗੱਲ ਆ ਚਲੇ ਗਏ ਸੀਗੇ ਲੈ ਕੇ ਤੇ ਉਦੋਂ ਬਾਅਦ ਪੁਲਿਸ ਨੇ ਮਤਲਬ ਕਿ ਘਬਰਾਹਟ ਵਿੱਚ ਆ ਕੇ ਵੀ ਸੰਗਤ ਜਾ ਰਹੀ ਸੀਗੀ ਤੇ ਉਦੋਂ ਉਹਨਾਂ ਨੇ ਫਿਰ ਗੋਲੀ ਚਲਾ ਕੇ 18-19 ਸਿੰਘ ਦੇ ਸਿੰਘ ਸ਼ਹੀਦ ਕਰ ਦਿੱਤੇ ਜਿਹਨਾਂ ਦਾ ਅੱਜ ਤੱਕ ਸਾਨੂੰ ਕੋਈ ਨਿਆਂ ਨਹੀਂ ਮਿਲਿਆ ਠੀਕ ਇਹ ਸੀਗਾ ਮਤਲਬ ਕਿ ਚੰਦੋ ਕਲਾਂ ਦਾ ਜਿਹੜਾ ਸੀ ਕਾਂਡ ਸੀਗਾ ਮਤਲਬ ਕਿ ਜਗਤ ਨਾਰਾਇਣ ਦੀ ਉਹਦੀ ਮੌਤ ਬਾਅਦ 2-3 ਦਿਨਾਂ ਦੇ ਕਾਂਡ ਜਾਰੀ ਕਰ ਦਿੱਤੇ ਗ੍ਰਿਫਤਾਰੀ ਵੀ ਮਹਾਂਪੁਰਖਾਂ ਦੀ ਹੋ ਗਈ ਫਿਰ ਸੰਤ 25 ਦਿਨ ਜੇਲ੍ਹ ਵਿੱਚ ਰਹੇ ਠੀਕ ਫਿਰ ਉੱਥੋਂ ਰਿਹਾਅ ਹੋਏ ਬਾਇਜ਼ਤ ਮਤਲਬ ਰਿਹਾਅ ਕੀਤਾ ਗਿਆ ਸਮੇਂ ਦੀ ਸਰਕਾਰ ਨੇ ਫਿਰ ਤੂਫਾਨੀ ਦੌਰੇ ਕੀਤੇ ਮਹਾਂਪੁਰਖਾਂ ਨੇ ਸਾਰੀ ਸੰਗਤ ਨੂੰ ਟਿਕੇ ਨਹੀਂ ਕਿਉਂਕਿ ਸੰਗਤਾਂ ਦੇ ਨਾਲ ਬੜਾ ਪਿਆਰ ਤੇ ਸਤਿਕਾਰ ਸੀਗਾ ਤੇ ਫਿਰ ਸਾਰੇ ਪਿੰਡਾਂ ਵਿੱਚ ਮਹਾਂਪੁਰਖਾਂ ਦੇ ਤੂਫਾਨੀ ਦੌਰੇ ਕਰਕੇ ਸੰਗਤਾਂ ਦਾ ਧੰਨਵਾਦ ਵੀ ਕੀਤਾ ਗੁਰੂ ਨਾਨਕ ਨਿਵਾਸ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਿੱਦਾਂ ਕਿੱਦਾਂ ਪਹੁੰਚੇ ਧਰਮ ਯੁੱਧ ਮੋਰਚੇ ਕਰਕੇ ਜਾਂ ਵੈਸੇ ਹੀ ਉੱਥੇ ਚੱਲ ਗਿਆ ਸੀ ਮੇਰੀ ਬੇਨਤੀ ਸੁਣੋ ਭਾਈ ਰਵੀ ਸਿੰਘ ਉਹ ਸਾਰਾ ਪ੍ਰੋਗਰਾਮ ਇਸ ਤਰ੍ਹਾਂ ਚੱਲ ਰਿਹਾ ਸੀ ਸਮੂਥ ਅੱਛਾ ਜੀ ਇਹ ਵੀ ਸਾਰਾ ਪਾਣਾ ਪਹਿਲਾਂ ਸੰਤ ਬਾਬਾ ਕਰਤਾ ਸੰਤ ਨੂੰ ਨਰਕ ਧਾਰੀਏ ਦੀ ਜਿਹੜੀ ਸੀ ਮਤਲਬ ਕਿ ਕਤਲ ਹੋਇਆ ਸੀ ਉਹਦਾ ਸਿੰਘਾਂ ਨੇ ਗੱਡੀ ਚੜਾਇਆ ਸੀ ਉਹਨੂੰ ਉਹਦੀ ਪੁੱਛਗਿਛ ਕੀਤੀ ਗਈ ਉਹ 'ਚ ਬਾਅਦ ਸੰਤਾਂ ਨੂੰ ਬਰੀ ਕੀਤਾ ਗਿਆ ਫਿਰ ਲਾਲਾ ਜਗਤ ਨਾਰਾਇਣ ਦੀ ਪੁੱਛਗਿਛ ਵਿੱਚ ਸੰਤਾਂ ਨੂੰ ਗ੍ਰਿਫਤਾਰ ਕੀਤਾ ਗਿਆ 25 ਦਿਨ ਜੇਲ੍ਹ ਵਿੱਚ ਰਹੇ ਮਹਾਂਪੁਰਖ ਉਸ ਤੋਂ ਬਾਅਦ ਫਿਰ ਉਸੇ ਤਰ੍ਹਾਂ ਪ੍ਰੋਗਰਾਮ ਚੱਲਦਾ ਰਿਹਾ ਠੀਕ ਹੈ ਤੇ ਕੁਝ ਸਿੰਘਾਂ ਨੂੰ ਨਜਾਇਜ਼ ਤੰਗ ਕਰ ਰਹੀ ਸੀ ਸਰਕਾਰ ਤੇ ਪੁਲਿਸ ਤੇ ਉਹਨਾਂ ਨੂੰ ਫੜ ਕੇ ਮਤਲਬ ਕਿ ਤਸ਼ੱਦਦ ਕਰ ਰਹੀ ਸੀ ਜਿਵੇਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਵਰਕਰ ਸੀਗੇ ਨੌਜਵਾਨ ਵੀਰ ਸੀਗੇ ਉਹਨਾਂ ਵਿੱਚੋਂ ਵੀ ਤੇ ਕੁਝ ਸਿੰਘ ਅਖੰਡ ਕੀਰਤਨੀ ਜਹਿਦੇ ਸਿੰਘ ਜਿਹੜੇ ਸੀਗੇ ਇਸ ਤਰ੍ਹਾਂ ਕੋਈ ਟਕਸਾਲ ਦੁਮਨੀ ਟਕਸਾਲ ਦੇ ਸਿੰਘ ਸੀਗੇ ਤੇ ਉਹਨਾਂ ਨੂੰ ਨਜਾਇਜ਼ ਤੰਗ ਕੀਤਾ ਜਾ ਰਿਹਾ ਸੀ ਜਿਵੇਂ ਭਾਈ ਕੁਲਵੰਤ ਸਿੰਘ ਨਾਗੋ ਕਿਆਲ ਨੂੰ ਪਹਿਲਾਂ ਸਿੰਘ ਸ਼ਹੀਦ ਕੀਤਾ ਗਿਆ ਬਗੈਰ ਇਸੇ ਤਰ੍ਹਾਂ ਮਤਲਬ ਕਿ ਤਕਰੀਬਨ ਇਹ ਸਿਲਸਿਲਾ ਜਿਹੜਾ ਸੀਗਾ ਚੱਲ ਰਿਹਾ ਸੀ ਤੇ ਭਾਈ ਅਮਰੀਕ ਸਿੰਘ ਜੀ ਤੇ ਬਾਬਾ 18 ਸਿੰਘ ਜੀ ਇਹਨਾਂ ਸਿੰਘਾਂ ਦੀ ਸਾਰੀ ਮਤਲਬ ਪੈਰਵਾਹੀ ਕਰਦੇ ਸੀਗੇ ਟਕਸਾਲ ਵੱਲੋਂ ਹਾਂਜੀ ਤੇ ਬਾਬਾ ਉੱਤਮ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਉਹਨਾਂ ਨੂੰ ਮਿਲਣ ਵਾਸਤੇ ਜਦੋਂ ਆਏ ਸੀ ਮਹਿਤੇ ਤੇ ਉਹਨਾਂ ਨੂੰ ਛੱਡਣ ਵਾਸਤੇ ਮਹੰਤ ਜੰਗੀਰ ਸਿੰਘ ਜੀ ਭਾਈ ਨਰਿੰਦਰ ਸਿੰਘ ਜੀ ਤੇ ਭਾਈ ਇਸੇ ਤਰ੍ਹਾਂ ਜਿਹੜੇ ਸਿੰਘ ਸੀ ਭਾਈ ਜੈਬ ਸਿੰਘ ਗਏ ਸੀਗੇ ਜੀ ਅੱਛਾ ਜੀ ਇਹਨਾਂ ਨੂੰ ਜਦੋਂ ਇਹ ਵਾਪਸ ਆਏ ਤਾਂ ਇਹਨਾਂ ਨੂੰ ਤਿੰਨਾਂ ਸਿੰਘਾਂ ਨੂੰ ਮਤਲਬ ਕਿ ਜਿਹੜਾ ਸੀ ਇਕਬਾਲ ਸਿੰਘ ਸੀ ਮੇਰਾ ਖਿਆਲ ਹੈ ਉਹਦਾ ਨਾਂ SHO ਦਾ ਸੀਗਾ ਬਾਬੇ ਬਕਾਲੇ ਠੀਕ ਉਹਨਾਂ ਨੇ ਅਰੈਸਟ ਕਰ ਲਿਆ ਇਹਨਾਂ ਨੂੰ ਹਾਂਜੀ ਅਰੈਸਟ ਕੀਤਾ ਇਹਨਾਂ ਦੀ ਪੈਰਵਾਈ ਵਾਸਤੇ ਬਾਬਾ 18 ਸਿੰਘ ਵਿੱਚ ਜੀਪ ਗ੍ਰਿਫਤਾਰ ਉਹਨਾਂ ਨੇ ਅਰੈਸਟ ਕਰ ਲਈ ਤੇ ਸਿੰਘ ਰਜਿਸਟਰ ਕੀਤੇ ਤੇ ਇਹਨਾਂ ਦੀ ਪੈਰਵਾਈ ਵਾਸਤੇ ਬਾਬਾ 18 ਸਿੰਘ ਜੀ ਤੇ ਭਾਈ ਅਮਰੀਕ ਸਿੰਘ ਜੀ ਗਵਰਨਰ ਨੂੰ ਮਿਲਣ ਵਾਸਤੇ ਉੱਥੇ ਪਹੁੰਚੇ ਸੀਗੇ ਅੰਮ੍ਰਿਤਸਰ ਸਾਹਿਬ ਹਾਂਜੀ ਤੇ ਇਹਨਾਂ ਨੂੰ ਵੀ ਉਹਨਾਂ ਨੇ ਸਮਾਂ ਤੇ ਗੱਲਬਾਤ ਕੀ ਸੁਣਨੀ ਸੀ ਅਰੈਸਟ ਕਰ ਲਿਆ ਠੀਕ ਇਹ 19 ਜੁਲਾਈ 1982 ਦਾ ਦਿਨ ਸੀ ਠੀਕ ਹੈ 19 ਜੁਲਾਈ 1982 ਨੂੰ ਮਹਿਬਰ ਮਹਾਂਪੁਰਖਾਂ ਨੇ ਮਤਲਬ ਕਿ ਜਦੋਂ ਇਹ ਪਤਾ ਲੱਗਿਆ ਵੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਭਾਵੇਂ ਸਰੀਰਕ ਤੌਰ ਤੇ ਢਿੱਲੇ ਸੀ ਉਸ ਦਿਨ ਅੱਛਾ ਜੀ ਸੀਗੇ ਤਾਂ ਉਸ ਵੇਲੇ ਸਿੰਘਾਂ ਨੂੰ ਨਾਲ ਲੈ ਕੇ ਮਤਲਬ ਉਸ ਸੰਤਾਂ ਨੇ ਯਕਦਮ ਪ੍ਰੋਗਰਾਮ ਬਣਾਇਆ ਤੇ ਆਪ ਸਿੱਧੇ ਹੀ ਅੰਮ੍ਰਿਤਸਰ ਸਾਹਿਬ ਪਹੁੰਚੇ ਠੀਕ ਬਾਬੇ ਖੜਕ ਸਿੰਘ ਨਾਲ ਬਹੁਤ ਪ੍ਰੇਮ ਸੀ ਕਾਰ ਸੇਵਾ ਨਾਲ ਮਹਾਂਪੁਰਸ਼ਾਂ ਨਾਲ ਹਾਂਜੀ ਉਹਨਾਂ ਨਾਲ ਕੁਝ ਮੇਲ ਮਿਲਾਪ ਕੀਤਾ ਤੇ ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਮਹਾਂਪੁਰਖਾਂ ਨੇ ਐਲਾਨ ਕਰ ਦਿੱਤਾ ਕਿ ਜਿੰਨਾ ਚਿਰ ਸਿੰਘ ਸਾਡੇ ਰਿਹਾ ਨਹੀਂ ਕੀਤੇ ਜਾਂਦੇ ਉਹਨਾਂ ਚਿਰ ਸਾਡਾ ਮੋਰਚਾ ਆਰੰਭ ਹੋਵੇਗਾ ਚੱਲੇ
51 ਸਿੰਘਾਂ ਦਾ ਮੋਰਚਾ ਜਿਹੜਾ ਸੀਗਾ 19 ਜੁਲਾਈ 1982 ਨੂੰ ਅਕਾਲ ਤਖਤ ਸਾਹਿਬ ਤੇ ਮਹਾਂਪੁਰਖਾਂ ਨੇ ਅਰਦਾਸ ਬੇਨਤੀ ਕੀਤੀ। ਭਾਈ ਰਵੀਰ ਸਿੰਘ ਜੀ, ਅਰਦਾਸ ਬੇਨਤੀ ਦੇ ਸ਼ਬਦ ਜਿਹੜੇ ਸਨ ਮਹਾਂਪੁਰਖਾਂ ਦੇ, ਤੇ ਉਹ ਬਹੁਤ ਹੀ ਮਤਲਬ ਕਿ ਇਸ ਢੰਗ ਦੇ ਸੀਗੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਨੂੰ, ਕਿਉਂਕਿ ਸਾਖਿਆਤ ਰੂਪ ਮਹਾਰਾਜ ਦੇ ਪਾਤਸ਼ਾਹ ਇਸ ਰੂਪ ਨੂੰ ਜਾਣਦੇ ਸੀ, ਤੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ। ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸਿੰਘਾਂ ਤੇ ਤੇਰੀ ਕੌਮ ਤੇ ਤਸ਼ੱਦਦ ਸਮੇਂ ਦੀ ਜ਼ਾਲਮ ਸਰਕਾਰ ਕਰ ਰਹੀ ਹੈ, ਸਾਨੂੰ ਇਹਨਾਂ ਦੀ ਰਿਹਾਈ ਵਾਸਤੇ, ਜੇ ਤਾਂ ਮੈਂ ਮੋਰਚਾ ਲਾ ਰਿਹਾ ਇਹਨਾਂ ਦੀ ਸਿੰਘਾਂ ਦੀ ਰਿਹਾਈ ਵਾਸਤੇ, ਤਾਂ ਮਹਾਰਾਜ ਮੈਨੂੰ ਸਫਲਤਾ ਮਿਲੇ। ਜੇ ਮੈਂ ਆਪਣੀ ਵਡਿਆਈ ਵਾਸਤੇ, ਆਪਣੀ ਸ਼ੋਹਰਤ ਵਾਸਤੇ ਮੋਰਚਾ ਲਾਉਣ ਲੱਗਾ ਤਾਂ ਮੈਨੂੰ ਅਸਫਲਤਾ ਮਿਲੇ। ਠੀਕ, ਇਹ ਵਚਨ ਮਹਾਂਪੁਰਖਾਂ ਨੇ ਕਹੇ, ਪਰ ਲੇਕਿਨ ਕਿਉਂਕਿ ਉਸ ਵੇਲੇ ਇਹੀ ਸੀਗਾ ਮੰਗ ਇੱਕੋ ਹੀ ਕਿ ਜਿਹੜੇ ਨਜਾਇਜ਼ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਛੱਡਿਆ ਜਾਵੇ। ਠੀਕ ਹੈ, ਉਸ ਵੇਲੇ ਜਿਹੜਾ ਸਮੇਂ ਦੇ ਹਾਲਾਤ ਸੀ ਅਕਾਲੀ ਦਲ ਦੇ, ਅਕਾਲੀ ਦਲ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀਗਾ। ਹਾਂਜੀ, ਇੱਕ ਹਿੱਸਾ ਸੀ ਸਰਦਾਰ ਜਗਦੇਵ ਸਿੰਘ ਤਲਵੰਡੀ ਦਾ, ਜਿਨ੍ਹਾਂ ਨੇ ਆਨੰਦਪੁਰ ਸਾਹਿਬ ਦਾ ਮਤਾ ਲੈਣ ਵਾਸਤੇ ਮੋਰਚਾ ਲਾਇਆ ਦਿੱਲੀ ਤਿਹਾੜ ਜੇਲ ਵਿੱਚ ਸੀਗੇ। ਹਾਂ, ਇੱਕ ਮੋਰਚਾ ਲੱਗਿਆ ਸੀ ਕਪੂਰੀ ਦਾ। ਠੀਕ ਹੈ, ਤੇ ਕਪੂਰੀ ਦੇ ਪਾਣੀ ਦੇ ਮਸਲਿਆਂ ਨੂੰ ਲੈ ਕੇ ਇਹਨਾਂ ਨੇ ਮੋਰਚਾ ਲਾਇਆ ਸੀ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਉਹਨਾਂ ਨੇ, ਇਹ ਪ੍ਰਧਾਨ ਸੀ ਉਸ ਵੇਲੇ ਉਸ ਅਕਾਲੀ ਦਲ ਦੇ, ਪਾਰ ਦਿੰਦੇ ਦਇਆ ਕਰਦੇ ਸੀਗੇ, ਤੇ ਉੱਥੇ ਇਹ ਮੋਰਚਾ ਇਹਨਾਂ ਲਾਇਆ ਸੀਗਾ। ਠੀਕ ਹੈ, ਜਰਨੈਲ ਸਿੰਘ ਜੀ ਨੇ ਮੋਰਚਾ ਇੱਥੇ ਲਾ ਦਿੱਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ 19 ਜੁਲਾਈ 1982 ਨੂੰ। ਹਾਂਜੀ, 51 ਰੋਜ਼ ਗ੍ਰਿਫਤਾਰੀ ਦੇਣ ਵਾਸਤੇ ਚੱਲ ਪਏ। ਫਿਰ ਕੁਝ ਜਿਹੜੇ ਕੌਮ ਦੇ ਦਰਦੀ ਸੀਗੇ, ਦਰਦ ਰੱਖਣ ਵਾਲੇ ਸੀਗੇ, ਕੌਮ ਨੂੰ ਇਕੱਠਾ ਦੇਖਣ ਵਾਲੇ ਸੀ, ਉਹਨਾਂ ਨੇ ਵੀ ਦੇਣੀ। ਠੀਕ, ਇਹ ਵੀ ਆਪਾਂ ਸਾਰਿਆਂ ਨੂੰ ਇਕੱਠਾ ਹੋ ਕੇ ਇਹ ਮੋਰਚਾ ਲਾਉਣਾ ਚਾਹੀਦਾ। ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਆ ਕੇ ਉਹਨਾਂ ਨੇ ਗੱਲ ਕੀਤੀ। ਸੰਤ ਕਹਿੰਦੇ ਵੀ ਠੀਕ ਹੈ, ਮੈਂ ਤਾਂ ਕਦੇ ਵੀ ਇਸ ਤਰ੍ਹਾਂ ਦੀ ਇੱਛਾ ਨਹੀਂ ਰੱਖੀ ਕਦੇ ਵੀ ਜਿਹੜਾ ਵੀ ਕੌਮ ਇਕੱਠੀ ਨਾ ਹੋਵੇ, ਕਿਉਂਕਿ ਸਾਡੇ ਗੁਰੂ ਪਾਤਸ਼ਾਹ ਦੇ ਪਵਿੱਤਰ ਬਚਨ ਨੇ, ਹੋਏ ਇਕੱਠੇ ਮਿਲੋ ਮੇਰੇ ਭਾਈ, ਦੁਬਧਾ ਦੂਰ ਲਵਲਾਇਆ ਗੁਰਮੁਖ ਬੈਸੋ ਸਫਾ ਵਿਸ਼ਾ, ਜੀਵਨ ਹੈ ਸਾਡਾ ਤਾਂ ਅਸੀਂ ਏਕਤਾ ਚਾਹੁੰਦੇ ਹਾਂ, ਤਾਂ ਉਹ ਏਕਤਾ ਕੀਤੀ ਗਈ। ਉਹਦੇ ਵਿੱਚ ਫਿਰ ਇਹਨਾਂ ਨੇ ਆਪਦੀਆਂ ਮੰਗਾਂ ਰੱਖੀਆਂ, ਆਨੰਦਪੁਰ ਸਾਹਿਬ ਦਾ ਮਤਾ ਜਿਹਦੇ ਵਿੱਚ 45 ਕੁ ਮੰਗਾਂ ਸੀਗੀਆਂ, ਵਿੱਚ ਉਹਦੇ ਪੰਜਾਬੀ ਬੋਲਦੇ ਇਲਾਕੇ, ਪਾਣੀ ਦਾ ਮਸਲਾ, ਚੰਡੀਗੜ੍ਹ ਦਾ ਮਸਲਾ, ਇਹ ਤਾਂ ਕਿਹੜੇ ਮਸਲੇ ਸੀਗੇ। ਹਾਂਜੀ, ਵੀ ਅਸੀਂ ਇਹ ਉਨਾ ਚਿਰ ਜਿੰਨਾ ਚਿਰ ਸਾਡਾ ਮੋਰਚਾ ਚੱਲੂਗਾ, ਇਹਦਾ ਨਾਂ ਧਰਮ ਜਦੋਂ ਮੋਰਚਾ ਦਿੱਤਾ ਗਿਆ ਉਨਾ ਚਿਰ ਚੱਲੂ, ਜਿੰਨਾ ਚਿਰ ਮੰਗਾਂ ਨਹੀਂ ਮੰਗੀਆਂ ਜਾਣਗੀਆਂ। ਠੀਕ ਹੈ, ਸੰਤਾਂ ਦਾ ਮੋਰਚਾ ਸਿਰਫ ਇੱਥੋਂ ਤੱਕ ਸੀ ਕਿ ਵੀ ਸਾਡੇ ਸਿੰਘ ਰਿਹਾ ਕੀਤੇ ਜਾਣ, ਤੇ ਪਰ ਜਦੋਂ ਇਹ ਮੋਰਚਾ ਇਹਨਾਂ ਨੇ ਕਿਹਾ ਵੀ ਆਪਾਂ ਸਾਂਝਾ ਲਾਉਣਾ, ਫਿਰ ਮਹਾਂਪੁਰਖਾਂ ਨੇ ਵੀ ਹਾਮੀ ਭਰ ਦਿੱਤੀ ਵੀ ਠੀਕ ਹੈ, ਅਸੀਂ ਇਹਨਾਂ ਮੰਗਾਂ ਦੇ ਨਾਲ ਸਹਿਮਤ ਹਾਂ। ਠੀਕ ਹੈ, ਇੱਥੋਂ ਫਿਰ 4 ਅਗਸਤ 1982 ਨੂੰ ਇਹ ਧਰਮ ਮੋਰਚਾ ਆਰੰਭ ਹੋਇਆ, ਤੇ ਅੱਗੇ ਫਿਰ ਇਹ ਸਾਰਾ ਇਸ ਤਰ੍ਹਾਂ ਇਹਦੀ ਸ਼ੁਰੂਆਤ ਹੋਈ ਜੀ। ਇਹ ਜਦੋਂ ਇਹ ਮੋਰਚਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਇਹ ਮਤਲਬ 84 ਤੱਕ ਪਹੁੰਚਿਆ, ਕੀ ਘਟਨਾਵਾਂ ਜਿਹੜੀਆਂ ਵਿੱਚ ਵਾਪਰੀਆਂ, ਬਈ ਹਾਲਾਤ 1984 ਦੇ, ਮਤਲਬ ਭਾਰਤ ਸਰਕਾਰ ਮਤਲਬ ਹਮਲਾ ਕਰਨ ਤੇ ਉਤਰ ਆਈ। ਦੇਖੋ ਬੇਨਤੀ ਇਸ ਤਰ੍ਹਾਂ ਵੀ ਜਿਹੜਾ ਹਾਲਾਤ ਸੀਗੇ ਦਿਨ ਬ ਦਿਨ, ਸੰਤ ਬਾਬਾ ਜਰਨੈਲ ਸਿੰਘ ਜੀ ਦੀ ਬਹੁਤ ਵੱਡੀ ਸਿੱਖ ਸੰਗਤਾਂ ਵਿੱਚ ਚੜ੍ਹਤ ਹੋ ਰਹੀ ਸੀਗੀ, ਭਾਵੇਂ ਪਹਿਲਾਂ ਵੀ ਮਹਾਂਪੁਰਖਾਂ ਦੀ ਬੜੀ ਵੱਡੀ ਸੰਗਤਾਂ ਦੇ ਨਾਲ ਪਰਸਪਰ ਪਿਆਰ ਸੀਗਾ, ਸਾਰੀ ਸੰਗਤ ਸਤਿਕਾਰ ਪਿਆਰ ਕਰਦੀ ਸੀਗੀ, ਪਰ ਲੇਕਿਨ ਜਦੋਂ ਮਹਾਂਪੁਰਖਾਂ ਨੇ ਸਾਰਾ ਕੁਝ ਪਿਆਰ ਦੇ ਨਾਲ ਮੰਨ ਕੇ ਤੁਰੇ, ਤਾਂ ਬਹੁਤ ਹੀ ਸੰਗਤ ਸੰਤਾਂ ਦੇ ਕੋਲ ਆਉਂਦੀ ਜਾਂਦੀ ਸੀਗੀ। ਹਾਂਜੀ, ਤੇ ਰੋਜ਼ਾਨਾ ਮੰਜੀ ਸਾਹਿਬ ਹਾਲ ਦੇ ਵਿੱਚ ਜਥੇ ਨੂੰ ਤੋਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਡਿਕਟੇਟਰ ਸੀ ਮੋਰਚੇ ਦੇ, ਸੰਤ ਹਰਚੰਦ ਸਿੰਘ ਜੀ ਲੌਂਗੋਵਾਲ, ਉਹ ਵੀ ਆਇਆ ਕਰਦੇ, ਸੰਤ ਬਾਬਾ ਜਰਨੈਲ ਸਿੰਘ ਜੀ ਵੀ ਜਾਇਆ ਕਰਦੇ। ਅੱਛਾ ਜੀ, ਜਿਹੜੇ ਮੌਜੂਦਾ ਹੋਰ ਵੀ ਉੱਥੇ ਲੀਡਰ ਹੁੰਦੇ ਉਹ ਵੀ ਉੱਥੇ ਆ ਕੇ ਬੋਲਿਆ ਕਰਦੇ, ਤੇ ਸ਼ਾਮ ਨੂੰ ਜਥਾ ਗ੍ਰਿਫਤਾਰੀ ਵਾਸਤੇ ਦਿਆ ਜਾਇਆ ਕਰਦਾ ਸੀ। ਹਜ਼ਾਰਾਂ ਦੀ ਜਿਹੜੀ ਸੀ ਸੰਗਤ ਮਤਲਬ ਕਿ ਉੱਥੇ ਇਹ ਧਰਮ ਯੁੱਧ ਮੋਰਚੇ ਦੇ ਵਿੱਚ ਜਾ ਰਹੀ ਸੀਗੀ। ਹਾਂਜੀ, ਉਸ ਵੇਲੇ ਸੰਤਾਂ ਦੀ ਚੜ੍ਹਤ ਇੰਨੀ ਜ਼ਿਆਦਾ ਹੋ ਗਈ, ਤੇ ਜਿਹੜੇ ਕਿਉਂਕਿ ਕਈਆਂ ਨੂੰ ਇਸ ਗੱਲ ਦਾ ਦੁਖਾਂਤ ਸੀ, ਦੁੱਖ ਸੀ ਕਿ ਸਾਨੂੰ ਸਾਰੀ ਸਾਰੀ ਉਮਰ ਲੰਘ ਗਈ ਹੈ, ਸਾਡਾ ਅੱਜ ਤੱਕ ਨਾਂ ਨਹੀਂ, ਤੇ ਕੱਲ੍ਹ ਸੰਤ ਜਰਨੈਲ ਸਿੰਘ ਆਇਆ ਤੇ ਇਹਨੂੰ ਅੱਜ ਸਾਰੇ ਹੀ ਇਹਦੀ ਆਗੇ ਵਿੱਚ ਚੱਲ ਰਹੇ ਨੇ। ਅੱਛਾ ਜੀ, ਖਾਸ ਕਰਕੇ ਜਿਹੜੇ ਪੋਲੀਟੀਕਲ ਲੀਡਰ ਸੀਗੇ, ਮੈਂ ਬੇਨਤੀ ਕਰ ਦਵਾਂ, ਮੈਂ ਉਹ ਸਾਰਾ ਆਪਣੇ ਅੱਖੀਂ ਤੇ ਕੰਨੀ ਸੁਣਿਆ ਵਰਤਾਂਤ ਹੈ,
श्रीमान संत बाबा जरनैल सिंह जी उस वेले लंगर हाल ते सीगे ठीक ता उस वेले जिहड़े खजाना मंत्री रहे ने सरदार बलवंत सिंह जी जिन्हां नूं मतलब कि खजाना मंत्री लड्डू भी कहिंदे सी उहनां नूं छोटे जिहड़े बाद दे विच उह मतलब कि कतल भी कर दित्ते गए ਉਹ ਸਿੰਘਾਂ ਦੀ ਆਪਣੇ ਲੀਡਰਾਂ ਦੀ ਅਗਵਾਈ ਵਿੱਚ ਸੰਤਾਂ ਨੂੰ ਮਿਲਣ ਵਾਸਤੇ ਗਏ ਠੀਕ ਹੈ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਜਦੋਂ ਉਹ ਮਿਲੇ ਤੇ ਸੰਤ ਕਹਿਣ ਲੱਗੇ ਬਲਵੰਤ ਸਿੰਘ ਜੀ ਮੈਂ ਤੁਹਾਨੂੰ ਗੱਲ ਪੁੱਛਣੀ ਚਾਹੁੰਦਾ ਉਦੋਂ ਹਾਲਾਤ ਕੁਝ ਕਾਫੀ ਮਤਲਬ ਕਿ ਬਖੜੇਵੇਂ ਵਾਲੇ ਸ਼ੁਰੂ ਹੋ ਰਹੇ ਸੀ ਆਪਸ ਵਿੱਚ ਹੀ ਅੱਛਾ ਜੀ ਕਹਿੰਦੇ ਦੱਸੋ ਜੀ ਕਹਿੰਦੇ ਵੀ ਮੈਨੂੰ ਇਹ ਗੱਲ ਦੱਸੋ ਕਹਿੰਦੇ ਤੁਸੀਂ ਮੇਰੇ ਨਾਲ ਈਰਖਾ ਕਿਉਂ ਕਰਦੇ ਹੋ ਅੱਛਾ ਜੀ ਜਦ ਕਿ ਮੈਂ ਕਦੇ ਵੀ ਹੋਰ ਕਿਸੇ ਪਾਰਟੀ ਦਾ ਨਹੀਂ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਤੇ ਜਿਹੜੇ ਪੰਥ ਪ੍ਰੋਗਰਾਮ ਨੇ ਸਾਰੇ ਉਹਨਾਂ ਦੀ ਸਾਰੀ ਹਮਾਇਤ ਕਰਦਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਸਿੱਖੀ ਦਾ ਪ੍ਰਚਾਰ ਕਰਦਾ ਵੀ ਤੁਸੀਂ ਮੇਰੇ ਨਾਲ ਈਰਖਾ ਕਿਉਂ ਕਰਦੇ ਹੋ ਸਿੰਘ ਨੇ ਉਸ ਵੇਲੇ ਕਿਹਾ ਬਾਬਾ ਜੀ ਮੈਂ ਸੱਚ ਬੋਲਾਂ ਕਿ ਝੂਠ ਬੋਲਾਂ ਅੱਛਾ ਜੀ ਉਹ ਕਹਿੰਦੇ ਨਹੀਂ ਸੱਚ ਦੱਸ ਠੀਕ ਉਹ ਕਹਿੰਦੇ ਸੱਚ ਫਿਰ ਇਹ ਹੈ ਜੀ ਵੀ ਸਾਡੀ ਸਾਰੀ ਸਾਰੀ ਉਮਰ ਲੰਘ ਚੱਲੀ ਹੈ ਅਸੀਂ ਸਾਡੀ ਅੱਜ ਇੰਨੀ ਗੱਲਬਾਤ ਨਹੀਂ ਸਿਰਫ ਈਰਖਾ ਇਸੇ ਕਰਕੇ ਹੀ ਹੈ ਵੀ ਤੁਹਾਡੀ ਚੜ੍ਹਤ ਬਹੁਤ ਹੋ ਰਹੀ ਹੈ ਠੀਕ ਤੁਹਾਡੀ ਚੜ੍ਹਤ ਨਾਲ ਈਰਖਾ ਇਸ ਕਰਕੇ ਹੀ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਜਿਹੜੀ ਚੜ੍ਹਤ ਸੀਗੀ ਸਿੱਖ ਸੰਗਤਾਂ ਦੇ ਵਿੱਚ ਜੋ ਉਹਨਾਂ ਦੀ ਲੌਬੀ ਸੀ ਜੋ ਉਹਨਾਂ ਦੀ ਵਿਚਾਰਧਾਰਾ ਸੀਗੀ ਉਹਨੂੰ ਇਹ ਲੋਕ ਦੇਖ ਕੇ ਨਹੀਂ ਸੀ ਜਲ ਸਕਦੇ ਦੂਜੀ ਗੱਲ ਇਹ ਸੀਗੀ ਬਾਬਾ ਜਰਨੈਲ ਸਿੰਘ ਜੀ ਨੇ ਇਹ ਗੱਲ ਸ਼ਰੇਆਮ ਸੰਗਤਾਂ ਵਿੱਚ ਕਹੀ ਸੀ ਕਿ ਸਾਧ ਸੰਗਤ ਜੀ ਮੋਰਚੇ ਅੱਗੇ ਵੀ ਲੱਗੇ ਨੇ ਅੱਗੇ ਵੀ ਕਈ ਬੰਦਿਆਂ ਨੇ ਮਤਲਬ ਕਿ ਸਰਕਾਰ ਦੀ ਬੋਲੀ ਬੋਲ ਕੇ ਜੂਸ ਪੀ ਕੇ ਤੇ ਮੋਰਚੇ ਤੋੜ ਦਿੱਤੇ ਉਹ ਮੰਗਾਂ ਨਾ ਵੀ ਮੰਗੀ ਮੰਨੀਆਂ ਗਈਆਂ ਹਾਂਜੀ ਪਰ ਲੇਕਿਨ ਐਤਕੀ ਇਹ ਜੂਸ ਮੂੰਹ ਨੂੰ ਲਾ ਕੇ ਮੋਰਚਾ ਨਹੀਂ ਟੁੱਟੂਗਾ ਠੀਕ ਇਹ ਓਨਾ ਚਿਰ ਚੱਲੂਗਾ ਜਿੰਨਾ ਚਿਰ ਜਿੰਨੀਆਂ ਮੰਗਾਂ ਰੱਖੀਆਂ ਨੇ ਇੱਕ ਇੱਕ ਮੰਗ ਨਹੀਂ ਮੰਨੀ ਜਾਂਦੀ ਹਾਂਜੀ ਕੋਈ ਅਕਾਲੀ ਜਿਹੜਾ ਕੋਈ ਲੀਡਰ ਇਸ ਮੰਗ ਤੋਂ ਇੱਧਰ ਉੱਧਰ ਹੋਵੇਗਾ ਤਾਂ ਮੈਂ ਜ਼ਰੂਰ ਸੰਗਤਾਂ ਦਾ ਚੌਂਕੀਦਾਰ ਹਾਂ ਮੈਂ ਤੁਹਾਨੂੰ ਹੋਕਾ ਜ਼ਰੂਰ ਦਊਂਗਾ ਠੀਕ ਹੈ ਆਹ ਬੰਦਾ ਹੁਣ ਇਸ ਮੰਗ ਤੋਂ ਇੱਧਰ ਇੱਧਰ ਹੋ ਰਿਹਾ ਵੀ ਹੁਣ ਤੁਸੀਂ ਦੱਸੋ ਕੀ ਕਰਨਾ ਤੁਸੀਂ ਕਰੋ ਜੋ ਕੁਛ ਕਰਨਾ ਹੈ ਇਹ ਗੱਲ ਸੀ ਇਹ ਬੜੀ ਵੱਡੀ ਉਹਨਾਂ ਦੀ ਰੀੜ ਦੀ ਭਾਵ ਉਹਨਾਂ ਦੀ ਗਲੇ ਦੀ ਹੱਡੀ ਬਣ ਚੁੱਕੀ ਸੀ ਗੱਲ ਸਮੇਂ ਦੇ ਉਸ ਵੇਲੇ ਲੀਡਰਾਂ ਦੀ ਠੀਕ ਹੈ ਉਹਨਾਂ ਦੀਆਂ ਬੇਅੰਤ ਮੀਟਿੰਗਾਂ ਅਕਾਲੀ ਦਲ ਦੀਆਂ ਮਤਲਬ ਕਿ ਸਰਕਾਰ ਨਾਲ ਹੋਈਆਂ ਕੀ ਹੋਇਆ ਕਿਵੇਂ ਗੱਲਬਾਤ ਹੋਈ ਇਹ ਤਾਂ ਉਹ ਜਾਣਦੇ ਨੇ ਪਰ ਜਦੋਂ ਸੰਤ ਬਾਬਾ ਜਰਨੈਲ ਸਿੰਘ ਨਾਲ ਗੱਲਬਾਤ ਹੁੰਦੀ ਸੀ ਉਹ ਕਹਿੰਦੇ ਸੀ ਵੀ ਆਹ ਮੰਗਾਂ ਜਿਹਨਾਂ ਨੂੰ ਲੈ ਕੇ ਚੱਲੇ ਆ ਭਾਵੇਂ ਜਿਹੜੀਆਂ ਸਾਡੀਆਂ ਮੰਗਾਂ ਸੀ ਉਹ ਮੰਨ ਲਈਆਂ ਨੇ ਸਰਕਾਰ ਨੇ ਭਾਈ ਅਮਰੀਕ ਸਿੰਘ ਬਾਬਾ ਠਾਰਾ ਸਿੰਘ ਜਿਹੜੇ ਬਾਕੀ ਸੀਗੇ ਉਹ ਸਾਰੇ ਰਿਹਾ ਕਰ ਦਿੱਤੇ ਸੀਗੇ ਠੀਕ ਹੈ ਪਰ ਲੇਕਿਨ ਹੁਣ ਜੋ ਸਾਰੀ ਸੰਗਤ ਨਾਲ ਮਿਲ ਕੇ ਸਮੁੱਚੇ ਪੰਥ ਨੇ ਇਹ ਧਰਮਯੁੱਧ ਮੋਰਚਾ ਲਾਇਆ ਇਹ ਮੰਗਾਂ ਮਨਾਉਣ ਵਾਸਤੇ ਮੈਂ ਪੂਰਾ ਪਹਿਰਾ ਦਊਂਗਾ ਤੇ ਹੈਲੋ ਹਾਂਜੀ ਹਾਂਜੀ ਕਰੋ ਗੱਲ ਤੇ ਉਸ ਵੇਲੇ ਫਿਰ ਇਹ ਸਾਰਾ ਸਿਸਟਮ ਚੱਲਦਾ ਸੀ ਉਹਦੇ ਵਿੱਚ ਫਿਰ ਈਰਖਾ ਵਸ ਆ ਕੇ ਸੰਤਾਂ ਦਾ ਨੁਕਸਾਨ ਕਰਨ ਵਾਸਤੇ ਜਾਨੀ ਨੁਕਸਾਨ ਕਰਨ ਵਾਸਤੇ ਵੀ ਲੋਕਾਂ ਨੇ ਹੱਥ ਕੰਡੇ ਵਰਤੇ ਅੱਛਾ ਜੀ ਉਸਦੇ ਵਿੱਚ ਕਿਉਂਕਿ ਪਤਾ ਸਭ ਤੋਂ ਪਹਿਲਾਂ ਪਤਾ ਇਹ ਲੱਗਿਆ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇਹ ਰੋਸਾ ਮਨ ਵਿੱਚ ਹੋਇਆ ਭਾਈ ਜਿਨ੍ਹਾਂ ਨੇ ਨਰਕ ਧਾਰੀ ਆ ਸੋਧਿਆ ਸੀਗਾ ਭਾਈ ਰਣਜੀਤ ਸਿੰਘ ਜੀ ਹਾਂਜੀ ਉਹਨਾਂ ਨੂੰ ਮਤਲਬ ਕਿ ਉਹ ਅਰੈਸਟ ਹੋਏ ਕਿਵੇਂ ਗ੍ਰਿਫਤਾਰ ਕੀਤੇ ਗਏ ਉਹਦੇ ਬਾਰੇ ਮਹਾਂਪੁਰਖਾਂ ਦਾ ਰੋਸ ਸੀਗਾ ਇਹਦੇ ਉੱਤੇ ਅਕਾਲੀ ਦਲ ਤੋਂ ਵੀ ਤੁਸੀਂ ਮੇਰੇ ਨਾਲ ਧੋਖਾ ਕੀਤਾ ਹੈ ਅੱਛਾ ਜੀ ਚਲੋ ਉਹ ਗੱਲ ਲੰਘੀ ਅੱਗੇ ਉਸ ਤੋਂ ਬਾਅਦ 15 ਦਸੰਬਰ 1983 ਹਾਂਜੀ 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 15 ਦਸੰਬਰ 1983 ਨੂੰ ਇੱਕ ਹੋਰ ਪਾਣਾ ਵਾਪਰਿਆ ਉਹ ਕਿਹੜਾ ਜੀ ਉਹ ਪਾਣਾ ਇਹ ਵਾਪਰਿਆ ਵੀ ਧਰਮ ਪ੍ਰਚਾਰ ਵਾਸਤੇ ਭਾਈ ਦਲੀਪ ਸਿੰਘ ਪੰਧੀ ਦਾ ਇੱਕ ਢਾਡੀ ਜਥਾ ਹੁੰਦਾ ਸੀਗਾ ਅੱਛਾ ਜੀ ਤੇ ਉਹਦੇ ਨਾਲ ਭਾਈ ਜਸਵੀਰ ਸਿੰਘ ਤੇ ਭਾਈ ਦਰਸ਼ਨ ਸਿੰਘ ਦਲੇਰ ਹੁੰਦੇ ਸੀਗੇ ਸਾਥੀ ਠੀਕ ਹੈ ਇਹ ਮੰਜੀ ਸਾਹਿਬ ਜਾ ਕੇ ਭਾਵੇਂ ਸ਼੍ਰੋਮਣੀ ਕਮੇਟੀ ਦੇ ਨਾਲ ਸੰਬੰਧਿਤ ਸੀਗੇ ਪ੍ਰਚਾਰਕ ਸੀਗੇ ਉੱਥੇ ਪ੍ਰਚਾਰ ਕਰਿਆ ਕਰਦੇ ਹਾਂ ਇਹਨਾਂ ਦਾ ਕਿਤੇ ਆਪਸ ਵਿੱਚ ਹੀ ਮਾਣਾ ਮੋਟਾ ਝਗੜਾ ਸੀਗਾ ਬੋਲ ਬਕਾਰਾ
ਜਿਹੜੇ ਬੱਬਰ ਜਥੇਬੰਦੀ ਸੀਗੀ ਉਹਨਾਂ ਦੇ ਸਿੰਘਾਂ ਦੇ ਨਾਲ ਹੋਇਆ। ਅੱਛਾ ਜੀ। ਤੇ ਕਮਰਾ ਸੀਗਾ ਮੈਨੂੰ ਹੁਣ 34 ਨੰਬਰ 35 ਨੰਬਰ ਕਮਰਾ ਸੀਗਾ ਤੇ ਉਹ ਭਾਈ ਮਹਿੰਗਾ ਸਿੰਘ ਦੇ ਨਾਂ ਸੀਗਾ। ਹਾਂਜੀ। ਤੇ ਉਸ ਵੇਲੇ ਜਿਹੜਾ ਦਰਸ਼ਨ ਸਿੰਘ ਦਲੇਰ ਅੱਜ ਵੀ ਜਿਉਂਦਾ, ਤੁਸੀਂ ਅੱਜ ਵੀ ਉਹਦੇ ਕੋਲੋਂ ਜੇ ਕਿਸੇ ਸਿੰਘ ਨੂੰ ਕੋਈ ਸ਼ੰਕਾ ਹੋਵੇ ਮੈਂ ਕੋਈ ਲਾ ਕੇ ਗੱਲ ਕਰ ਰਿਹਾ, ਤੁਸੀਂ ਉਹਦੇ ਕੋਲੋਂ ਪਤਾ ਕਰ ਸਕਦੇ ਹੋ। ਠੀਕ ਹੈ। ਤੇ ਕੋਈ ਕੁਝ ਸਿੰਘ ਨਾਰਾਜ਼ ਹੋ ਕੇ ਅਕਾਲ ਰੈਸਟ ਹਾਊਸ ਵਿੱਚ ਚਲੇ ਗਏ ਸੀ ਪਹਿਲਾਂ। ਠੀਕ ਹੈ। ਬੱਬਰ ਜਥੇਬੰਦੀ ਸਿੰਘ ਸੀਗੇ ਪਰ ਲੇਕਿਨ ਉਸ ਵੇਲੇ ਜਦੋਂ ਇਹ ਭਾਈ ਦਰਸ਼ਨ ਸਿੰਘ ਦਲੇਰ ਕੋਲ ਕਮਰਾ ਸੀਗਾ ਤਾਂ ਇਹਨੂੰ ਮਤਲਬ ਕਿ ਕਮਰਾ ਵਿਹਲਾ ਕਰਾਉਣ ਵਾਸਤੇ ਕੁਝ ਸਿੰਘ ਆਏ ਕਹਿਣ ਅਕਾਲ ਸਿੰਘ ਵੀ ਤੂੰ ਸਾਡਾ ਵੀ ਸਾਡੇ ਨਾਲ ਚੱਲ ਉੱਧਰ। ਅੱਛਾ ਜੀ। ਕਹਿੰਦਾ ਵੀ ਨਹੀਂ ਵੀ ਮੈਂ ਮਤਲਬ ਕਿ ਇੱਥੇ ਠੀਕ ਆ, ਮੇਰੇ ਬੱਚੇ ਨੇ ਨਿੱਕੇ ਨਿੱਕੇ, ਤੂੰ ਜਲ ਪਾਣੀ ਛਕੋ। ਇਹ ਕਹਿੰਦਾ ਮੈਂ ਦੁੱਧ ਗਰਮ ਕਰਕੇ ਛਕਾਇਆ ਸਿੰਘ ਨੂੰ, ਬੜੇ ਪਿਆਰ ਨਾਲ ਗੱਲਬਾਤ ਹੋ ਰਹੀ ਸੀਗੀ। ਠੀਕ ਆ। ਪਰ ਲੇਕਿਨ ਉਹ ਕਹਿੰਦਾ ਵੀ ਕਮਰਾ ਜਿਹੜਾ ਸੀ ਦਲੀਪ ਸਿੰਘ ਪਾਂਧੀ ਜਦੋਂ ਪਤਾ ਲੱਗਿਆ ਉਹਨੇ ਸੰਤਾਂ ਨੂੰ ਜਾ ਕੇ ਕਿਹਾ ਵੀ ਧੱਕੇ ਨਾਲ ਸਿੰਘ ਜਿਹੜੇ ਨੇ ਵੀ ਉਹ ਕਮਰਾ ਖਾਲੀ ਕਰਵਾ ਰਹੇ ਨੇ। ਅੱਛਾ ਜੀ। ਸੰਤਾਂ ਦੇ ਕੋਲ ਜਦੋਂ ਗੱਲ ਪਹੁੰਚੀ ਸੰਤਾਂ ਨੇ ਆਪ ਕਹਿਣ ਦੀ ਬਜਾਏ ਸੰਤਾਂ ਨੇ ਅਵਿਨਾਸ਼ੀ ਸਿੰਘ ਨੂੰ ਜਿਹੜੇ ਉਸ ਵੇਲੇ ਸਕੱਤਰ ਸੀਗੇ ਸੰਤ ਆਪਣਾ ਟੋੜਾ ਸਾਹਿਬ ਦੇ ਪੀਏ ਸੀਗੇ ਤੇ ਸੀਗਾ ਉਹਨਾਂ ਨੂੰ ਸੁਨੇਹਾ ਭੇਜਿਆ ਵੀ ਇਹ ਮਸਲਾ ਹੱਲ ਕਰੋ। ਠੀਕ ਹੈ। ਉਹ ਮਸਲਾ ਹੱਲ ਉਹਨਾਂ ਤੋਂ ਨਾ ਹੋਇਆ। ਠੀਕ। ਫਿਰ ਉਹਨਾਂ ਨੇ ਭਾਈ ਮੇਜਰ ਸਿੰਘ ਉਬੋ ਕੇ ਜਿਹੜੇ ਜਨਰਲ ਸਕੱਤਰ ਸੀ ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਠੀਕ ਉਹ ਕਹੇ ਨੇ ਤੇ ਉਹ ਆਏ ਹੋਏ ਸੀਗੇ ਉੱਥੇ ਕੁਦਰਤੀ। ਹਾਂਜੀ। ਸੰਤ ਬਾਬਾ ਨੇ ਉਹਨਾਂ ਨੂੰ ਬੁਲਾ ਕੇ ਗੱਲ ਕੀਤੀ, ਸਾਰੀ ਗੱਲ ਦੱਸੀ ਵੀ ਇਸ ਤਰ੍ਹਾਂ ਦੀ ਸਥਿਤੀ ਠੀਕ ਨਹੀਂ ਹੈਗੀ ਵੀ ਤੁਸੀਂ ਇਹ ਕਮਰੇ ਦਾ ਝਗੜਾ ਜਿਹੜਾ ਵੀ ਇਹ ਕੋਈ ਗੱਲ ਨਹੀਂ ਵੀ ਤੁਸੀਂ ਇਹਨੂੰ ਠੀਕ ਕਰੋ, ਸਾਰਾ ਆਪ ਹੀ ਠੀਕ ਕਰ ਦਿਓ। ਹਾਂਜੀ। ਸੰਤਾਂ ਮੈਂ ਘੰਟਾ ਦੋ ਘੰਟੇ ਟਾਈਮ ਦਿੱਤਾ, 8 ਵਜੇ ਦਾ ਟਾਈਮ ਦਿੱਤਾ ਸੰਤਾਂ ਨੇ। ਠੀਕ ਹੈ। ਗੱਲਬਾਤ ਨਾ ਸਿਰੇ ਲੱਗੀ ਤਾਂ ਉਸ ਵੇਲੇ ਸੰਤਾਂ ਨੇ ਸਾਰੇ ਸਿੰਘਾਂ ਨੂੰ ਬੁਲਾਇਆ, 250-300 ਸਿੰਘ ਜਿਹੜਾ ਸੀਗਾ ਸੰਤਾਂ ਦੇ ਕੋਲੇ। ਹਾਂਜੀ। ਸਿੰਘ ਅਕਾਲ ਰੈਸਟ ਹਾਊਸ ਜਿਹੜੇ ਟਕਸਾਲ ਦੇ ਨਾਲ ਸਿੰਘ ਨੇ ਵਿੱਚ ਬੈਠੇ ਨੇ, ਗੁਰੂ ਰਾਮਦਾਸ ਸਰਾਂਚ ਨੇ, ਨਾਨਕ ਨਿਵਾਸ ਵਿੱਚ ਨੇ, ਇਹ ਸਾਰੇ ਕਮਰੇ ਖਾਲੀ ਕਰ ਦਿਓ। ਅੱਛਾ ਜੀ। ਇਹ 15 ਦਸੰਬਰ 1983 ਨੂੰ ਇਹ ਫੈਸਲਾ ਹੋਇਆ। ਠੀਕ ਹੈ। ਝਗੜਾ ਨਹੀਂ ਕਰਨਾ ਆਪਾਂ ਨੇ, ਉਹ ਭਾਵੇਂ ਝਗੜਾ ਕਰਾਉਣ ਦੇ ਮੂਡ ਵਿੱਚ ਸੀਗੇ। ਅੱਛਾ। ਠੀਕ ਹੈ। ਝਗੜਾ ਹੈਗਾ ਵੀ ਤੁਸੀਂ ਇਹ ਸਾਰਾ ਖਾਲੀ ਕਰ ਦਿਓ। ਹਾਂਜੀ। ਤਾਂ ਉਸ ਵੇਲੇ ਸਾਰੇ ਸਿੰਘਾਂ ਨੇ ਆਪੋ ਆਪਣਾ ਸਮਾਨ ਚੱਕਿਆ, ਕਹਿੰਦੇ ਜਾਈਏ ਕਿੱਥੇ, ਕਹਿੰਦੇ ਪ੍ਰਕਰਮਾ ਵਿੱਚ ਚਲੇ ਜਾਓ। ਠੀਕ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਨੇ ਵੀ ਆਪਣਾ ਕਮਰਾ ਸਾਰੇ ਜਿੰਨੇ ਕਮਰੇ ਨਾਨਕ ਦਾਸ ਸੀਗੇ ਸਾਰੇ ਖਾਲੀ ਕਰਕੇ ਬੜੀ ਵੱਡੀ ਮਤਲਬ ਕਿ ਗੱਲ ਸੀਗੀ ਟਾਲੀ ਵੀ ਆਪਸ ਵਿੱਚ ਹੀ ਅਸੀਂ ਕਦੇ ਨਾ ਉਲਝੀਏ। ਹਾਂਜੀ। ਤਾਂ ਉਹ ਫਿਰ ਜਿਹੜੇ ਗੱਲ ਇਹ ਕਹਿੰਦੇ ਨੇ ਵੀ ਸੰਤਾਂ ਦਾ ਆਸਣ ਅਕਾਲ ਤਖ਼ਤ 'ਤੇ ਸੀਗਾ ਇਹ ਬਿਲਕੁਲ ਗਲਤ ਹੈ, 100% ਗਲਤ ਹੈ ਗੱਲ। ਅੱਛਾ ਜੀ। ਤੁਹਾਨੂੰ ਸ਼ਾਇਦ ਪਤਾ ਹੋਵੇ ਜਾਂ ਜਿਹੜੇ ਸਰੋਤੇ ਸੁਣ ਰਹੇ ਨੇ ਉਹਨਾਂ ਸਿੰਘਾਂ ਨੂੰ ਇਸ ਗੱਲ ਦਾ ਪਤਾ ਹੋਵੇ ਜਾਂ ਪਤਾ ਕਰ ਵੀ ਲੈਣ। ਹਾਂ। ਹੁਣ ਤਾਂ ਉਹ ਇਮਾਰਤ ਢਾ ਦਿੱਤੀ ਹੈ ਕਿਉਂਕਿ ਨਵਾਂ ਜਦੋਂ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਬਣੀ ਹੈ ਉਹ ਢਹਿ ਚੁੱਕੀ ਹੈ, ਇਮਾਰਤ ਜਿਹੜੀ ਪੁਰਾਣੀ ਹੈ ਤੁਸੀਂ ਜਿਹੜਾ ਅਟੈਕ ਦੀਆਂ ਢੱਠੇ ਹੋਏ ਅਕਾਲ ਤਖ਼ਤ ਸਾਹਿਬ ਦੀਆਂ ਫੋਟੋਆਂ ਵੀ ਦੇਖਦੇ ਹੋ ਜਦੋਂ ਸਾਹਮਣੇ ਖੜਦੇ ਆ ਅਕਾਲ ਤਖ਼ਤ ਦੇ ਸਾਹਮਣੇ ਤਾਂ ਖੱਬੇ ਪਾਸੇ ਉੱਪਰ ਇੱਕ ਵੱਡਾ ਮੋਗਰਾ ਦਿੰਦਾ ਹੈ। ਹਾਂ ਹਾਂ। ਉਹ ਮੋਗਰੇ ਉਹ ਕਮਰਾ ਸੀਗਾ। ਅੱਛਾ ਜੀ। ਅਕਾਲ ਤਖ਼ਤ ਸਾਹਿਬ ਦੇ ਨਾਲ ਇੱਕ ਬਿਲਡਿੰਗ ਸੀ ਬਿਲਕੁਲ ਨਾਲ ਜੁੜਤ, ਉਹਦਾ ਇੱਕ ਦਰਵਾਜ਼ਾ ਝੂਠੇ ਬਾਜ਼ਾਰ ਵਿੱਚ ਵੀ ਚੱਲਦਾ ਉਤਰਦਾ ਸੀਗਾ ਤੇ ਇੱਕ ਦਰਵਾਜ਼ਾ ਦਾ ਅਕਾਲ ਤਖ਼ਤ ਸਾਹਿਬ ਸਾਈਡ ਤੇ ਵੀ ਆਉਂਦਾ ਸੀਗਾ। ਅੱਛਾ ਜੀ। ਉੱਥੇ ਸੰਤ ਫਤਿਹ ਸਿੰਘ ਜੀ, ਸੰਤ ਚੰਨਣ ਸਿੰਘ ਜੀ ਨੇ ਮਰਨ ਕੁੰਡ ਜਿਹੜੇ ਸੜਨ ਵਾਸਤੇ ਮੈਂ ਵੀ ਪੰਜਾਬੀ ਸੂਬਾ ਲੈਣ ਵਾਸਤੇ ਹਮ ਜਿਹੜੇ ਮਰਨ ਕੁੰਡ ਬਣਾਏ ਸੀ ਉਹਦੇ ਉੱਤੇ ਬਣਾਏ ਸੀਗੇ। ਠੀਕ ਆ। ਉਹ ਇੱਕ ਵੱਖਰੀ ਇਮਾਰਤ ਸੀਗੀ, ਉਸ ਇਮਾਰਤ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਆਪਣਾ ਆਸਣ ਲਾ ਲਿਆ। ਅੱਛਾ ਜੀ। ਤੇ ਬਾਕੀ ਸਿੰਘਾਂ ਨੇ ਵੀ ਆਪੋ ਆਪਣੇ ਜਿਹੜੇ ਸੀਗੇ ਪ੍ਰਕਰਮਾਂ ਵਿੱਚ ਚਲੇ ਗਏ। ਉਹ ਬੜਾ ਵੱਡਾ ਕਾਂਡ ਵਾਪਰਨਾ ਸੀਗਾ, ਉਹ ਵੀ ਮਹਾਂਪੁਰਖਾਂ ਨੇ ਟਾਲਿਆ। ਠੀਕ। ਉਸ ਤੋਂ ਬਾਅਦ 14 ਅਪ੍ਰੈਲ 1984 ਨੂੰ ਹਾਂਜੀ ਮਹਾਂਪੁਰਖਾਂ ਦੇ ਉੱਤੇ ਪਹਿਲਾਂ ਵੀ ਇੱਕ ਦੋ ਵਾਰੀ ਹਮਲਾ ਕਰਨ ਦਾ ਯਤਨ ਕੀਤਾ, ਜਿਹੜੀ ਬਲਜੀਤ ਕੌਰ ਜਿਹਦਾ ਬਹੁਤ ਕੁਛ ਕਈ ਜਿਹੜੇ
ਬੱਚਿਆਂ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ, ਉਹ ਬੜਾ ਕੁਛ ਲਿਖਦੇ ਨੇ, ਬੜਾ ਕੁਛ ਬੋਲਦੇ ਨੇ, ਕਰਦੇ ਨੇ ਵੀ ਉਹਦੀ ਇੱਜ਼ਤ ਨੂੰ ਹੱਥ ਪਾਇਆ ਗਿਆ ਜੀ, ਐਂ ਕੀਤਾ ਜੀ, ਬਿਲਕੁਲ ਨਿਰੰਤਰ ਝੂਠ ਸਾਰਾ ਕੁਛ ਇਹ। ਅੱਛਾ ਜੀ। ਬਲਜੀਤ ਕੌਰ ਜਿਹੜੀ ਬੀਬੀ ਸੀਗੀ ਉਹ ਇੱਕ ਛਿੰਦਾ ਸੀਗਾ, ਉਹਦਾ ਨਾਮ ਵੀ ਸੁਰਿੰਦਰ ਸਿੰਘ ਛਿੰਦਾ ਸੀਗਾ, ਤੇ ਉਹਦੀ ਰਖੇਲ ਸੀ ਇਹ ਬੀਬੀ ਜਿਹੜੀ, ਮਤਲਬ ਕਿ ਉਹ ਪਿੰਡੋਂ ਲਿਆਇਆ ਸੀ ਇਹਨੂੰ। ਠੀਕ ਹੈ। ਇਹ ਉੱਥੇ ਮਤਲਬ ਕਿ ਸਰਾਂ ਦੇ ਵਿੱਚ ਰਹਿੰਦੇ ਸੀਗੇ। ਇਸ ਜੁੰਡਲੀ ਦਾ ਬੜਾ ਵੱਡਾ ਮਤਲਬ ਕਿ ਜਿਹੜਾ ਇਹਨਾਂ ਨੂੰ ਤੁਰਕ ਕਹਿੰਦੇ ਸੀ ਉੱਥੇ ਤੁਰਕ। ਅੱਛਾ ਜੀ। ਤੇ ਉਹ ਉਸ ਵੇਲੇ ਇਹ ਕਾਂਡ ਜਿਹੜਾ ਭਾਣਾ ਵਾਪਰਿਆ ਵੀ ਉਹ ਮਤਲਬ ਕਿ ਉਹਨਾਂ ਦੇ ਦੱਸਣ ਮੁਤਾਬਕ, ਬੀਬੀ ਜਿਹੜੀ ਬਲਜੀਤ ਕੌਰ ਸੀ ਉਹਦੇ ਦੱਸਣ ਮੁਤਾਬਕ ਕਿ ਸੰਤਾਂ ਨੂੰ ਮਾਰਨ ਵਾਸਤੇ ਮੈਂ 2 ਵਾਰੀ ਅਟੈਕ ਕਰਨ ਵਾਸਤੇ ਆਈ ਹਾਂ। ਅੱਛਾ ਜੀ। ਪਰ ਲੇਕਿਨ ਮੇਰਾ ਹੀਆ ਨਹੀਂ ਪਿਆ। ਅੱਛਾ। ਦਮਦਮੀ ਟਕਸਾਲ ਦੇ ਜਿਹੜੇ ਸਿੰਘ ਨੇ ਜਿਹੜੇ ਇਸ ਬੇਨਤੀ ਨੂੰ ਸੁਣਦੇ ਨੇ, ਜਿਉਂਦੇ ਨੇ ਕੁਝ ਸਿੰਘ ਅਜੇ ਵੀ ਜਿਹੜੇ ਬਾਡੀਗਾਰਡ ਦੇ ਰੂਪ ਵਿੱਚ ਮਹਾਂਪੁਰਖਾਂ ਦੇ ਨਾਲ ਹੁੰਦੇ ਸੀਗੇ, ਤੇ ਜਿੱਥੇ ਦੇ ਜਿਹੜੇ ਸਿੰਘ, ਬਾਕੀ ਸੰਗਤ ਦੇ ਵਿੱਚ ਸਿੰਘਾਂ ਨੂੰ ਵੀ ਪਤਾ ਹੋਊਗਾ, ਕਿਸੇ ਬੀਬੀ ਦੀ ਤਲਾਸ਼ੀ ਨਹੀਂ ਸੀ ਲਈ ਜਾਂਦੀ। ਅੱਛਾ ਜੀ। ਬਾਕੀ ਸਿੰਘਾਂ ਨੂੰ ਜ਼ਰੂਰ, ਕਿਉਂਕਿ ਇੱਕ ਵਾਰੀ ਸੰਤਾਂ ਨੂੰ ਸ਼੍ਰੀ ਨਾਨਕ ਨਿਵਾਸ ਦੇ ਉੱਤੇ ਮਾਰਨ ਵਾਸਤੇ 455 ਬੋਰ ਦਾ ਰਿਵਾਲਵਰ ਭਰ ਕੇ ਇੱਕ ਬੰਦਾ ਲੈ ਕੇ ਆਇਆ ਸੀ। ਅੱਛਾ ਜੀ। ਤੇ ਸੰਤਾਂ ਨੂੰ ਜਦੋਂ ਉੱਪਰਲੀ ਮੰਜ਼ਿਲ, 2-3 ਜਿਹੜੇ ਆਪਣਾ 4-5 ਮੰਜ਼ਿਲਾਂ ਉਹ ਸਥਾਨ ਹੈ, ਉੱਥੇ ਸਾਰੇ ਪਹਿਰਿਆਂ 'ਚੋਂ ਨਿਕਲੇ ਆਇਆ। ਅੱਛਾ ਜੀ। ਉਹਨੇ ਆ ਕੇ ਜਦੋਂ ਮਤਲਬ ਸੰਤ ਬਾਬਾ ਜਰਨੈਲ ਸਿੰਘ ਜੀ ਪਲੰਘੇ ਦੇ ਬਿਰਾਜਮਾਨ ਸੀਗੇ ਨਾਨਕ ਨਿਵਾਸ ਦੇ ਉੱਤੇ, ਸੰਤਾਂ ਨੇ ਹਰਵਿੰਦਰ ਸਿੰਘ ਸ਼ੈਤਾਨ ਸੀ ਉਹ ਸਿੰਘ ਨੂੰ ਕਿਹਾ, ਕਹਿੰਦੇ ਵੇਖ ਇਹ ਕੌਣ ਹੈ, ਇਹ ਪੁੱਛੋ ਕੀ ਗੱਲਬਾਤ ਹੈ। ਜਦੋਂ ਗੇਟ ਅੰਦਰ ਵੜਿਆ। ਅੱਛਾ ਜੀ। ਉਹਦੀ ਜਿਹਨੇਗੀ ਪੁੱਛਿਆ ਉਹਨੂੰ, ਤੇ ਉਹਦੇ ਕੋਲ 455 ਬੋਰ ਦਾ ਰਿਵਾਲਵਰ ਮਿਲਿਆ। ਅੱਛਾ ਜੀ। ਉਹਨੇ ਮੰਨਿਆ ਕਿ ਮੈਂ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਅਟੈਕ ਕਰਨਾ ਸੀਗਾ, 6 ਗੋਲੀਆਂ ਜਿੰਦਾ ਤੇ 6 ਗੋਲੀਆਂ ਵਿੱਚ ਉਹਦੇ 12 ਗੋਲੀਆਂ ਮਿਲੀਆਂ। ਕੌਣ ਸੀ ਬੰਦਾ ਉਹ? ਉਹ ਬੰਦੇ ਦਾ ਜਿਹੜਾ ਸੀਗਾ ਨਾਂ, ਜਿਹੜਾ ਉਹ ਸਾਨੂੰ ਮਤਲਬ ਕਿ ਉਦੋਂ ਬਾਅਦ ਉਹਦਾ ਕੁਛ ਪਤਾ ਨਾਂ ਨਹੀਂ ਸਾਨੂੰ, ਉਹਦਾ ਨਸ਼ਰ ਕੀਤਾ ਸੰਤਾਂ ਨੇ ਉਸ ਵੇਲੇ ਭਾਈ ਅਵਿਨਾਸ਼ੀ ਸਿੰਘ ਨੂੰ ਤੇ ਭਾਈ ਭਾਨ ਸਿੰਘ ਨੂੰ ਬੁਲਾਇਆ। ਠੀਕ ਹੈ। ਉਹਨਾਂ ਨੂੰ ਬੁਲਾ ਕੇ ਸਾਰੀ ਗੱਲਬਾਤ ਉਹ ਦੱਸੀ ਤੇ ਕਹਿਣ ਲੱਗੇ, ਗੁਰਮੁਖੋ ਆਹ ਦੇਖ ਲਓ, ਕਿਉਂਕਿ ਉਹ ਉਸੇ ਕੜੀ ਦਾ ਉਹ ਬੰਦਾ ਸੀ। ਠੀਕ। ਤੇ ਉਸ ਵੇਲੇ ਉਹਨਾਂ ਨੇ ਉਹ ਉੱਥਰੂ ਮਤਲਬ ਕਿ ਉਹਨਾਂ ਚੋਂ ਨਿਕਲ ਕੇ, ਉਹ ਵੀ ਉਹਨਾਂ ਨੂੰ ਨਹੀਂ ਸੀ ਪਤਾ ਇਸ ਗੱਲ ਦਾ। ਸੰਤਾਂ ਨੇ ਕਿਹਾ ਵੀ ਸਿੰਘੋ ਕਿਸੇ ਨੇ ਇਹਨੂੰ ਗਾਲ ਤੱਕ ਨਹੀਂ ਕੱਢਣੀ, ਅਟੈਕ ਤੇ ਕੀ ਕਰਨਾ। ਅੱਛਾ ਜੀ। ਜੇ ਤੂੰ ਸਿੰਘਾਂ ਦਾ ਕਾਤਲ ਹੁੰਦਾ ਫਿਰ ਮੈਂ ਤੈਨੂੰ ਇੱਥੋਂ ਜਾਣ ਨਹੀਂ ਸੀ ਦੇਣਾ। ਹਾਂ। ਤੂੰ ਕਾਤਲ ਮੇਰਾ, ਮੈਨੂੰ ਕਦੋਂ ਕਰਨ ਵਾਸਤੇ ਮਾਰਨ ਵਾਸਤੇ ਆਇਆ, ਤੈਨੂੰ ਮੇਰਾ ਜੀ ਕਰਦਾ ਛੱਡ ਦੇਵਾਂ ਜੋ ਮਰਜ਼ੀ ਕਰਾਂ, ਇਸ ਕਰਕੇ ਤੈਨੂੰ ਮੈਂ ਸਤਿਕਾਰ ਸਾਹਿਬ ਛੱਡਣ ਲੱਗਾ, ਮਠਿਆਈ ਦਾ ਡੱਬਾ ਦਿੱਤਾ, ਸਰੋਹ ਪਾ ਦਿੱਤਾ ਉਸ ਬੰਦੇ ਨੂੰ। ਅੱਛਾ ਜੀ। ਇਹ ਗੱਲ ਦੇਖ ਕੇ ਭਾਨ ਸਿੰਘ ਤੇ ਅਵਿਨਾਸ਼ੀ ਸਿੰਘ ਬਹੁਤ ਬਰਾਗ ਵਿੱਚ ਆਏ, ਕਹਿਣ ਲੱਗੇ ਮਹਾਂਪੁਰਖੋ ਏਡੀ ਵੱਡੀ ਫਰਾਗ ਦਿਲੀ। ਹਾਂ। ਮਤਲਬ ਕਿ ਇੰਨੀ ਉਸ ਮਹਾਂਪੁਰਖਾਂ ਦੀ ਜਰਨ ਸ਼ਕਤੀ ਸੀਗੀ। ਠੀਕ। ਤਾਂ ਉਸ ਇਸੇ ਤਰ੍ਹਾਂ ਉਹ ਬੀਬੀ ਜਿਹੜੀ ਸੀ ਬਲਜੀਤ ਕੌਰ, ਉਹਨੇ ਮੰਨਿਆ ਆਪ। ਹਾਂ। ਪਰ ਮੇਰਾ ਹੀਆ ਨਹੀਂ ਪਿਆ। ਠੀਕ। ਇਹ ਸਾਰੀ ਗੌਂਦ ਗੁੰਦੀ ਗਈ ਜਿਹੜੀ ਉਹਨੇ ਆਪ ਮੰਨੀ। ਸੰਤ ਬਾਬਾ ਜਰਨੈਲ ਸਿੰਘ ਜੀ ਨੇ ਵੀ ਆਪਣੀ ਵੀਡੀਓ ਆਡੀਓ ਵਿੱਚ ਵੀ ਦੱਸਿਆ, ਇਹ ਉਹਨਾਂ ਦੀ ਕਿਤਾਬਦੇ ਵੀ ਹੈਗੀ ਆ। ਠੀਕ। ਇਹ ਗੁਰਚਰਨ ਸਿੰਘ ਜਿਹੜੇ ਅਕਾਲੀ ਦਲ ਦੇ ਸਕੱਤਰ ਸੀਗੇ ਉਹਨਾਂ ਦੇ ਨਾਲ ਕੁਝ ਬੰਦਿਆਂ ਦੀ ਜਿਹੜੀ ਸੀਗੀ ਇਹ ਸਾਰੀ ਸਾਂਢ ਗਾਂਠ ਹੋਈ। ਭਾਈ ਸਵਰਨ ਸਿੰਘ ਸਰਕਾਂ ਦਾ ਭਤੀਜਾ, ਭਾਈ ਇਸੇ ਤਰ੍ਹਾਂ ਬਲਵਿੰਦਰ ਸਿੰਘ ਮਨਾਵੇ ਵਾਲਾ ਟਰੱਕ ਡਰਾਈਵਰ ਹੁੰਦਾ ਸੀ ਸੰਤਾਂ ਦਾ, ਅਤੇ ਸੁਰਿੰਦਰ ਸਿੰਘ ਸੋਢੀ ਅਤੇ ਸੰਤ ਜਰਨੈਲ ਸਿੰਘ ਨੂੰ ਕਤਲ ਕਰਨ ਵਾਸਤੇ ਸਾਨੂੰ ਉਕਸਾਇਆ ਗਿਆ ਤੇ ਸਾਨੂੰ ਪੈਸੇ ਦਿੱਤੇ ਗਏ। ਅੱਛਾ ਜੀ। 14-1984 ਨੂੰ ਸੋਢੀ ਦਾ ਕਤਲ ਕੀਤਾ, ਉਹਨੂੰ ਸ਼ਹੀਦ ਕੀਤਾ ਗਿਆ। ਕਿੰਨੀ ਤਰੀਕ ਨੂੰ? 14-1984 ਨੂੰ। ਹਮਲੇ ਤੋਂ ਕੁਛ ਮਤਲਬ 2 ਮਹੀਨੇ ਪਹਿਲਾਂ ਹੀ, ਕੁਝ ਦਿਨ ਪਹਿਲਾਂ। ਹਾਂਜੀ ਹਾਂਜੀ। ਤੇ ਇੰਨਾ ਜ਼ਿਆਦਾ ਆਪਸ ਵਿੱਚ ਇਹ ਜਿਹੜੇ ਸੀਗੇ ਲੋਕ ਚਾਹੁੰਦੇ ਸੀ ਕਿਸੇ ਢੰਗ ਨਾਲ ਵੀ ਸੰਤ ਜਰਨੈਲ ਸਿੰਘ ਨੂੰ ਉਕਸਾਇਆ ਜਾਵੇ ਤੇ ਉਹ ਗਲ ਪਵੇ, ਤੇ ਕਿਸੇ ਢੰਗ ਨਾਲ ਇੱਥੇ ਪੁਲਿਸ ਐਂਟਰ ਹੋਵੇ ਤੇ ਇਹ ਸਾਰਾ ਭਾਵਨਾ ਵਾਪਰੇ। ਠੀਕ ਹੈ। ਪਰ ਜਰਨੈਲ ਸਿੰਘ ਜੀ ਨੇ ਉਸ ਗੱਲ ਨੂੰ ਵੀ ਪੂਰੇ ਆਪਣੇ ਕਬਜ਼ੇ ਵਿੱਚ ਲਿਆ। ਭਾਈ ਤਲਵੀਰ ਸਿੰਘ ਅਭਿਆਸੀ ਨੇ
ਜਿਹਨਾਂ ਨਾਂ ਆਉਂਦਾ ਸੀ ਲਾਲਾ ਕਤਲ ਕਾਂਡ ਵਿੱਚ, ਉਸ ਦਲਵੀਰ ਸਿੰਘ ਵਿਆਸੀ ਜਿਹੜੇ ਬਹੁਤ ਗੁਰੂ ਘਰ ਦੇ ਮਤਲਬ ਕਿ ਬਾਣੀ ਪੜ੍ਹਨ ਵਾਲੇ ਗੁਰਸਿੱਖ ਸੀ, ਉਹਨਾਂ ਨੇ ਤੇ ਭਾਈ ਸਵਰਨ ਸਿੰਘ ਨੇ ਇੱਕ ਮਾਟੋ ਨਾਤਾ, ਜਿੱਥੇ ਹੁਣ ਤਾਂ ਉਹ ਜਗ੍ਹਾ ਜਿਹੜੀ ਲੱਗਿਆ ਸੀ ਜਿੱਥੇ ਨਕਸ਼ਾ, ਸ਼ਾਇਦ ਜਿਹੜੇ ਸਿੰਘ ਸੁਣਦੇ ਨੇ ਇਹਨਾਂ ਨੂੰ ਪਤਾ ਹੋਵੇ, ਜਦੋਂ ਦਰਬਾਰ ਸਾਹਿਬ ਤੇ ਆਪਣਾ ਗੁਰੂ ਰਾਮਦਾਸ ਸਰਾਂ ਦੇ ਬਿਲਕੁਲ ਸਾਹਮਣੇ ਜਿਹੜਾ ਰਸਤਾ ਹੈ, ਹਾਂਜੀ, ਉਸ ਰਸਤੇ ਦੇ ਵਿੱਚ ਬਾਬਾ ਖੜਕ ਸਿੰਘ ਜੀ ਹੋਣਾ ਨੇ ਲੰਗਰ ਦਾ ਸਾਰਾ ਨਕਸ਼ਾ ਲਾਇਆ ਹੁੰਦਾ ਸੀ ਸੰਗਤਾਰੀ ਵਾਸਤੇ। ਹਾਂਜੀ ਹਾਂਜੀ, ਉਸ ਜਗ੍ਹਾ ਤੇ ਭਾਈ ਦਲਵੀਰ ਸਿੰਘ ਨੇ ਵਿਆਸੀ ਨੇ ਮਾਟੋ ਲਾ ਦਿੱਤਾ ਵੀ ਇੱਕ ਚਾਲ ਹੈ ਇੱਕ ਚਾਲਸ ਹੈ ਰਹਿੰਦੇ ਵੀ ਪਾਏ। ਅੱਛਾ, ਵੀ ਜਿਹੜਾ ਸੁਰਿੰਦਰ ਸ਼ਿੰਦਾ ਸੀ ਉਹਨੂੰ 24 ਘੰਟਿਆਂ ਦੇ ਵਿੱਚ ਸਿੰਘਾਂ ਨੇ ਜਾ ਬਦਲਾ ਲਿਆ, ਜਿਹੜਾ ਸੋਢੀ ਨੂੰ ਸ਼ਹੀਦ ਕਰਕੇ ਗਿਆ ਸੀ। ਠੀਕ ਹੈ। ਇਸੇ ਤਰ੍ਹਾਂ ਜਿਹੜੇ 3-4 ਹੋਰ ਸੀ ਉਹ ਵੀ ਨਿਵੇੜ ਦਿੱਤੇ ਗਏ। ਹਾਂ, ਜਦੋਂ ਇਹ ਗੱਲ ਦਾ ਬੜਾ ਵੱਡਾ ਰੌਲਾ ਉਸ ਕੰਪਲੈਕਸ ਦੇ ਵਿੱਚ ਪਿਆ ਕਿ ਵੀ ਇਹ ਬੋਰਡ ਜਿਹੜਾ ਲਿਖਿਆ ਗਿਆ ਵੀ ਹੁਣ ਇਹ ਪਤਾ ਨਹੀਂ ਆਹ ਬੰਦਿਆਂ ਦਾ ਵੀ ਹੁਣ ਨੰਬਰ ਲੱਗੂਗਾ। ਅੱਛਾ ਜੀ। ਤੇ ਸੰਤ ਬਾਬਾ ਜਰਨੈਲ ਸਿੰਘ ਜੀ ਮਤਲਬ ਕਿ ਵਿਚਾਰਧਾਰਾ ਤੋਂ ਪਰੇ ਇਹ ਲੋਕ ਕਰ ਰਹੇ ਸੀ, ਜਿਹੜੇ ਕੁਛ ਸਿੰਘ ਬਹੁਤ ਗੁੱਸੇ ਵਿੱਚ ਆਏ ਹੋਏ ਸੀਗੇ। ਹਾਂਜੀ, ਭਾਟੀਆ ਵੀ ਉੱਥੇ ਮਾਰਿਆ ਗਿਆ, ਬਲਜੀਤ ਕੌਰ ਵੀ ਮਾਰੀ ਗਈ, ਤੋਚੀ ਵੀ ਮਾਰਿਆ ਗਿਆ, ਇੱਕ ਦੋਧੀ ਸੀ ਉਹ ਮਾਰਿਆ ਗਿਆ, ਛੇਦਾ ਮਾਰਿਆ। ਉਸ ਤੋਂ ਬਾਅਦ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਹਾਂਜੀ, ਅੱਜ ਜਿਉਂਦੇ ਨੇ ਗੁਰੂ ਸਾਹਿਬ ਦੀ ਕਿਰਪਾ, ਚਲੋ ਉਹਨਾਂ ਕੋਲੇ ਸੁਨੇਹਾ ਭੇਜਿਆ ਗਿਆ ਦੂਸਰੇ ਗਰੁੱਪ ਵੱਲੋਂ ਵੀ ਇਹ ਬੋਰਡ ਲਾਇਆ ਜਾਵੇ। ਅੱਛਾ ਜੀ। ਵੀ ਇੱਥੋਂ ਵੀ ਇਹ ਬਹੁਤ ਮਤਲਬ ਕਿ ਮਾੜਾ ਸੁਨੇਹਾ ਦੇ ਰਿਹਾ ਤੇ ਵੀ ਚੰਗੀ ਗੱਲ ਨਹੀਂ ਆਪਸ ਵਿੱਚ ਹੀ। ਤੇ ਉਹ ਫਿਰ ਬਾਬੇ ਨਿਹਾਲ ਸੋਹਣਾ ਨੇ ਆ ਕੇ ਬੇਨਤੀ ਕੀਤੀ ਸੰਤ ਜਰਨੈਲ ਸੋਹਣਾ ਨੂੰ। ਹਾਂਜੀ। ਸੰਤ ਕਹਿੰਦੇ ਬੋਰਡ ਕਿਹਨੇ ਲਾਇਆ? ਤਾਂ ਜਦੋਂ ਦੱਸਿਆ ਜੀ ਉਹ ਵਿਆਸੀ ਨੇ ਲਾਇਆ। ਹਾਂ, ਵਿਆਸੀ ਜੀ ਦਾ ਸਤਿਕਾਰ ਇੰਨਾ ਸੀ ਟਕਸਾਲ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਮੇਤ। ਹਾਂ, ਉਹ ਉਹਨਾਂ ਦੇ ਹਰ ਬਚਨ ਤੇ ਗੱਲਬਾਤ ਉਹਦੀ ਸੁਣਦੇ ਸੀ ਤੇ ਮੰਨਦੇ ਸੀ। ਠੀਕ ਹੈ। ਸਤਿਕਾਰ ਸੀਗਾ ਜਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਸਤਿਕਾਰ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਸਮੇਂ ਸਾਰੇ ਸਿੰਘਾਂ ਦੇ ਵਿੱਚ ਸੀ, ਬਿਲਕੁਲ ਉਸੇ ਤਰ੍ਹਾਂ ਦਲਵੀਰ ਸਿੰਘ ਵਿਆਸੀ ਦਾ ਸਤਿਕਾਰ ਸੀ ਸਾਰੇ ਸਿੰਘਾਂ ਦੇ ਵਿੱਚ। ਠੀਕ ਹੈ। ਤਾਂ ਸੰਤ ਕਹਿਣ ਲੱਗੇ ਫਿਰ ਮੈਂ ਤਾਂ ਨਹੀਂ ਵੀ ਲਾਉਣਾ, ਕਹਿੰਦੇ ਕਹਿਣਾ ਵੀ ਉਸੇ ਨੂੰ ਕਹੋ ਵੀ ਉਹ ਲਾਉ। ਅੱਛਾ ਜੀ। ਫਿਰ ਸੰਤਾਂ ਨੇ ਭਾਈ ਦਲਵੀਰ ਸਿੰਘ ਵਿਆਸੀ ਨੂੰ ਬੁਲਾਇਆ। ਹਾਂਜੀ। ਆ ਕੇ ਫਿਰ ਉਹ ਬੋਰਡ ਉਤਾਰਿਆ। ਸੋ ਮੇਰਾ ਕਹਿਣ ਤੋਂ ਭਾਵ ਇਹੋ ਜਿਹੀਆਂ ਘਟਨਾਵਾਂ ਉੱਥੇ ਵਾਪਰਨੀਆਂ ਸਾਡੇ ਭਰਾਵਾਂ ਵੱਲੋਂ ਸ਼ੁਰੂ ਹੋ ਗਈਆਂ ਸੀ। ਮਤਲਬ ਮੋਰਚੇ ਨੂੰ ਜਿਹੜਾ ਧਰਮ ਯੁੱਧ ਮੋਰਚਾ ਲੱਗਾ ਸੀ ਕੌਮ ਦੀ ਆਨੰਦਪੁਰ ਦੇ ਮਤੇ ਲਈ ਜਾਂ ਉੱਧਰ ਨੂੰ ਇਹ ਜਦੋਂ ਚੱਲ ਗਿਆ, ਜਿਹੜੀਆਂ ਸਾਰੀਆਂ ਗੱਲਾਂ ਮਤਲਬ ਵਿੱਚ ਆ ਵੀ ਵਾਪਰਦੀਆਂ ਰਹੀਆਂ ਜਿਹੜੀਆਂ ਤੁਸੀਂ ਦੱਸਦੇ ਹੋ। ਤਾਰ ਪੀਟੋ ਕਰਨ ਵਾਸਤੇ ਸਭ ਕੁਛ ਹੋ ਰਿਹਾ ਸੀ, ਕਿਸੇ ਢੰਗ ਨਾਲ ਸੰਤ ਜਰਨੈਲ ਸਿੰਘ ਨੂੰ ਨੀਚਾ ਦਿਖਾਇਆ ਜਾਵੇ। ਅੱਛਾ ਜੀ। ਪਰ ਲੇਕਿਨ ਗੁਰੂ ਸਾਹਿਬ ਦੇ ਇੱਕ ਬਚਨ ਨੇ ਭਾਈ ਰਘਵੀਰ ਸਿੰਘ ਜੀ, ਜਾਮ ਗੁਰੂ ਹੋਏ ਬਲ ਸਰਬ ਦੀਜੈ, ਜਾਮ ਗੁਰੂ ਹੋਏ ਬਲ ਲੱਖ ਬਾਹੇ ਕਿਆ ਕੀਜੈ। ਹਾਂਜੀ। ਉਹ ਗੁਰੂ ਪਾਤਸ਼ਾਹ ਦੇ ਉੱਤੇ ਉਹ ਨਿਰਭਰ ਸੀਗੇ, ਉਹਨਾਂ ਦੀ ਵਿਚਾਰਧਾਰਾ ਸੀ, ਉਹ ਪੱਕੇ ਦ੍ਰਿੜ ਇਰਾਦੇ ਵਾਲੇ ਸੀ ਇਸ ਗੱਲ ਦੇ ਉੱਤੇ। ਹਾਂਜੀ। ਉਹ ਹਮੇਸ਼ਾ ਸਿੰਘ ਆਪਾਂ ਸਿੰਘਾਂ ਦੇ ਉੱਤੇ ਹੱਥ ਨਹੀਂ ਚੁੱਕਣਾ, ਆਪਣੇ ਭਰਾ ਨੇ, ਪਰ ਲੇਕਿਨ ਉਹ ਹਰ ਪੱਖ ਤੋਂ ਉਹਨਾਂ ਨਾਲ ਵਧੀਕੀ ਕਰਦੇ ਰਹੇ ਨੇ। ਇੱਥੋਂ ਤੱਕ ਵੀ ਵਧੀਕੀ ਕੀਤੀ ਗਈ, ਸੰਤ ਬਾਬਾ ਜਰਨੈਲ ਸਿੰਘ ਨੂੰ ਇਹ ਗੱਲ ਕਹੀ ਗਈ, ਇਹ ਮਤਲਬ ਕਿ ਉਹਨਾਂ ਨੇ ਸਮੁੱਚੇ ਰੂਪ ਵਿੱਚ ਕਹੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਉਹਨਾਂ ਨੇ ਕੋਈ ਸ਼ਸਤਰ ਲੈ ਕੇ ਅੰਦਰ ਨਹੀਂ ਜਾ ਸਕਦਾ ਦਰਬਾਰ ਸਾਹਿਬ। ਅੱਛਾ ਜੀ। ਸੰਤ ਨਾਲ ਸੰਤਾਂ ਨਾਲ ਇੱਕ ਵਾਰੀ ਪਹਿਲਾਂ ਵੀ ਇਹ ਘਟਨਾ ਵਾਪਰੀ ਸੀਗੀ, ਜਦੋਂ ਕਮੇਟੀ ਦੀਆਂ ਇਲੈਕਸ਼ਨਾਂ 1979 ਦੇ ਵਿੱਚ ਹੋਈਆਂ, 79 ਦੇ ਵਿੱਚ। ਅੱਛਾ ਜੀ। ਉਸ ਵੇਲੇ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਉੱਤੇ ਪਾਬੰਦੀ ਲਾਈ ਗਈ ਕਿ ਇਹ ਜਿਹੜੇ ਧਾਰਮਿਕ ਸਥਾਨ ਸ਼੍ਰੋਮਣੀ ਕਮੇਟੀ ਦੇ ਗੁਰਦੁਆਰੇ ਨੇ ਉਹਨਾਂ ਵਿੱਚ ਇਹ ਕਥਾ ਕੀਰਤਨ ਨਹੀਂ ਕਰ ਸਕਦੇ। ਅੱਛਾ ਜੀ। ਮੈਨੂੰ ਯਾਦ ਹੈ ਚੰਗੀ ਤਰ੍ਹਾਂ, ਮੈਂ ਮੁਕਤਸਰ ਡਿਊਟੀ ਕਰਦਾ ਸੀ ਉਸ ਵੇਲੇ, ਮੁਕਤਸਰ ਜਿਹੜੇ ਇਸੇ ਭਾਵ ਅਸਥਾਨ ਸੀ ਉੱਥੇ ਨਿਹੰਗਾ ਸਿੰਘਾਂ ਦੀ ਛਾਉਣੀ ਸੀ, ਤਾਂ ਉਸ ਵੇਲੇ ਉਸ ਟੁੱਟੀ ਗੰਢੀ ਅਸਥਾਨ ਦੇ ਉੱਤੇ ਸਾਰਾ ਪ੍ਰੋਗਰਾਮ ਬੰਦ ਕੀਤਾ ਗਿਆ।
ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਪ੍ਰਕਰਮਾ ਚ ਨਮਸਕਾਰ ਕਰਕੇ ਤੇ ਜਿਹੜੀ ਨਿੰਗਾ ਸਿੰਘ ਦੀ ਛਾਉਣੀ ਸੀ ਉੱਥੇ ਕਥਾ ਕੀਰਤਨ ਕੀਤਾ ਗਿਆ। ਅੱਛਾ ਜੀ। ਇੱਥੇ ਸੇਮ ਉਸੇ ਤਰ੍ਹਾਂ ਇੱਥੇ ਗੱਲ ਕਹੀ ਕਿ ਸੰਤ ਜਰਨੈਲ ਸਿੰਘ ਚੁੱਪ ਰਹੇ ਵੀ ਕੋਈ ਬੋਲੂਗਾ ਕੋਈ ਗੱਲ ਕਰੂਗਾ, ਇਹ ਨਹੀਂ ਕੋਈ ਗੱਲ ਕੀਤੀ। ਫਿਰ ਸੰਤਾਂ ਨੇ ਆਖਰੀ ਜਦੋਂ ਸੰਤਾਂ ਕੋਲ ਕੁਐਸਚਨ ਕੀਤੇ ਤੁਸੀਂ ਜਾ ਨਹੀਂ ਰਹੇ ਉੱਧਰ ਦਰਬਾਰ ਸਾਹਿਬ ਨੂੰ, ਤੇ ਕਹਿਣ ਲੱਗੇ ਭਾਈ ਜੋ ਮੈਂ ਸਿੰਘ ਸਾਹਿਬਾਂ ਨੂੰ ਬੇਨਤੀ ਵੀ ਕਰਦਾ ਤੇ ਪੁੱਛਣਾ ਵੀ ਚਾਹੁੰਦਾ, ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਗਨੀ ਸ਼ਸਤਰ ਬਾਬਾ ਦੀਪ ਸਿੰਘ ਦਾ ਰਿਵਾਲਵਰ ਪਿਆ, ਹੋਰ ਵੀ ਸਿੰਘਾਂ ਦੇ ਹਨ, ਗੁਰੂ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬੰਦੂਕ ਵੀ ਤਖਤ ਦੇ ਉੱਤੇ ਸਵਾਇਮਾਨ ਹੁੰਦੀ ਹੈ ਆਪਣਾ ਅਨੰਦਪੁਰ ਸਾਹਿਬ, ਤੇ ਇਹ ਜਿਹੜੇ ਸ਼ਸਤਰ ਨੇ ਕੀ ਗੁਰੂ ਸਾਹਿਬ ਦੇ ਬਚਨੇ ਤੀਰੋ ਤਫੰਗੋ ਵੱਡੋ ਰਾਮ ਜੰਗੋ ਜਿੱਤੇ ਸ਼ਸਤਰ ਨਾਮ ਨਮਸਕਾਰ ਤਮੰਗ, ਤੇ ਕੀ ਇਹ ਗੱਲ ਜਾਇਜ਼ ਹੈ? ਇਹ ਜੋ ਗੱਲ ਆਈ ਫਿਰ ਸਿੰਘ ਸਾਹਿਬ ਕਿਹਾ ਕਿ ਇਹ ਗੱਲਬਾਤ ਨਹੀਂ ਕਹੀ ਜੀ, ਭਾਵ ਉਹ ਗੱਲ ਵੀ ਫਿਰ ਉਸ ਗੱਲ ਤੋਂ ਵੀ ਥੋੜ੍ਹੇ ਜਿਹੇ ਪਾਸੇ ਹੋਏ, ਪਰ ਲੇਕਿਨ ਮਹਾਂਪੁਰਖਾਂ ਨੇ ਉਸ ਗੱਲ ਨੂੰ ਵੀ ਆਪਣੇ ਬੜੇ ਪਿਆਰ ਨਾਲ ਨਜਿੱਠਿਆ। ਹਾਂਜੀ, ਮੇਰਾ ਕਹਿਣ ਤੋਂ ਇਹੋ ਜਿਹੇ ਜਦੋਂ ਕਾਫੀ ਗੱਲਬਾਤਾਂ ਹੁੰਦੀਆਂ ਰਹੀਆਂ, ਪਰ ਸੰਤ ਕਹਿਣ ਲੱਗੇ ਜਿੰਨਾ ਚਿਰ ਮੋਰਚਾ ਚੱਲਦਾ ਉਨਾ ਚਿਰ ਕਿਸੇ ਸਿੰਘ ਨੇ ਵਧੀਕੀ ਨਹੀਂ ਕਰਨੀ, ਤੇ ਜਿਹੜੇ ਜਦੋਂ ਮੈਨੂੰ ਇਸ ਗੱਲ ਦਾ ਕਹਿੰਦੇ ਪਤਾ ਲੱਗੇਗਾ ਵੀ ਆਹ ਸਿੰਘ ਨੇ ਵਧੀਕੀ ਤੇ ਉਹਦਾ ਗੱਲ ਠੀਕ ਨਹੀਂ ਹੋਵੇਗੀ। ਇਹ ਬਾਬਾ ਜੀ ਜਿਹੜੇ ਜਿੱਦਾਂ ਆਪਾਂ ਕਿਉਂਕਿ ਹੌਲੀ ਹੌਲੀ ਅੱਗੇ ਵਧਾਂਗੇ, ਜਿਹੜੇ ਵਿੱਚ ਚੈਪਟਰ ਆਏ ਆ ਸ਼ਹੀਦ ਭਾਈ ਅਮਰੀਕ ਸਿੰਘ ਜੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸੀ, ਉਹ ਤਾਂ ਜਿੱਦਾਂ ਟਕਸਾਲ ਦੇ 13ਵੇਂ ਮੁਖੀ ਉਹਨਾਂ ਦੇ ਸਪੁੱਤਰ ਸਨ, ਇਸ ਕਰਕੇ ਵੀ ਨਾਲ ਹੀ ਸਨ, ਲੇਕਿਨ ਉਹਨਾਂ ਦੇ ਨੌਜਵਾਨਾਂ ਦਾ ਵੱਧ ਤੋਂ ਵੱਧ ਨਾਲ ਜੁੜਨਾ, ਅਕਾਲ ਤਖਤ ਸਾਹਿਬ 'ਤੇ ਆਉਣਾ, ਫਿਰ ਮਤਲਬ ਜਨਰਲ ਸਵੇਗ ਸਿੰਘ ਜੀ ਦਾ ਇਹਨਾਂ ਦੇ ਨਾਲ ਮਿਲਣਾ, ਉਹ ਘਟਨਾ ਕਿੱਦਾਂ ਵਾਪਰੀ ਆ, ਕਿੱਦਾਂ ਉਹ ਆਏ ਆ, ਅਤੇ ਕਿਉਂਕਿ ਉਸ ਤੋਂ ਬਾਅਦ ਅਗਲੀ ਗੱਲ ਫਿਰ ਕਰਾਂਗੇ, ਉਹਨਾਂ ਦੀਆਂ ਜਿਹੜੇ ਕੁਝ ਪਾਰਟ ਆ ਜਿਹਨੂੰ ਲੋਕ ਜਾਣਨਾ ਚਾਹੁੰਦੇ ਆ, ਬਹੁਤ ਨਵੇਂ ਲੋਕਾਂ ਨੂੰ ਪਤਾ ਨੀਗਾ ਵੀ ਜਨਰਲ ਸਵੇਗ ਸਿੰਘ ਜੀ ਕੌਣ ਸਨ, ਸ਼ਹੀਦ ਭਾਈ ਅਮਰੀਕ ਸਿੰਘ ਜੀ ਕੌਣ ਸਨ। ਹਾਂਜੀ, ਮੈਂ ਬੇਨਤੀ ਕਰਦਾ ਸ਼ਹੀਦ ਭਾਈ ਅਮਰੀਕ ਸਿੰਘ ਜੀ ਬਾਰੇ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਦੋ ਸਪੁੱਤਰ ਸੀ, ਭਾਈ ਅਮਰੀਕ ਸਿੰਘ ਜੀ ਤੇ ਭਾਈ ਮਨਜੀਤ ਸਿੰਘ ਜੀ। ਹਾਂਜੀ, ਭਾਈ ਅਮਰੀਕ ਸਿੰਘ ਜੀ ਭਾਵੇਂ ਦੁਨਿਆਵੀ ਵਿੱਦਿਆ ਪੜ੍ਹ ਰਹੇ ਸੀਗੇ ਤੇ ਭਾਈ ਮਨਜੀਤ ਸਿੰਘ ਵੀ ਦੁਨਿਆਵੀ ਵਿੱਦਿਆ ਪੜ੍ਹਦੇ ਸੀ, ਪਰ ਜਥੇ ਸੰਗਤ ਵਿੱਚ ਆਇਆ ਕਰਦੇ ਸਨ। ਠੀਕ ਆ। ਬਾਬਾ ਕਰਤਾਰ ਸਿੰਘ ਜੀ ਵੇਲੇ ਸਮੇਂ ਵੀ, ਹਾਂਜੀ, ਵੀ ਜਦੋਂ ਪੂਰੇ ਜਾਣਾ ਜਾਂ ਉਸ ਇਲਾਕੇ ਜਾਣਾ ਪਰਿਵਾਰ ਨੂੰ ਮਿਲਣਾ ਗਿਲਣਾ, ਤਾਂ ਭਾਈ ਅਮਰੀਕ ਸਿੰਘ ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਸੱਚਖੰਡ ਪਿਆਰ ਕਰਦੇ ਨੇ 16 ਅਗਸਤ 1977 ਨੂੰ, ਤਾਂ ਉਸ ਵੇਲੇ ਸਾਰਾ ਪਰਿਵਾਰ ਭੂਰਿਆਂ ਵਾਲਾ ਅਤੇ ਟਕਸਾਲ ਦੇ ਸਿੰਘ ਅਤੇ ਟਕਸਾਲ ਦੇ ਨਾਲ ਸੰਬੰਧ ਰੱਖਣ ਵਾਲੇ ਪ੍ਰੇਮੀ ਪਰਿਵਾਰ ਜ਼ਿੰਮੇਵਾਰ ਸ਼ਖਸੀਅਤਾਂ ਸੰਪਰਦਾਵਾਂ ਉੱਥੇ ਮਿੱਤੇ ਇਕੱਠੇ ਹੋਏ ਸਨ। ਅੱਛਾ ਜੀ। ਤਾਂ ਉਸ ਵੇਲੇ ਸਿੰਘਾਂ ਦੇ ਵਿੱਚ ਵਿਚਾਰ ਵਟਾਂਦਰਾ ਆਪਸ ਵਿੱਚ ਹੀ ਹੋਇਆ ਕਿ ਹੁਣ ਟਕਸਾਲ ਦਾ ਮੁਖੀ ਕੌਣ ਕਿਹਨੂੰ ਚੁਣਿਆ ਜਾਵੇ। ਠੀਕ ਹੈ। ਇੱਕ ਪਾਸੇ ਜਸਵੰਤ ਸਿੰਘ ਦੌਦਰ ਭਗਤ ਜੀ ਜਿਹੜੇ ਅੱਜ ਵੀ ਸਰੀਰ ਕਰਕੇ ਚੜ੍ਹਦੀ ਕਲਾ ਵਿੱਚ ਨੇ, ਬਹੁਤ ਵਿਦਵਾਨ ਬੰਦੇ ਨੇ। ਹਾਂਜੀ। ਅਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਵਿਦਿਆਰਥੀ ਨੇ। ਠੀਕ ਹੈ। ਜਿਹੜੀਆਂ ਟੇਪਾਂ ਅੱਜ ਅਸੀਂ ਇੰਟਰਨੈਟ ਤੇ ਸੁਣਦੇ ਹਾਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਦੀ ਕਥਾ, ਹਾਂਜੀ, ਉਹ ਭਾਈ ਜਸਵੰਤ ਸਿੰਘ ਜੀ ਭਗਤ ਜੀ ਹੀ ਕਰਿਆ ਕਰਦੇ ਸੀ, ਤੇ ਉਹੀ ਭਿੰਡਰਾਂ ਤੋਂ ਜਦੋਂ ਸੰਤ ਗੁਰਬਚਨ ਸਿੰਘ ਜੀ ਮਹਾਂਪੁਰਸ਼ ਸੱਚਖੰਡ ਪਿਆਨਾ ਕਰ ਗਏ ਤੇ ਉਸ ਵੇਲੇ ਉੱਥੇ ਕੋਈ ਝਗੜਾ ਹੋਇਆ, ਸੰਤ ਬਾਬਾ ਕਰਤਾਰ ਸਿੰਘ ਜੀ ਦੇ ਨਾਲ 25 ਸਿੰਘ, ਉਹਨਾਂ 25 ਸਿੰਘਾਂ ਵਿੱਚ ਭਗਤ ਜਸਵੰਤ ਸਿੰਘ ਜੀ, ਅਤੇ ਇਸੇ ਤਰ੍ਹਾਂ ਉਹ ਟੇਪਾਂ ਲੈ ਕੇ ਉੱਥੋਂ ਉਹ ਆਪ ਆਏ ਸੀ। ਅੱਛਾ ਜੀ। ਤੇ ਇਹ ਸਾਰੇ ਜਿਹੜੇ ਸਿੰਘ ਸੀਗੇ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਨਾਲ ਜਿਹੜਾ ਪ੍ਰੇਮ ਬਹੁਤ ਕਰਿਆ ਕਰਦੇ ਸੀਗੇ, ਤੇ ਸੰਤ ਬਾਬਾ ਸੋਹਣ ਸਿੰਘ ਜੀ ਜਿਹੜੇ ਬਾਬੇ ਦਿਆਲ ਸਿੰਘ ਹੁਣਾਂ ਦੇ ਪਿਤਾ ਜੀ ਸੀ ਸੁਰ ਸਿੰਘ ਵਾਲੇ। ਅੱਛਾ ਜੀ। ਇਹ ਵੀ ਬਹੁਤ ਸਤਿਕਾਰ ਪਿਆਰ ਕਰਦੇ ਸੀਗੇ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਨਾਲ। ਠੀਕ। ਤੇ ਉਸ ਵੇਲੇ ਜਿਹੜੇ ਜਿਹੜਾ ਅਕਾਲੀ ਦਲ ਸੀ ਭਾਵੇਂ ਸਰਕਾਰ, ਉਸ ਵੇਲੇ ਮੁੱਖ ਮੰਤਰੀ ਗੁਰਨਾਮ ਸਿੰਘ ਸੀਗਾ ਅਕਾਲੀ ਦਲ ਦਾ, ਅਤੇ ਸੰਤ ਫਤਿਹ ਸਿੰਘ, ਸੰਤ ਚੰਨਣ ਸਿੰਘ ਅਕਾਲੀ ਦਲ ਦਾ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਇਹ ਸਾਰੇ ਇੱਕ ਪਾਸੇ ਸੀਗੇ। ਠੀਕ ਹੈ। ਤੇ ਇਹ ਜਿਹੜੇ ਭਾਈ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਜੋ ਮਹਾਂਪੁਰਖਾਂ ਨੇ ਦਮਵੀਂ ਟਕਸਾਲ ਦੀ ਸੇਵਾ ਦਿੱਤੀ ਸੀ,
ਉਹਨਾਂ ਦੇ ਨਾਲ ਕੁਝ ਜ਼ਿੰਮੇਵਾਰ ਸਿੰਘ ਸੀਗੇ ਜਿਹੜੇ 25 ਸਿੰਘ ਸੰਤ ਦੱਸ ਦਿੰਦੇ ਸੀ ਸਾਡੇ ਨਾਲ ਪਿੰਡਰਾਂ ਤੋਂ ਆਏ ਸੀ। ਠੀਕ ਹੈ। ਭਾਈ ਜਸਵੰਤ ਸਿੰਘ ਭਗਤ ਜੀ ਸਨ। ਠੀਕ। ਸੰਤਾਂ ਦੇ ਸੱਚਖੰਡ ਜਾਣ ਤੋਂ ਬਾਅਦ ਭਾਈ ਜਸਵੰਤ ਸਿੰਘ ਭਗਤ ਜੀ ਨੂੰ ਕੁਝ ਸਿੰਘ ਇਹ ਚਾਹੁੰਦੇ ਸੀ ਵੀ ਇਹਨਾਂ ਨੂੰ ਅਗਲਾ ਮੁਖੀ ਚੁਣਿਆ ਜਾਵੇ। ਅੱਛਾ ਜੀ। ਕੁਝ ਸਿੰਘਾਂ ਦੀ ਰਾਏ ਉਸ ਵੇਲੇ ਇੱਥੇ ਇਹ ਹੋਈ ਕਿ ਨਹੀਂ, ਭਾਈ ਅਮਰੀਕ ਸਿੰਘ ਸੰਤਾਂ ਦਾ ਭਚੰਗੀ ਵੀ ਆ ਅਤੇ ਪੜ੍ਹਿਆ ਲਿਖਿਆ ਵੀ ਆ ਅਤੇ ਕਥਾ ਕੀਰਤਨ ਕਰਨ ਵੀ ਜਾਣਦੇ ਨੇ, ਕਥਾ ਕਰਨ ਜਾਣਦੇ। ਭਾਈ ਅਮਰੀਕ ਸਿੰਘ ਕਥਾ ਵੀ ਕਰਦੇ ਹੁੰਦੇ ਸੀਗੇ, ਸ਼ਾਇਦ ਤੁਸੀਂ ਉਹਨਾਂ ਦੀ ਇੱਕ ਕਥਾ ਮਾਘ ਮੱਝਣ ਸਿੰਘ ਸਾਧੂਆਂ ਧੂੜੀ ਕਰ ਇਸ਼ਨਾਨ, ਇਹ ਰਿਕਾਰਡਿੰਗ ਵੀਡੀਓ ਚੱਲਦੀ ਆ, ਰਿਕਾਰਡਿੰਗ ਚੱਲਦੀ ਆ ਆਡੀਓ। ਠੀਕ ਆ। ਉਹ ਭਾਵ ਉਹ ਕਥਾ ਵੀ ਕਰਦੇ ਸੀ। ਠੀਕ। ਤੇ ਉਹਦੇ ਲਈ ਸੰਤ ਬਾਬਾ ਉੱਤਮ ਸਿੰਘ ਜੀ ਕਾਰਸੇ ਵਾਲੇ ਖੰਡੂਰ ਸਾਹਿਬ ਵਾਲੇ, ਸੰਤ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਅਤੇ ਇਸੇ ਤਰ੍ਹਾਂ ਹੋਰ ਨਾਲ ਕੁਝ ਜਿਹੜੇ ਸਿੰਘ ਸੀਗੇ ਉਹਨਾਂ ਨੇ, ਬਾਬਾ ਤਾਰਾ ਸਿੰਘ ਜੀ ਸਰਿਆਲੀ ਵਾਲੇ। ਅੱਛਾ ਜੀ। ਇਹਨਾਂ ਸਿੰਘਾਂ ਨੇ ਕਿਹਾ ਵੀ ਭਾਈ ਅਮਰੀਕ ਸਿੰਘ ਨੂੰ ਦਸਤਾਰਬੰਦੀ ਕੀਤੀ ਜਾਵੇ। ਠੀਕ ਆ। ਪਰ ਲੇਕਿਨ ਅਖੀਰ ਉਹਨਾਂ ਨੇ, ਭਾਈ ਅਮਰੀਕ ਸਿੰਘ ਨੇ ਵੀ ਗੱਲ ਕਹੀ, ਨਹੀਂ ਵੀ ਮੈਂ ਇਹਦੇ ਯੋਗ ਨਹੀਂ ਕਿ ਜਥੇਦਾਰ ਸਿੰਘ ਕੋਈ ਹੋਰ ਚੁਣਿਆ ਜਾਵੇ। ਠੀਕ ਆ। ਅਖੀਰ ਗੱਲ ਮੁੱਕੀ ਕਿ ਸੰਤ ਬਾਬਾ ਜਰਨੈਲ ਸਿੰਘ ਨੂੰ ਟਕਸਾਲ ਦਾ ਅੱਗੇ ਮੁਖੀ ਚੁਣਿਆ ਜਾਵੇ। ਬਾਬਾ ਠਾਕਰ ਸਿੰਘ ਜੀ ਤੇ ਸਾਰੇ ਸਿੰਘਾਂ ਨੇ ਫਿਰ ਮੁੜ ਕੇ ਗੱਲ ਜਦੋਂ ਗੱਲ ਕੀਤੀ ਤੇ ਸੰਤ ਬਾਬਾ ਜਰਨੈਲ ਸਿੰਘ ਮੰਨਦੇ ਨਹੀਂ ਸੀ, ਕਹਿੰਦੇ ਵੀ ਪੰਡ ਵੱਡੀ ਹੈ, ਮੈਂ ਨਹੀਂ ਚੁੱਕ ਸਕਦਾ ਇਹ। ਅੱਛਾ ਜੀ। ਪਰ ਲੇਕਿਨ ਬਾਬਾ ਠਾਕਰ ਸੁਣਾ ਨੇ ਫਿਰ ਭਾਈ ਅਮਰੀਕ ਸਿੰਘ ਨੂੰ ਤੇ ਬਾਬਾ ਠਾਕਰ ਜਰਨੈਲ ਸਿੰਘ ਨੂੰ ਬਿਠਾ ਕੇ ਤਕਰੀਬਨ ਕਾਫੀ ਸਮਾਂ ਕੋਈ ਗੱਲਬਾਤ ਕੀਤੀ। ਫਿਰ ਸੰਤ ਬਾਬਾ ਜਰਨੈਲ ਸਿੰਘ ਨੇ ਕਿਹਾ ਵੀ ਜੇ ਭਾਈ ਅਮਰੀਕ ਸਿੰਘ ਮੇਰੇ ਨਾਲ ਚੱਲਣਗੇ ਤਾਂ ਮੈਂ ਇਹ ਸੇਵਾ ਨਿਭਾ ਸਕਦਾ ਜੇ ਤੁਸੀਂ ਹੁਕਮ ਕਰਦੇ ਹੋ। ਠੀਕ ਹੈ। ਭਾਈ ਅਮਰੀਕ ਸਿੰਘ ਨੇ ਕਿਹਾ ਵੀ ਠੀਕ ਹੈ ਮਹਾਂਪੁਰਖੋ, ਮੈਂ ਤੁਹਾਡੇ ਨਾਲ ਹੀ ਨਿਭੂੰਗਾ। ਹਾਂਜੀ। ਸੋ ਭਾਈ ਅਮਰੀਕ ਸਿੰਘ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਸਮੇਂ ਤੋਂ ਹੀ ਟਕਸਾਲ ਦੇ ਨਾਲ ਆਉਂਦੇ ਜਾਂਦੇ ਸੀਗੇ ਤੇ ਸੰਤਾਂ ਦੇ ਸੱਚਖੰਡ ਜਾਣ ਤੋਂ ਬਾਅਦ ਉਹ ਟਕਸਾਲ ਦੇ ਨਾਲ ਪੱਕੇ ਹੀ ਜੁੜ ਗਏ। ਅੱਛਾ ਜੀ। ਪੱਕੇ ਫਿਰ ਟਕਸਾਲ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨਾਲ ਅਤੇ ਫਿਰ ਇਸ ਤਰ੍ਹਾਂ ਜਿਹੜਾ ਸੀ ਦੰਗੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਚੁਣਿਆ ਗਿਆ। ਠੀਕ ਆ। ਫਿਰ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਜੋ ਇਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਚੋਣ ਹੋਈ 1983 ਦੇ ਵਿੱਚ, ਤਾਂ ਉਸ ਵੇਲੇ ਜਿਹੜਾ ਪ੍ਰਧਾਨ, ਉਦੋਂ ਪਹਿਲਾਂ ਵੀ ਭਾਈ ਅਮਰੀਕ ਸਿੰਘ ਨੂੰ ਚੁਣਿਆ ਗਿਆ ਸੀਗਾ। ਠੀਕ ਆ। ਪਰ ਮੰਜੀ ਸਾਹਿਬ ਹਾਲ ਦੇ ਵਿੱਚ ਮੈਨੂੰ ਉਹ ਦਿਨ ਤੇ ਉਹ ਸਮਾਂ ਯਾਦ ਹੈ ਕਿਉਂਕਿ ਦਾਸ ਉਸ ਵੇਲੇ ਹਾਜ਼ਰ ਸੀ। ਉਸ ਵੇਲੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਾਰਕੁਨ ਜਿੰਨੇ ਵੀ ਵਿਦਿਆਰਥੀ ਸੀ ਉਹ ਉੱਥੇ ਪਹੁੰਚੇ ਸੀਗੇ ਤੇ ਉਹਨਾਂ ਨੂੰ ਉੱਥੇ ਪ੍ਰਧਾਨ ਚੁਣਿਆ ਗਿਆ। ਠੀਕ। ਇਹ ਬਹੁਤ ਜ਼ਿਆਦਾ ਤਾਂ ਮੇਰੇ ਨਾਲੋਂ ਜਿਹੜੀ ਨੌਲੇਜ ਹੈ ਇਸ ਵਿਸ਼ੇ, ਇਸ ਮਤਲਬ ਕਿ ਫੈਡਰੇਸ਼ਨ ਵਾਰ ਜਿਹੜੇ ਫੈਡਰੇਸ਼ਨ ਨਾਲ ਸੰਬੰਧ ਰੱਖਣ ਵਾਲੇ ਪਿਆਰੇ ਨੇ ਉਹ ਜ਼ਿਆਦਾ ਦੱਸ ਸਕਦੇ ਨੇ, ਪਰ ਮੈਨੂੰ ਇੰਨਾ ਪਤਾ ਵੀ ਉਹ ਸੰਤ ਬਾਬਾ ਕਰਤਾਰ ਸਿੰਘ ਦੇ ਭਚੰਗੀ ਸੀ, ਸੰਤਾਂ ਦੇ ਸੱਚਖੰਡ ਜਾਣ ਤੋਂ ਬਾਅਦ ਪੱਕੇ ਤੌਰ 'ਤੇ ਸੰਤ ਬਾਬਾ ਜਰਨੈਲ ਸਿੰਘ ਜੀ ਨਾਲ ਜੋ ਵਚਨ ਕੀਤਾ ਸੀਗਾ ਮੈਂ ਤੁਹਾਡੇ ਨਾਲ ਹਾਂ, ਉਹਨਾਂ ਨੇ ਆਖਰੀ ਸਮੇਂ ਤੱਕ ਉਹ ਵਚਨ ਨਿਭਾਇਆ। ਠੀਕ ਹੈ। ਅਤੇ ਹੁਣ ਆਪਾਂ ਥੋੜ੍ਹਾ ਜਿਹਾ ਜਿੱਦਾਂ ਸੰਖੇਪ ਰੂਪ ਦੇ ਵਿੱਚ ਅਮਰ ਸ਼ਹੀਦ ਜਨਰਲ ਸਵੇਖ ਸਿੰਘ ਜੀ ਬਾਰੇ ਵੀ ਜਾਣਨਾ ਚਾਹਵਾਂਗੇ, ਉਹ ਕਿੱਦਾਂ ਆਏ ਇੱਥੇ ਅਕਾਲ ਤਖ਼ਤ ਸਾਹਿਬ ਅਤੇ ਸੰਤਾਂ ਨਾਲ ਉਹ ਕਿੱਦਾਂ ਜੁੜੇ? ਮੈਂ ਬੇਨਤੀ ਕਰਾਂ ਵੀ ਦੇਖੋ ਜਨਰਲ ਸਾਹਿਬ ਬਾਰੇ ਮੈਨੂੰ ਇੰਨਾ ਜ਼ਿਆਦਾ ਤਾਂ ਨਹੀਂ ਪਤਾ ਹੈਗਾ ਵੀ ਮੈਨੂੰ ਜੋ ਸੁਣਿਆ ਮੈਂ ਸਿੰਘਾਂ ਤੋਂ ਵੀ ਉਹ ਮਹਾਂਪੁਰਖਾਂ ਦੇ ਨਾਲ ਉਹਨਾਂ ਦਾ ਮਿਲਾਪ ਸੀ, ਪਰ ਉਹ ਜਦੋਂ ਫੌਜੀਆਂ ਦੀ ਕਨਵੈਨਸ਼ਨ ਹੋਈ ਹੈ ਇੱਕ ਆਪਣਾ ਗੁਰੂ ਨਾਨਕ ਨਿਵਾਸ 'ਤੇ, ਹਾਂਜੀ, ਉਹਦੇ ਵਿੱਚ ਜਿੰਨੇ ਵੀ ਜਰਨਲ ਸੀਗੇ, ਬ੍ਰਿਗੇਡੀਅਰ ਸੀ ਮਹਿੰਦਰ ਸਿੰਘ ਜੀ ਵੀ, ਹੋਰ ਵੀ ਸਿੰਘ ਸੀਗੇ ਜਿਹੜੇ ਸੂਬੇਦਾਰ ਵੀ, ਕਾਫੀ ਫੌਜੀਆਂ ਦੀ ਇੱਕ ਮੀਟਿੰਗ ਹੋਈ ਸੀਗੀ ਉੱਥੇ। ਅੱਛਾ ਜੀ। ਉਹ ਗੁਰੂ ਨਾਨਕ ਨਿਵਾਸ 'ਤੇ ਹੋਈ ਸੀਗੀ ਉਸ ਵੇਲੇ, ਇਹ ਮੇਰਾ ਖਿਆਲ ਹੈ 83 ਦੇ ਦਰਮਿਆਨ ਸਮੇਂ ਦੀ ਗੱਲ ਹੈ ਇਹ। ਹਾਂ ਹਾਂ। ਉਹਦੇ ਵਿੱਚ ਅਤੇ ਉਦੋਂ ਬਾਅਦ ਜਨਰਲ ਸਾਹਿਬ ਉੱਥੇ ਵੇਖੇ ਗਏ ਅਤੇ ਕਿਸ ਢੰਗ ਨਾਲ ਆਏ, ਕਿਵੇਂ ਆਏ, ਕਿਸ ਤਰ੍ਹਾਂ ਉਹਨਾਂ ਨਾਲ ਗੱਲਬਾਤ ਹੋਈ ਉਹਦਾ ਮੈਨੂੰ ਇੰਨਾ ਜ਼ਿਆਦਾ ਨਹੀਂ ਪਤਾ ਜੀ। ਠੀਕ ਆ। ਅਤੇ ਹੁਣ ਆਪਾਂ ਉੱਥੇ ਆ ਜਾਂਦੇ ਹਾਂ ਕਿ ਜਿੱਦਾਂ ਸੰਤਾਂ ਦੇ ਪਰਿਵਾਰ ਦੇ ਵੀ ਮਤਲਬ ਜਿਹੜੇ ਜੀ ਕਾਫੀ ਨਾਲ ਸੀਗੇ, ਜਿੱਦਾਂ ਹੁਣ ਮੋਰਚਾ ਜਦੋਂ ਮਤਲਬ ਅਪ੍ਰੈਲ ਤੋਂ ਬਾਅਦ ਜਿੱਦਾਂ ਭਾਰਤੀ ਫੌਜਾਂ ਦਾ ਪਹਿਲਾਂ ਪਤਾ ਲੱਗ ਗਿਆ ਸੀ, ਜਿਹੜੀ ਉੱਥੇ ਮੋਰਚੇਬੰਦੀ ਪਹਿਲਾਂ ਹੀ ਕਰ ਲਈ ਗਈ ਸੀ ਜਾਂ ਪਤਾ ਸੀਗਾ ਵੀ ਇੱਦਾਂ ਦਾ ਹਮਲਾ ਹੋਊਗਾ? ਬਿਲਕੁਲ ਜੀ। ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਮਤਲਬ ਕਿ ਇੱਕ ਇੱਕ ਮਿੰਟ ਦੀ ਸਾਰੀ ਖਬਰ ਹੁੰਦੀ ਸੀ। ਅੱਛਾ ਜੀ।
ਅਕਸਰ ਉਹ ਸਾਂਝੀ ਕਰਿਆ ਕਰਦੇ ਸਨ ਸਿੰਘਾਂ ਨਾਲ। ਹਾਂ ਹਾਂ ਮੈਨੂੰ ਯਾਦ ਹੈ ਚੰਗੀ ਤਰ੍ਹਾਂ 19 ਮਈ ਨੂੰ ਵੀ ਸੰਤਾਂ ਨੇ ਸਿੰਘਾਂ ਦੀ ਮੀਟਿੰਗ ਸੱਦੀ। ਠੀਕ ਆ। ਸਿੰਘੋ ਹਾਲਾਤ ਬਹੁਤ ਚੇਂਜ ਹੋ ਰਹੇ ਨੇ ਦਿਨ ਬ ਦਿਨ। ਠੀਕ। ਤੇ ਕਿਸੇ ਵੇਲੇ ਵੀ ਕੋਈ ਘਟਨਾ ਵਾਪਰ ਸਕਦੀ ਹੈ। ਹਾਂਜੀ। ਜਿਹੜੇ ਸਿੰਘਾਂ ਨੇ ਜਾਣਾ ਉਹ ਜਾ ਸਕਦੇ ਨੇ। ਠੀਕ ਆ। ਤੇ ਉਦੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮੀਟਿੰਗ ਕੀਤੀ ਗਈ, ਉਹਦੇ ਵਿੱਚ ਵੀ ਸੰਤਾਂ ਨੇ ਇਹ ਗੱਲਬਾਤ ਕਹੀ। ਠੀਕ ਆ। ਪਰ ਲੇਕਿਨ ਮਹਾਂਪੁਰਖਾਂ ਨੇ ਸਪਸ਼ਟ ਜਦੋਂ 3 ਤਰੀਕ ਦੀ ਸ਼ਾਮ ਦੀ ਮੀਟਿੰਗ ਹੋਈ ਹੈ, 3 ਜੂਨ ਦੀ, 3 ਜੂਨ ਨੂੰ, ਹਾਂਜੀ, ਉਸ ਦਿਨ ਸਪਸ਼ਟ ਕਰ ਦਿੱਤਾ ਸੀ ਸਿੰਘੋ ਕਿਸੇ ਵੇਲੇ ਵੀ ਕੁਛ ਹੋ ਸਕਦਾ ਹੈ। ਮੈਂ ਫਿਰ ਤੁਹਾਨੂੰ ਕਹਿਣਾ ਜਿਹੜੇ ਸਿੰਘਾਂ ਨੇ ਜਾਣਾ ਉਹ ਜਾ ਸਕਦੇ ਨੇ। ਤੇ ਨਾਲ ਇਹ ਵੀ ਗੱਲ ਕਹੀ ਸਿੰਘੋ, ਮੇਰੇ ਕੋਲੋਂ ਸੇਵਾ ਨਿਭਾਉਂਦੇ ਹਾਂ, ਕਿਸੇ ਸਿੰਘ ਨੂੰ ਉੱਚਾ ਨੀਵਾਂ ਕਿਹਾ ਗਿਆ ਹੋਵੇ, ਹਾਂਜੀ, ਇਸ ਤੌਰ ਤੇ ਖਿਮਾ ਚਾਹੁੰਦਾ। ਅੱਛਾ ਜੀ। ਤੇ ਸਰੋਪਾ ਵੀ ਸਿੰਘਾਂ ਨੂੰ ਦਿੱਤੇ। ਠੀਕ ਆ। ਤੇ ਮਤਲਬ ਕਿ ਇਹ ਸਾਰਾ ਗੱਲ ਨੂੰ ਕਲੀਅਰ ਹੋ ਚੁੱਕੀ ਸੀ ਵੀ ਹੁਣ ਦਾ ਸਮਾਂ ਹੈ। ਇਹ ਜਦੋਂ ਇਹ ਗੱਲਬਾਤ ਆਪਣੇ ਬਾਬਾ ਜੀ ਹੋਈ ਆ 3 ਤਰੀਕ ਨੂੰ, ਜਿੱਦਾਂ ਚਲੋ ਪਹਿਲਾਂ 1 ਤਰੀਕ ਨੂੰ ਵੀ ਕੁਛ ਵਾਪਰਿਆ ਹੋਊਗਾ ਜਾਂ ਪਹਿਲਾਂ ਮਈ ਦੇ ਮਹੀਨੇ 'ਚ ਵੀ ਕੁਛ ਵਾਪਰਿਆ ਹੋਊਗਾ, ਅਤੇ 2 ਨੂੰ ਵੀ ਹੋਊਗਾ, ਵੀ 3 ਨੂੰ ਇਹ ਗੱਲ ਕਹਿਣ ਲਈ ਸੰਤਾਂ ਨੂੰ ਕਿਉਂ ਇਹ ਕਹਿਣਾ ਪਿਆ ਵੀ ਹਾਲਾਤ ਇੱਦਾਂ ਦਾ ਹੋ ਗਏ ਸੀ, ਜਾਂ ਉਸ ਵੇਲੇ ਕੁਝ ਸਿੰਘ ਫਿਰ ਉੱਥੋਂ ਆਏ ਵੀ ਆ ਬਾਹਰ ਜਾਂ ਨਹੀਂ ਆਏ ਜਾਂ ਸਾਰੇ ਉੱਥੇ ਰਹੇ ਆ, ਇਹਦੇ ਬਾਰੇ ਵੀ ਦੱਸਣਾ ਚਾਹੋਗੇ? ਦੇਖੋ ਮੈਂ ਬੇਨਤੀ ਕਰਦਾ ਵੀ ਉਸ ਤੋਂ ਪਹਿਲਾਂ 19 ਤਰੀਕ ਨੂੰ ਮਹਾਂਪੁਰਖਾਂ ਨੇ ਮੀਟਿੰਗ ਰੱਖੀ, ਫਿਰ 26-27 ਮਈ ਨੂੰ ਵੀ ਮੀਟਿੰਗ ਹੋਈ। ਹਾਂਜੀ। ਤੇ ਉਸ ਤੋਂ ਬਾਅਦ 1 ਜੂਨ ਦਾ ਦਿਨ ਆਇਆ। ਠੀਕ। ਆਪਾਂ 1 ਜੂਨ ਤੇ ਥੋੜੀ ਜਿਹੀ ਵਿਚਾਰ ਕਰ ਲਈਏ ਵੀ ਹਾਲਾਤ ਕਿਵੇਂ ਚੇਂਜ ਹੋਏ ਇੱਕ ਲੱਖ ਤੋਂ ਸਾਰੇ। ਹਾਂਜੀ। ਕਿਉਂਕਿ ਉਦੋਂ ਪਹਿਲਾਂ ਸੰਤਾਂ ਨੇ ਮੰਜੀ ਸਾਹਿਬ ਹਾਲ ਜਾਣੋ ਛੱਡ ਦਿੱਤਾ ਸੀਗਾ ਕੁਝ ਸਮਾਂ ਪਹਿਲਾਂ। ਅੱਛਾ ਜੀ। ਕਿਉਂਕਿ ਜਿਹੜੇ ਸਾਡੇ ਭਰਾ ਸੀਗੇ ਉਹ ਨਹੀਂ ਸੀ ਚਾਹੁੰਦੇ ਕਿ ਇਸ ਤਰ੍ਹਾਂ ਦੀ ਗੱਲਬਾਤ ਇੱਥੇ ਕੋਈ ਸੰਤ ਬੋਲਣ ਜਾਂ ਗੱਲ ਕਰਨ। ਅੱਛਾ ਜੀ। ਤੇ ਮਤਲਬ ਕਿ ਉਹ ਇੱਕ ਮਤਲਬ ਕਿ ਵਿਚਾਰਧਾਰਾ ਜਿਹੜੀ ਸੀ ਉਹ ਗੁਰੂ ਰਾਮਦਾਸ ਲੰਗਰ ਤੋਂ ਜਿਹੜਾ ਜਥਾ ਜਾਂਦਾ ਸੀ ਉੱਥੋਂ ਤੋਰਦੇ ਸੀਗੇ। ਅੱਛਾ ਜੀ। ਦਿਨ ਬ ਦਿਨ ਆਪਸ ਵਿੱਚ ਵੀ ਕਸ਼ਮਕਸ਼ ਵੱਧਦੀ ਜਾ ਰਹੀ ਸੀ। ਠੀਕ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਜ਼ਿੰਮੇਵਾਰ ਵਿਅਕਤੀ ਸੀ ਉਹਨਾਂ ਨੇ ਵੇਖਿਆ ਕਿ ਜਿਹੜੀ ਬ੍ਰਹਮ ਬੂਟਾ ਅਖਾੜਾ ਬ੍ਰਹਮ ਬੂਟਾ ਹੈ, ਹਾਂਜੀ, ਜਿਹੜੇ ਪੁਰਾਣੇ ਸਿੰਘ ਮੇਰੀ ਇਸ ਬੇਨਤੀ ਨੂੰ ਸੁਣਦੇ ਨੇ ਉਹ ਜ਼ਰੂਰ ਇਸ ਵੱਲ ਧਿਆਨ ਦੇਣ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਇਹਨਾਂ ਨੇ ਬਹਾਨਾ ਕਿੱਥੋਂ ਬਣਿਆ। ਅੱਛਾ ਜੀ। 1 ਤਰੀਕ ਗੋਲੀ ਦਾ CRP ਤੇ BSF ਨੇ ਜਿਹੜੀਆਂ ਆਪਣੀਆਂ ਮੋਰਚਿਆਂ ਦੇ ਵਿੱਚੋਂ ਗੋਲੀ ਪਾਰ ਕਹਾਣੀ ਪਿੱਛੇ ਹੋ। ਅੱਛਾ ਜੀ। ਕਹਾਣੀ ਤਾਂ ਜੋ ਸੁਣਨ ਵਿੱਚ ਬਾਅਦ ਵਿੱਚ ਵੀ ਇਹ ਗੱਲ ਆਈ ਤੇ ਮਹਿਸੂਸ ਹੁੰਦੀ ਹੈ ਵੀ ਗੋਲੀ ਉਹਨਾਂ ਨੇ ਇਸ ਕਰਕੇ ਚਲਾਈ ਵੀ ਜਿਹੜਾ ਅਟੈਕ ਕਰਨਾ ਸੀ ਤੇ ਸਿੰਘਾਂ ਕੋਲੋਂ ਪਤਾ ਲੱਗ ਸਕੇ ਵੀ ਕਿਹੜਾ ਕਿਹੜਾ ਹਥਿਆਰ ਹੈ, ਕਿਹੜਾ ਕਿਹੜਾ ਮੋਰਚਾ ਕਿੱਥੇ ਕਿੱਥੇ ਹੈ। ਅੱਛਾ ਜੀ। ਪਰ ਲੇਕਿਨ ਉਹ ਉਸ ਚੀਜ਼ ਨੂੰ ਨਹੀਂ ਭਾਂਪ ਸਕੇ। ਠੀਕ। ਉਹਦਾ ਕਾਰਨ ਕੀ ਸੀ ਉਹ ਮੈਂ ਅੱਗੇ ਜਾ ਕੇ ਆਪ ਜੀ ਨੂੰ ਦੱਸਦਾ। ਹਾਂ। ਜਿਹੜਾ ਬ੍ਰਹਮ ਬੂਟਾ ਉਹਦੇ ਨਾਲ ਮੋਚੀ ਵਾਲਾ ਬਾਜ਼ਾਰ ਪੈਂਦਾ ਹੈ। ਠੀਕ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੇ ਕੁਝ ਰਹਿਸ਼ੀ ਉੱਥੇ ਕਮਰੇ ਮਤਲਬ ਕਿ ਆਰਜੀ ਬਣੇ ਹੋਏ ਸੀਗੇ। ਹਾਂਜੀ। ਬ੍ਰਹਮ ਬੂਟੇ ਦੇ ਨਾਲ। ਠੀਕ ਆ। ਉੱਥੇ ਇੱਕ ਸੰਗਲ ਲੱਗਿਆ ਹੁੰਦਾ ਸੀ ਮੋਟਾ। ਹਾਂਜੀ। ਵੀ ਉੱਥੇ ਉਹਨੂੰ ਕਿਸੇ ਢੰਗ ਨਾਲ ਵੀ ਇਹਦੀ ਹਿਫਾਜ਼ਤ ਵਾਸਤੇ ਇਹਨੂੰ ਠੀਕ ਕਵਰ ਕੀਤਾ ਜਾਵੇ, ਉੱਥੇ ਕੰਧ ਕਰਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੂੰ ਜਿਹੜੇ ਸੀਗੇ ਜ਼ਿੰਮੇਵਾਰ ਵਿਅਕਤੀਆਂ ਨੇ ਉਹ ਕੰਧ ਕਰਨੀ ਸ਼ੁਰੂ ਕੀਤੀ। ਅੱਛਾ ਜੀ। ਜਿਹੜੀ ਬਿਲਕੁਲ ਬ੍ਰਹਮ ਬੂਟੇ ਦੇ ਨੇੜੇ ਤੇ ਲੰਗਰ ਹਾਲ ਦੇ ਨੇੜੇ ਸੀ ਤੇ ਮੋਤੀ ਬਾਜ਼ਾਰ ਦੇ ਨੇੜੇ ਸੀਗੀ। ਤੇ ਜਿਹੜੀ CRP ਸੀ ਉਹ ਉਹਨੂੰ ਰੋਕਦੀ ਸੀਗੀ, ਤੁਸੀਂ ਨਹੀਂ ਕੰਧ ਕਰ ਸਕਦੇ ਉਰੇ। ਅੱਛਾ ਜੀ। ਉਹਨਾਂ ਜ਼ਿੰਮੇਵਾਰ ਬੰਦਿਆਂ ਨੇ ਕਿਹਾ ਵੀ ਸਾਡੀ ਜਗ੍ਹਾ ਅਸੀਂ ਜੋ ਮਰਜ਼ੀ ਕਰੀਏ। ਹਾਂਜੀ। ਸ਼੍ਰੋਮਣੀ ਆਪਣਾ ਗੁਰਦੁਆਰਾ ਜਿਹੜੀ ਮਤਲਬ ਕਿ ਇਹ ਕੰਪਲੈਕਸ ਦੀ ਦਰਬਾਰ ਸਾਹਿਬ ਦੀ ਕੰਪਲੈਕਸ ਦੀ ਜਗ੍ਹਾ ਹੈ, ਅਸੀਂ ਵਰਤ ਸਕਦੇ ਹਾਂ। ਝਗੜਾ ਇੱਥੋਂ ਵਧਿਆ। ਠੀਕ। ਇਹ ਕਾਰਨ ਬਣਿਆ ਉਹਨਾਂ ਨੇ ਬਹਾਨਾ ਲਾਇਆ ਇਹ। ਠੀਕ ਆ। 12:30 ਵਜੇ 1 ਜੂਨ ਨੂੰ, ਹਾਂਜੀ,
ਉਹਨਾਂ ਨੇ ਗੋਲੀ ਸ਼ੁਰੂ ਕਰ ਦਿੱਤੀ ਲੰਗਰਹਾਲ ਦੇ ਉੱਤੇ। ਅੱਛਾ ਜੀ। ਉਸ ਵੇਲੇ ਉੱਪਰ ਸੀਗੇ ਉਹ ਥੱਲੇ ਆ ਗਏ ਦੋ ਨੰਬਰ ਛੱਤ ਦੇ ਵਿੱਚ ਉੱਥੇ ਕੈਬਨ ਬਣਿਆ ਸੀ ਕੁਛ ਸਮਾਂ ਉੱਥੇ ਬੈਠੇ। ਹਾਂ। ਉਦੋਂ ਬਾਅਦ ਫਿਰ ਸੰਤ ਸਿੰਘਾਂ ਦੇ ਨਾਲ ਮਤਲਬ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਲੇ ਗਏ। ਠੀਕ ਆ। ਲਗਾਤਾਰ ਗੋਲੀ 12:30 ਵਜੇ ਸ਼ੁਰੂ ਹੋ ਕੇ ਤੇ ਵਿਸ਼ੇਸ਼ ਤੌਰ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਹਦਾਇਤ ਸੀ, ਭਾਈ ਸਿੰਘ ਜੀ ਦੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰਾਂ ਨੂੰ ਹਦਾਇਤ ਸੀ ਅਤੇ ਇਸੇ ਤਰ੍ਹਾਂ ਬਾਬਾ ਠਾਰਾ ਸਿੰਘ ਜੀ ਦੇ ਸਿੰਘਾਂ ਨੂੰ ਹਦਾਇਤ ਸੀ ਸਾਰਿਆਂ ਨੂੰ। ਠੀਕ। ਕਿਸੇ ਸਿੰਘ ਨੇ ਵੀ ਕੋਈ ਫਾਇਰ ਨਹੀਂ ਕਰਨਾ। ਅੱਛਾ ਜੀ। ਕਿੰਨਾ ਚਿਰ ਨਹੀਂ ਕਰਨਾ? ਜਿੰਨਾ ਚਿਰ ਕੋਈ ਪੁਲਿਸ ਜਾਂ ਜਿਹੜੀ ਇਹ CRP ਜਾਂ BSF ਦੇ ਬੰਦੇ ਦਰਬਾਰ ਸਾਹਿਬ ਦੇ ਵਿੱਚ ਐਂਟਰ ਜਦੋਂ ਹੋਣਗੇ, ਤੁਹਾਨੂੰ ਦਰਬਾਰ ਸਾਹਿਬ ਦੀਆਂ ਪ੍ਰਕਿਰਮਾ ਵੱਲ ਵਧਣਗੇ, ਹੇਠ ਹੋਣਗੇ, ਉਦੋਂ ਤੁਸੀਂ ਗੋਲੀ ਚਲਾਉਣੀ ਹੈ। ਠੀਕ ਹੈ। ਬਿਲਕੁਲ ਨਹੀਂ ਫਾਇਰ ਕਰਨਾ। ਠੀਕ। ਇਹ ਲਗਾਤਾਰ ਉੱਤੋਂ ਫਾਇਰਿੰਗ ਚੱਲਦੀ ਰਹੀ ਜਿੱਥੇ ਭਾਈ ਜੀਵਨ ਸਿੰਘ ਤੇ ਭਾਈ ਚਤਰ ਸਿੰਘ ਮਤਲਬ ਕਿ ਦੁਕਾਨ ਹੈ, ਇੱਥੇ ਇੱਕ ਬਿਲਡਿੰਗ ਸੀ ਬੜੀ ਵੱਡੀ ਉੱਚੀ, ਹਾਂਜੀ, ਉੱਥੋਂ ਵੀ ਇਹ ਫਾਇਰਿੰਗ ਹੁੰਦੀ ਰਹੀ, ਜਿਹੜੀ ਸਿੱਧੀ ਫਾਇਰਿੰਗ ਮਤਲਬ ਕਿ ਲੰਗਰ ਹਾਲ ਦੇ ਉੱਤੇ ਹੋ ਰਹੀ ਸੀ। ਦਰਬਾਰ ਸਾਹਿਬ ਨੂੰ ਵੀ ਉਸ ਵੇਲੇ ਨਿਸ਼ਾਨਾ ਬਣਾਇਆ ਗਿਆ, ਦਰਬਾਰ ਸਾਹਿਬ ਦੇ ਵੀ ਗੋਲੀਆਂ ਲੱਗੀਆਂ ਹਰਿਮੰਦਰ ਸਾਹਿਬ ਦੇ ਵੀ ਉੱਪਰ। ਅੱਛਾ ਜੀ। ਤੇ ਉਹਦੇ ਵਿੱਚ ਜਦੋਂ ਮੋਰਚਿਆਂ ਦੇ ਵਿੱਚ ਸਿੰਘ ਸਾਰੇ ਡੈਡ ਜਿੱਥੇ ਜਿੱਥੇ ਉਹਨਾਂ ਨੂੰ ਲੋੜ ਪੈਂਦੀ ਸੀ ਤਾਂ ਮਹਿਸੂਸ ਹੁੰਦੀ ਸੀ, ਉੱਥੇ ਉਹਨਾਂ ਨੇ ਫਾਇਰਿੰਗ ਕੀਤੀ, ਹਾਂਜੀ, ਪਰ ਜ਼ਿਆਦਾ ਨਹੀਂ। ਠੀਕ। ਤੇ ਇਹ ਇਸ ਫਾਇਰਿੰਗ ਦੇ ਵਿੱਚ 25 ਤੋਂ ਵੱਧ ਸਿੰਘ ਫੱਟੜ ਹੋ ਗਏ। ਠੀਕ ਹੈ। ਤੇ ਸੰਗਤ ਦੇ, ਹਾਂਜੀ, ਤੇ ਜਿਹਦੇ ਵਿੱਚ 11 ਸਿੰਘ ਸ਼ਹੀਦ ਹੋਏ, ਹਾਂਜੀ, ਜਿਹਦੇ ਵਿੱਚ ਤਕਰੀਬਨ ਜਿਹੜੇ ਦਮਨਵੀ ਟਕਸਾਲ ਦੇ ਅਤੇ ਭਾਈ ਅਖੰਡ ਕੀਰਤਨੀ ਜਥੇ ਸਿੰਘ ਦੇ ਬੱਬਰ ਖਾਲਸਾ ਜਥੇਬੰਦੀ ਦੇ ਭਾਈ ਮਹਿੰਗਾ ਸਿੰਘ ਜੀ ਵੀ ਕਿਤੇ ਸ਼ਹੀਦ ਹੋਏ। ਅੱਛਾ ਜੀ। ਭਾਈ ਰਾਮ ਸਿੰਘ ਜੀ ਮਹਿਤੇ ਰਹਿੰਦੇ ਸੀ, UP ਦੇ ਸਿੰਘ ਸੀਗੇ ਉਹ, ਹਾਂਜੀ, ਉਹ ਆਏ ਸੀ ਬਾਬਾ ਦੀਪ ਸਿੰਘ ਬਾਹੀ ਤੇ ਉਹ ਸ਼ਹੀਦ ਹੋਏ। ਅੱਛਾ ਜੀ। ਤੇ ਜਿਹੜੇ ਗੱਲ ਕਹਿੰਦੇ ਨੇ ਵੀ ਉੱਥੇ ਕੋਈ ਸਿੰਘ ਸ਼ਹੀਦ ਨਹੀਂ, ਉੱਥੇ 11 ਸਿੰਘ ਸ਼ਹੀਦ ਹੋਏ ਨੇ, ਕੁਝ ਸੰਗਤ ਵਿੱਚੋਂ ਸ਼ਹੀਦ ਹੋਏ ਨੇ, ਕੋਈ ਟਕਸਾਲ ਦੇ ਸਿੰਘ ਜਿਹੜੇ ਸ਼ਹੀਦ ਹੋਏ ਨੇ ਤੇ ਨਾਲ ਜਿਹੜੇ ਆਏ ਸੀ ਤੇ ਕੁਝ ਆਪਣਾ ਭਾਈ ਮਹਿੰਗਾ ਸਿੰਘ ਜੀ ਸ਼ਹੀਦ ਹੋਏ ਨੇ। ਠੀਕ ਆ। ਇਹ ਤਕਰੀਬਨ ਕੋਈ 8:30 ਘੰਟੇ ਗੋਲੀ ਚੱਲਦੀ ਰਹੀ 1 ਜੂਨ ਨੂੰ। ਠੀਕ ਆ। ਇਹ ਸਾਰਾ ਵਾਤਾਵਰਨ ਜਰਨਲ ਸੁਰੇਸ਼ ਸਿੰਘ ਜੀ ਹੁਣਾਂ ਨੇ ਮਹਾਂਪੁਰਖਾਂ ਨੂੰ ਜੋ ਦੱਸਿਆ, ਗੱਲਬਾਤ ਕੀਤੀ ਵੀ ਕਿਸੇ ਵੇਲੇ ਵੀ ਹੁਣ ਅਗਲਾ ਪ੍ਰੋਗਰਾਮ ਵੀ ਹੋ ਸਕਦਾ। ਅੱਛਾ ਜੀ। ਉਹ ਸਮੇਂ ਫਿਰ ਮਤਲਬ ਕਿ ਵੀ ਜਿਹੜਾ ਫਾਇਰਿੰਗ ਜਦੋਂ ਬੰਦ ਹੋਈ ਉਸ ਤੋਂ ਬਾਅਦ ਜਿਹੜੇ ਫੱਟੜ ਸੀ ਉਹਨਾਂ ਨੂੰ ਮੱਲਮ ਪੱਟੀ ਵਾਸਤੇ ਹੋਸਪਿਟਲ ਭੇਜਿਆ ਗਿਆ, ਜਿਹੜੇ 2 ਤਰੀਕ ਨੂੰ ਕੁਝ ਸਿੰਘਾਂ ਦੇ ਸੰਸਕਾਰ ਕੀਤੇ ਗਏ, ਕੁਝ ਪਰਿਵਾਰਾਂ ਨੂੰ ਸਰੀਰ ਲੈ ਗਏ ਤੇ ਭਾਈ ਮਹਿੰਗਾ ਸਿੰਘ ਦਾ ਸਰੀਰ ਜਿਹੜਾ ਸੀਗਾ ਉਹਦਾ ਵੀ ਸੰਸਕਾਰ 2 ਤਰੀਕ। ਹਾਂਜੀ। 2 ਤਰੀਕ ਨੂੰ ਫਿਰ ਸ਼ਾਂਤੀ ਰਹੀ, ਕਰਫਿਊ ਲੱਗਿਆ ਰਿਹਾ ਕੁਝ ਸਮਾਂ, ਫਿਰ ਕਰਫਿਊ ਕੁਛ ਖੁੱਲਿਆ ਵੀ, ਜਿਹਦੇ ਵਿਸ਼ੇਸ਼ ਤੌਰ ਤੇ ਸੰਗਤਾਂ ਵਿੱਚ ਰੋਸ ਸੀਗਾ ਵੀ ਦਰਬਾਰ ਸਾਹਿਬ ਤੇ CRP BSF ਨੇ ਗੋਲੀ ਚਲਾ ਦਿੱਤੀ, ਕੀ ਨੁਕਸਾਨ ਹੋਇਆ, ਕਿੰਨੇ ਸਿੰਘ ਸ਼ਹੀਦ ਹੋਏ ਨੇ, ਕਿੰਨੇ ਫੱਟੜ ਹੋਏ ਨੇ, ਉਹ ਸਾਰਾ ਕੁਝ ਦੇਖਣ ਵਾਸਤੇ ਬੜੀ ਵੱਡੀ ਗਿਣਤੀ ਵੀ ਸ਼ਹਿਰ ਦੀ ਸੰਗਤ ਵੀ ਤੇ ਬਾਹਰੋਂ ਵੀ ਸੰਗਤ ਆ ਰਹੀ ਸੀ। ਅੱਛਾ ਜੀ। ਜਿਹੜਾ ਨੇ ਗ੍ਰਿਫਤਾਰੀ ਦੇਣੀ ਸੀ, ਮੈਨੂੰ ਯਾਦ ਹੈ ਮੇਰੇ ਇਲਾਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਨਛੱਤਰ ਸਿੰਘ ਜੀ ਭਲਵਾਨ ਤੋਂ, ਹਾਂ, ਉਹ ਜਥਾ ਲੈ ਕੇ ਆਏ ਸੀਗੇ ਵੱਡੀ ਗਿਣਤੀ ਵਿੱਚ। ਠੀਕ ਹੈ। ਉਹਨਾਂ ਦੇ ਵਿੱਚ ਮੇਰੇ ਇਲਾਕੇ ਦੇ ਜਿਹੜੇ ਸਿੰਘ ਸੀਗੇ ਆਪਣਾ ਦੂਜਾ ਪਟਿਆਲੇ ਦੇ ਨਾਲ ਵੀ ਸੰਬੰਧ ਰੱਖਣ ਵਾਲੇ ਅਤੇ ਸੰਗਰੂਰ ਦੇ ਨਾਲ ਵੀ ਰੱਖਣ ਵਾਲੇ, ਜਿਹੜੇ ਬਾਅਦ ਵਿੱਚ ਜੋਧਪੁਰ ਜੇਲ੍ਹ ਵਿੱਚ ਵੀ ਰਹੇ ਨੇ, ਉਹ ਜਥੇ ਉਹਨਾਂ ਕਈਆਂ ਸਿੰਘਾਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਵੀ ਨਹੀਂ ਕੀਤੇ, ਪਰ ਲੰਮੇ ਸਮੇਂ ਦੀ ਸਰਕਾਰ ਨੇ ਉਹਨਾਂ ਨੂੰ ਬੜੇ ਵੱਡੇ ਅੱਤਵਾਦੀ ਬਣਾਇਆ ਸੀਗਾ। ਅੱਛਾ ਜੀ। ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਵੀ ਨਹੀਂ ਕੀਤੇ ਉਹਨਾਂ ਨੂੰ ਵੀ ਬਣਾਤਾ। ਉਹ ਸਿਰਫ ਰਾਤ ਨੂੰ ਪਹੁੰਚੇ, 3 ਤਰੀਕ ਦੀ ਰਾਤ ਨੂੰ, 4 ਨੂੰ ਸਵੇਰੇ ਅਟੈਕ ਹੋ ਗਿਆ, ਉਹ ਦਰਬਾਰ ਪ੍ਰਕਰਮਾ ਵਾਹਿਗੁਰੂ ਸਰਾਂ ਦੇ ਵਿੱਚ ਹੀ ਰਹਿ ਗਏ ਕੈਦ ਹੋ ਕੇ, ਉੱਥੋਂ ਅਰੈਸਟ ਕੀਤੇ ਗਏ, ਅਰੈਸਟ ਕਰਕੇ ਉਹਨਾਂ ਦੇ ਕੇਸ ਪਾ ਕੇ ਉਹਨਾਂ ਨੂੰ ਜੋਧਪੁਰ ਜੇਲ੍ਹ ਵਿੱਚ ਵੀ ਭੇਜਿਆ ਗਿਆ। ਅੱਛਾ ਜੀ।
ਡੰਡਾ ਨਹੀਂ ਮਾਰਿਆ। ਠੀਕ ਹੈ। ਉਹ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਵੀ ਨਹੀਂ ਕੀਤੇ ਸੀਗੇ। ਜਦੋਂ ਬਾਬਾ ਜੀ 3 ਤਰੀਕ ਨੂੰ ਸੰਤਾਂ ਨੇ ਮੀਟਿੰਗ ਕੀਤੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ, ਅਤੇ ਜਿੱਦਾਂ ਤੁਸੀਂ ਜਿੱਦਾਂ ਉਹਨਾਂ ਦੇ ਭਾਵਕ ਜਿਹੜੇ ਬੋਲ ਸੀ ਉਹ ਵੀ ਦੱਸੇ ਆ, ਅਤੇ ਸਿੰਘ ਫਿਰ ਉਹਨਾਂ ਦਾ ਕਹਿਣਾ ਮੰਨ ਕੇ ਕੋਈ ਚਲੇ ਵੀ ਗਏ ਘਰਾਂ ਨੂੰ ਜਾਂ ਸਾਰੇ ਫਿਰ ਉੱਥੇ ਰਹੇ? ਨਹੀਂ ਜੀ, ਸਿੰਘ ਕੋਈ ਨਹੀਂ ਗਿਆ ਜੀ ਉੱਥੋਂ, ਉਸ ਵੇਲੇ ਸਿੰਘ ਕੋਈ ਨਹੀਂ ਗਿਆ। ਹਾਂਜੀ। ਅਤੇ ਜਾਂ ਜਾਂ ਸੰਤ ਬਾਬਾ ਜਰਨੈਲ ਸਿੰਘ ਨੇ ਵੈਸੇ ਵੀ ਹੁਕਮ ਕੀਤਾ ਸੀਗਾ ਨੂੰ, ਜਾਂ ਵੀ ਤੁਸੀਂ ਹੁਣ ਇੱਥੋਂ ਚੱਲ ਜਾਓ ਬਾਹਰ ਜਾ ਕੇ ਫਿਰ ਕੌਮ ਦਾ ਕੰਮ ਕਰਿਓ, ਜਾਂ ਮਤਲਬ ਕੋਈ ਇਹੋ ਜਿਹੀ ਗੱਲ ਵੀ ਹੋਈ? ਜਿਸ ਵੇਲੇ 5 ਤਰੀਕ ਦੀ ਸ਼ਾਮ ਨੂੰ ਟੈਂਕ ਆ ਗਏ ਨੇ, ਹਾਂਜੀ, ਉਸ ਵੇਲੇ ਮਹਾਂਪੁਰਖਾਂ ਨੇ ਇਹ ਇਸ਼ਾਰਾ ਕੀਤਾ ਸੀ ਜ਼ਰੂਰ ਸਿੰਘਾਂ ਨੂੰ, ਹਾਂਜੀ, ਜਿਹੜੇ ਸਿੰਘ ਤੋਂ ਨਿਕਲ ਹੁੰਦਾ ਨਿਕਲੋ। ਅੱਛਾ ਜੀ। ਤੇ ਇੱਕ ਮੈਂ ਇਹ ਵੀ ਬੇਨਤੀ ਕਰ ਦਵਾਂ, ਕਿਉਂਕਿ ਜਿਹੜੇ ਸਿੰਘਾਂ ਤੇ ਕੇਸ ਰਜਿਸਟਰ ਨਹੀਂ ਸੀ ਕੋਈ ਵੀ, ਉਹਨਾਂ ਨੂੰ ਵਿਸ਼ੇਸ਼ ਤੌਰ ਸਿੰਘਾਂ ਨੇ ਸੰਤਾਂ ਨੇ ਕਿਹਾ ਸੀਗਾ ਵੀ ਜੇ ਸਿੰਘ ਜਾ ਸਕਦੇ ਨੇ ਜਾਓ। ਹਾਂਜੀ। ਕਿਉਂਕਿ ਟੈਂਕਾਂ ਦੇ ਨਾਲ ਜਿਹੜੀ ਲੜਾਈ ਹੈ ਉਹ ਨਹੀਂ ਲੜੀ ਜਾ ਸਕਦੀ, ਪਰ ਲੇਕਿਨ ਸੰਤ ਕਹਿੰਦੇ ਸੀਗੇ ਵੀ ਮੈਂ ਆਖਰੀ ਸਵਾਸ ਤੱਕ ਇੱਥੇ ਹੀ ਜੰਗ ਕਰਨਾ। ਅੱਛਾ ਜੀ। ਉਦੋਂ ਸੰਤ ਨੇ ਇਸ਼ਾਰਾ ਕੀਤਾ ਕੁਝ ਸਿੰਘਾਂ ਨੂੰ। ਠੀਕ ਹੈ। ਹਾਂਜੀ। ਤੇ ਤੁਸੀਂ ਬਾਬਾ ਜੀ ਉੱਥੇ ਮਤਲਬ ਨਾਲ ਹੀ ਸੀਗੇ, ਅੰਦਰ ਹੀ ਸੀ ਤੁਸੀਂ ਵੀ, ਜਾਂ ਤੁਸੀਂ ਇਹ ਜਿਹੜੀਆਂ ਜਿੱਦਾਂ ਗੱਲਾਂ ਮਤਲਬ ਜਿਹਦੇ ਸ਼ਾਮ ਲਈ ਬਦਲ ਜਾਂ ਸੁਣੀਆਂ ਸੁਣੀਆਂ ਕਰ ਰਹੇ ਜਾਂ ਦੇਖੀਆਂ ਤੁਸੀਂ? ਭਾਈ ਰਘਵੀਰ ਸਿੰਘ ਜੀ, ਮੈਂ ਬੇਨਤੀ ਕਰਾਂ ਆਪ ਜੀ ਨੂੰ, ਮੈਂ ਮਹਾਂਪੁਰਖਾਂ ਦੇ ਕੋਲੇ 5-4 ਤਰੀਕ ਨੂੰ 4:30 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਚਲਾ ਗਿਆ ਸੀਗਾ। ਅੱਛਾ ਜੀ। 6 ਤਰੀਕ ਨੂੰ ਜੂਨ ਨੂੰ ਸਿੰਘਾਂ ਦੇ ਆਪਦੇ ਸੀਨੀਅਰ ਸਿੰਘਾਂ ਦਾ ਹੁਕਮ ਮੰਨ ਕੇ ਕੋਈ 10-11 ਦੇ ਸਮੇਂ ਦੇ ਦਿਨੇ ਅਸੀਂ ਉੱਥੋਂ ਫਿਰ ਸਾਈਡ 'ਤੇ ਹੋਏ ਹਾਂ। ਉਹਨਾਂ ਚਿਰ ਹਰ ਸਮਾਂ ਹਰ ਪਲ ਮਹਾਂਪੁਰਖਾਂ ਦੇ ਨਾਲ ਰਿਹਾ ਮੈਂ ਅਖੀਰਲੇ ਸਮੇਂ ਤੱਕ। 6 ਤਰੀਕ ਤੱਕ ਜਾਂ 5 ਤਰੀਕ ਤੱਕ ਤੁਸੀਂ ਨਾਲ ਰਹੇ ਹਾਂ? 6 ਤਰੀਕ ਦੀ ਉਹਨਾਂ ਦੀ ਸ਼ਹਾਦਤ ਤੱਕ। ਅੱਛਾ। 6 ਜਦੋਂ ਜਿੱਦਾਂ ਹੁਣ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਆ ਉਦੋਂ ਤੁਸੀਂ ਕਿੱਥੇ ਸੀ? ਮੈਂ ਅਕਾਲ ਤਖ਼ਤ ਸਾਹਿਬ ਸੀਗਾ ਜੀ ਨਾਲ। ਅੱਛਾ, ਨਾਲ। ਅਤੇ ਥੋੜ੍ਹਾ ਜਿਹਾ ਵੇਰਵਾ ਦੱਸ ਸਕਦੇ ਹਾਂ? ਕਈ ਵਾਰੀ ਗੱਲ ਆਉਂਦੀ ਆ ਜੇ ਉਹਨਾਂ ਦੀ ਸ਼ਹੀਦੀ ਹੋਈ ਨੀਗੀ ਚੜ੍ਹਦੀ ਕਲਾ 'ਚ, ਅਤੇ ਕੋਈ ਪਰੂਫ ਹੈ ਨਹੀਂ ਗੇ ਵੀ ਉਹ ਸ਼ਹੀਦ ਹੋ ਗਏ ਆ, ਅਤੇ ਤੁਸੀਂ ਇਹ ਕਹਿ ਰਹੇ ਹਾਂ ਕਿ ਉਹਨਾਂ ਦੀ ਸ਼ਹਾਦਤ 6 ਜੂਨ ਨੂੰ ਹੋ ਚੁੱਕੀ ਆ? ਦੇਖੋ, ਮੈਂ ਬੇਨਤੀ ਇਹ ਕਰਾਂ, ਮੰਨਣਾ ਨਾ ਮੰਨਣਾ ਆਪਣੇ ਬੰਦੇ ਦੀ ਆਪਦੀ ਬੁੱਧ ਹੈ, ਆਪਣੀ ਸੋਚ ਹੈ। ਠੀਕ ਆ। ਅਸੀਂ ਉਹਨੂੰ ਕਿਸੇ ਨੂੰ ਧੱਕੇ ਨਾਲ ਨਹੀਂ ਕਹਿ ਸਕਦੇ ਤੂੰ ਆਹ ਨਹੀਂ ਕਰ। ਹਾਂਜੀ। ਲੇਕਿਨ ਮੈਂ ਤੁਹਾਡੇ ਕੋਲ ਜਿੰਦਾ ਅਜੇ ਬੈਠਾ, ਜਿਹੜੇ ਸਿੰਘ ਉਸ ਵੇਲੇ ਨਾਲ ਸੀ ਉਹਨਾਂ ਸਿੰਘਾਂ ਨੂੰ ਵੀ ਤੁਸੀਂ ਦਾਸ ਬਾਰੇ ਪੁੱਛ ਸਕਦੇ ਹੋ ਵੀ ਮੈਂ ਉੱਥੇ ਸੀ ਜਾਂ ਨਹੀਂ ਸੀ। ਹਾਂਜੀ। ਜੋ ਮਰਜ਼ੀ ਉੱਠੀ ਜਾਵਾਂ, ਠੀਕ ਹੈ ਨਾ ਜੀ, ਪਰ ਉਹ ਤੁਹਾਨੂੰ ਦੱਸਣਗੇ, ਉਹਨਾਂ ਦੇ ਨਾਂ ਵੀ ਮੈਂ ਤੁਹਾਨੂੰ ਦੱਸ ਸਕਦਾ ਜਿਹੜੇ ਉਸ ਵੇਲੇ ਉੱਥੇ ਮੌਜੂਦ ਸੀ। ਹਾਂ, ਤੁਸੀਂ ਸੰਗਤਾਂ ਨੂੰ ਵੀ ਦੱਸ ਸਕਦੇ ਤਾਂ ਜ਼ਰੂਰ ਦੱਸੋ ਕੌਣ ਕੌਣ ਸੀਗੇ ਉੱਥੇ। ਮੈਂ ਉਹੀ ਆਪ ਜੀ ਨੂੰ ਬੇਨਤੀ ਕਰਦਾ, ਜਿਹੜੇ ਸਾਹਿਬ ਦੇ ਜਿਹੜੇ ਕੁਝ ਤਾਂ ਸਿੰਘ ਸ਼ਹੀਦ ਹੋ ਗਏ ਨੇ, ਉਸ ਤੋਂ ਬਾਅਦ ਠੀਕ ਜਿਹੜੇ ਅੱਜ ਜਿਉਂਦੇ ਸਿੰਘ ਨੇ, ਭਾਈ ਗੁਰਸ਼ਰਨ ਸਿੰਘ ਇੰਗਲੈਂਡ ਹੀ ਬੈਠੇ ਨੇ। ਠੀਕ ਆ। ਭਾਈ ਠਾਕੁਰ ਸਿੰਘ ਜੀ ਪਟਿਆਲੇ ਨੇ। ਠੀਕ ਆ। ਇਹ ਗੱਲ ਸੁਣਦੇ ਹੋਣਗੇ। ਹਾਂਜੀ। ਰਵਿੰਦਰ ਸਿੰਘ ਡਰੌਲੀ ਇੱਥੇ ਅਮਰੀਕਾ ਬੈਠੇ, ਜਿਹੜੇ ਉਸ ਵੇਲੇ ਉੱਥੇ ਸੀਗੇ। ਠੀਕ ਹੈ। ਠੀਕ ਹੈ ਜੀ। ਇਸੇ ਤਰ੍ਹਾਂ ਭਾਈ ਬਲਵਿੰਦਰ ਸਿੰਘ ਖੋਜਗੀਪੁਰ ਅਜੇ ਵੀ ਜਿਉਂਦੇ ਨੇ, ਉੱਥੇ ਸੀਗੇ। ਠੀਕ ਹੈ। ਇਸੇ ਤਰ੍ਹਾਂ ਮੈਨੂੰ ਕਈ ਸਿੰਘ ਜਿਹੜੇ ਨਹੀਂ ਵੀ ਮਿਲੇ ਹਨ, ਉਸ ਤੋਂ ਬਾਅਦ ਵੀ ਕੁਛ ਸਿੰਘ ਸ਼ਹੀਦ ਹੋਣੇ, ਭਾਈ ਅਨੋਕ ਸਿੰਘ, ਭਾਈ ਲਾਭ ਸਿੰਘ, ਇਹ ਸਾਰੇ ਸਿੰਘ ਉੱਥੇ ਸੀਗੇ। ਭਾਈ ਗੁਰਜੀਤ ਸਿੰਘ ਹਰੀਨ ਚੋਕਾਲਾ ਉਹ ਵੀ ਉੱਥੇ ਸੀ ਉਸ ਵੇਲੇ। ਸੋ ਮੇਰੇ ਭਾਵੇਂ ਜਿਵੇਂ ਮੈਨੂੰ ਨਾਂ ਯਾਦ ਆਉਣਗੇ ਮੈਂ ਤੁਹਾਨੂੰ ਦੱਸ ਦੂੰਗਾ, ਕਾਫੀ ਸ਼ਹੀਦ ਹੋ ਚੁੱਕੇ ਨੇ ਉਸ ਵੇਲੇ ਉੱਥੋਂ ਦੇ। ਨਹੀਂ, ਕੋਈ ਨਹੀਂ, ਅਸੀਂ ਇੱਕ ਵਾਰੀ ਹੋਰ ਰੱਖਾਂਗੇ, ਜਿੱਦਾਂ ਆਪਾਂ ਜੂਨ ਦੇ ਪਹਿਲੇ ਹਫ਼ਤੇ 'ਚ ਤੁਹਾਡੀ ਇੱਕ ਵਾਰੀ ਅਸੀਂ ਸੇਵਾ ਹੋਰ ਲਵਾਂਗੇ, ਜਿਹੜੀਆਂ ਗੱਲਾਂ ਰਹਿ ਗਈਆਂ, ਜਿਹੜੀਆਂ ਗੱਲਾਂ ਸੰਗਤਾਂ ਦੇ ਜੇ ਕੋਈ ਸਵਾਲ ਵੀ ਆਉਣਗੇ ਉਹ ਵੀ ਆਪਾਂ ਜ਼ਰੂਰ ਕਰਾਂਗੇ। ਅਤੇ ਕਿਉਂਕਿ ਅਸੀਂ ਜਿਹੜਾ ਇਹ ਪ੍ਰੋਗਰਾਮ ਸ਼ੁਰੂ ਕੀਤਾ ਇਸ ਕਰਕੇ ਕੀਤਾ ਕਿ ਜਿਹੜੀ ਹਿਸਟਰੀ ਆ, ਜਿਹੜਾ ਸਾਡਾ ਇਤਿਹਾਸ ਆ, ਘੱਲੂਘਾਰਾ ਜੂਨ 84 ਨਾਲ ਜੁੜਿਆ ਹੋਇਆ। ਅੱਜ ਤੁਸੀਂ ਜਾਂ ਅਸੀਂ ਉਹ ਲੋਕ ਬੈਠੇ ਹਾਂ ਜਿਹੜੇ ਉਸ ਵੇਲੇ ਸੀਗੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀਆਂ ਕਿਤਾਬਾਂ ਜਾਂ ਇਹ ਚੀਜ਼ਾਂ ਰਹਿ ਜੂਗੀਆਂ, ਲੇਕਿਨ ਕੋਈ ਜਿੱਦਾਂ ਐਵੀਡੈਂਸ ਆਪਾਂ ਕਹਿ ਸਕਦੇ ਪਰੂਫ ਜਿਹੜੇ ਆ, ਜਿੱਦਾਂ
ਬੰਦਾ ਜੀਂਦਾ ਜਾਗਦਾ ਗੱਲ ਕਹਿ ਰਿਹਾ, ਉਹਦੀ ਵੀਡੀਓ ਆ, ਉਹਦੀ ਗੱਲ ਆ, ਉਹ ਇਤਿਹਾਸ ਸਾਡੇ ਕੋਲ ਰਹੂਗਾ। ਤਾਂਹੀਓ ਆਵਾਜ਼ੇ ਕੌਮ ਨੇ ਇਹ ਪ੍ਰੋਗਰਾਮ ਕੀਤਾ ਕਿ ਜਿਹੜੇ ਵੀ ਬੰਦੇ ਜਿੱਦਾਂ ਤੁਸੀਂ ਤੁਹਾਡੇ ਨਾਲ ਸੰਪਰਕ ਹੋਏ, ਇਸੇ ਤਰ੍ਹਾਂ ਜਿਹੜੇ ਤੁਸੀਂ ਕੁਛ ਨਾਲ ਆਏ, ਅਸੀਂ ਉਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ। ਮੇਰੀ ਇਹੀ ਤਮੰਨਾ ਆ ਆਵਾਜ਼ੇ ਕੌਮ ਵੱਲੋਂ ਕਿ ਅਸੀਂ ਜਿੱਥੇ ਜਿੱਥੇ ਵੀ ਜਿਹੜੇ ਵੀ ਮੁਲਕ 'ਚ ਬੈਠੇ ਆ ਉਸ ਵੇਲੇ ਦੇ ਬੰਦੇ, ਉਹਨਾਂ ਦੀਆਂ ਗੱਲਾਂ ਜਿਹੜੀਆਂ ਆ ਪਬਲਿਕ ਦੇ ਸਾਹਮਣੇ ਇੱਕ ਇਤਿਹਾਸਕ ਦਸਤਾਵੇਜ਼ ਬਣਾ ਕੇ ਪੇਸ਼ ਕਰੀਏ। ਮੈਂ ਭਾਈ ਰਘਵੀਰ ਸਿੰਘ ਜੀ ਥੋੜ੍ਹਾ ਧੰਨਵਾਦ ਕਰਦਾ, ਤੁਹਾਡੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ, ਪਰ ਮੈਂ ਇਹ ਵੀ ਬੇਨਤੀ ਕਰਦਾ ਆਪ ਜੀ ਨੂੰ ਕਿ ਦਾਸ ਅੱਜ ਹੀ ਨਹੀਂ ਕਹਿ ਰਿਹਾ ਹੈ ਗੱਲ। ਹਾਂ, ਸ਼ਹਾਦਤ ਕੱਲੀ ਮੈਂ ਆਵਾਜ਼ੇ ਕੌਮ ਦੇ ਮਾਧਿਅਮ ਰਾਹੀਂ ਨਹੀਂ ਕਹਿ ਰਿਹਾ। ਅੱਛਾ ਜੀ। ਮੈਂ 1999 ਚ ਜਦੋਂ 6 ਮਾਰਚ 1999 ਨੂੰ ਜੋਧਪੁਰ ਜੇਲ੍ਹ ਚੋਂ ਰਿਹਾ ਹੋਇਆ। ਅੱਛਾ ਜੀ। ਉਸ ਤੋਂ ਬਾਅਦ ਮੈਂ ਆ ਕੇ ਮਹਾਂਪੁਰਖ ਜਿਹੜੇ ਸਾਡੇ ਮਾਂ ਬਾਪ ਰੂਪ ਸੀਗੇ, ਅਸੀਂ ਬਚਪਨ ਗੁਜ਼ਾਰਿਆ, ਹਾਂਜੀ, ਉਹਨਾਂ ਦੇ ਕੋਲੇ ਜਾ ਕੇ ਬੇਨਤੀ ਕੀਤੀ ਸੀ ਮੈਂ ਤੇ ਬਾਬਾ ਠਾਕਰ ਸਿੰਘ ਜੀ ਕੋਲ, ਠਾਕਰ ਸਿੰਘ ਜੀ ਨੂੰ ਕਿ ਮਹਾਂਪੁਰਖ ਮੈਨੂੰ ਕੀ ਕਰਾਂ। ਹਾਂ, ਮੈਂ ਘਰ ਰਹਾਂ, ਮੈਂ ਤੇ ਰਹਾਂ ਕਿ ਜਾਂ ਮੈਂ ਆਪਦੀ ਡਿਊਟੀ ਕਰਾਂ ਜਾਂ ਸਿੰਘਾਂ ਦੀ ਸੇਵਾ ਕਰਾਂ। ਹਾਂਜੀ। ਸੰਤ ਬਾਬਾ ਜੀ ਮੈਨੂੰ ਕਹਿਣ ਲੱਗੇ, ਮੁਖੀ ਮੈਨੂੰ ਦੱਸ ਤੇਰੀ ਡਿਊਟੀ ਚੱਲਦੀ ਆ? ਮੈਂ ਜੀ ਹਾਂ, ਮੇਰੀ ਡਿਊਟੀ ਚੱਲਦੀ ਆ। ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਨੂੰ 40 ਸਿੰਘ ਦੇ ਕਰੀਬ ਸੀ ਜੇਲ੍ਹ ਦੇ ਵਿੱਚ, ਜਿਹੜੇ ਮੁਲਾਜ਼ਮ ਸੀ ਸ਼੍ਰੋਮਣੀ ਕਮੇਟੀ ਦੇ ਉਸ ਵੇਲੇ, ਉਹਨਾਂ ਨੂੰ ਤਨਖਾਹ ਵੀ ਦੇ ਰਹੀ ਹੈ ਸੰਗਤ ਨੂੰ। ਅੱਛਾ ਜੀ। ਅਤੇ ਬਾਬਾ ਜੀ ਮੈਨੂੰ ਕਹਿਣ ਲੱਗੇ, ਨਹੀਂ ਤੂੰ ਡਿਊਟੀ ਕਰ ਆਪਦੀ। ਅੱਛਾ ਜੀ। ਹਾਂ ਠੀਕ ਹੈ। ਮਹਾਂਪੁਰਖੋ ਮੈਨੂੰ ਕਹਿੰਦੇ ਸਾਰਾ ਹਾਲਾਤ ਦੱਸ ਸਾਰੇ। ਹਾਂ। 4 ਜੂਨ 1984 ਤੋਂ ਲੈ ਕੇ ਸਵੇਰੇ 4:30 ਤੋਂ ਲੈ ਕੇ ਜਦੋਂ ਤੱਕ ਮੈਂ ਮਤਲਬ ਕੇ ਰਿਹਾ ਹੋਇਆ, ਉਦੋਂ ਤੱਕ ਸੀਨਾ ਬਸੀਨਾ ਜੋ ਗੱਲ ਸੀਗੀ, ਜੋ ਮੇਰੇ ਨਾਲ ਬੀਤੀ, ਜੋ ਵਾਪਰਿਆ, ਜੋ ਮਹਾਂਪੁਰਖਾਂ ਦੀ ਸ਼ਹਾਦਤ, ਉਹ ਮੈਂ ਇਕੱਲੀ ਗੱਲ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਨੂੰ ਦੱਸੀ ਸੀ। ਠੀਕ ਆ। ਤਕਰੀਬਨ ਘੱਟ ਤੋਂ ਘੱਟ 2-2.5 ਘੰਟੇ ਮੈਂ ਮਹਾਂਪੁਰਖਾਂ ਦੇ ਕੋਲੇ ਬੈਠਾ ਰਿਹਾ, ਤੇ ਬਾਕੀ ਬਾਬਾ ਜੀ ਨੇ ਸਿੰਘ ਬਾਹਰ ਕਰਤੇ, ਭਾਈ ਪ੍ਰੇਮ ਸਿੰਘ ਜੀ ਜਹਿਦਾਰ ਹੋਣੀ ਤੇ ਇਸੇ ਤਰ੍ਹਾਂ ਭਾਈ ਮੋਹਕਮ ਸੋਣੀ, ਭਾਈ ਮਲਕੀਸ ਹੋਣੀ, ਸਾਰੇ ਸਿੰਘ ਬਾਹਰ ਸੀਗੇ, ਤੇ ਭਾਈ ਪਾਲਾ ਸਿੰਘ ਜੀ ਜਿਹੜੇ ਪਿੱਛੇ ਜੇ ਹੇਮਕੁੰਡ ਸਾਹਿਬ ਦੇ ਰਸਤੇ ਵਿੱਚ ਚੜ੍ਹਾਈ ਕਰ ਗਏ ਨੇ ਪਤਾ ਲੱਗਿਆ, ਉਹ ਬਾਬਾ ਜੀ ਦਾ ਗੜਵਈ ਸੀ, ਉਹਨੂੰ ਕਹਿਣ ਲੱਗੇ ਪਾਲਾ ਸਿੰਘ ਤੂੰ ਜਲ ਪਾਣੀ ਬਣਾ ਤੇ ਮੈਂ ਮੁਖੀ ਦੀ ਗੱਲਬਾਤ ਸੁਣਦਾ ਸਾਰੀ। ਠੀਕ ਆ। 2 ਘੰਟੇ ਬਾਬਾ ਜੀ ਦੇ ਕੋਲੇ ਉੱਥੇ ਮੈਂ ਸਾਰੀ ਗੱਲਬਾਤ ਦੱਸੀ। ਮਤ ਕੋਈ ਸੋਚੇ ਕਿ ਮੁਖੀ ਅੱਜ ਇਹ ਗੱਲ ਕਹਿ ਰਿਹਾ ਕਿ ਵੀ ਸੰਤਾਂ ਦੀ ਸ਼ਹਾਦਤ ਬਾਰੇ, ਮੈਨੂੰ ਜਾਨੀ ਨੁਕਸਾਨ ਕਰਨ ਦਾ ਵੀ ਮੇਰੇ ਨਾਲ ਦੇ ਸਾਥੀ ਸਿੰਘਾਂ ਨੇ ਕੋਸ਼ਿਸ਼ ਕੀਤੀ, ਪਰ ਲੇਕਿਨ ਗੁਰੂ ਸਾਹਿਬ ਦੀ ਬਖਸ਼ਿਸ਼ ਰਹਿਮਤ ਕਿ ਇਹਦੀ ਆਵਾਜ਼ ਬੰਦ ਕੀਤੀ ਜਾਵੇ ਵੀ ਸੰਤਾਂ ਨੂੰ ਸ਼ਹਾਦ ਸ਼ਹੀਦ ਨਾ ਕਹੇ। ਅੱਛਾ ਜੀ। ਮੈਂ ਇਹ ਬੇਨਤੀ ਕਰੂੰਗਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਂਪੁਰਖਾਂ ਦੇ, ਉਹਨਾਂ ਦੇ ਬਚਨਾਂ ਦੇ ਉੱਤੇ ਜੋ ਉਹਨਾਂ ਨੇ ਕੁਰਬਾਨੀ ਕੀਤੀ, ਜੋ ਉਹਨਾਂ ਨੇ ਆਪਣੇ ਅਖੀਰਲੇ ਦਮ ਤੱਕ ਜਿਸ ਢੰਗ ਨਾਲ ਲੜਾਈ ਲੜੀ, ਉਹ ਮੈਂ ਤੁਹਾਡਾ ਵਿਚਾਰ ਸਾਂਝੀ ਕਰੂੰਗਾ ਅਗਲੇ ਸਮੇਂ ਵਿੱਚ। ਹਾਂਜੀ। ਅਤੇ ਇਹ ਕਦਾ ਚਿੱਤ ਨਹੀਂ, ਮੈਂ ਹਰੇਕ ਸਿੰਘ ਨੂੰ ਬੇਨਤੀ ਕਰਦਾ, ਸਿੰਘ ਉਹ ਸੰਤ ਜਰਨੈਲ ਸਿੰਘ ਇਕੱਲੀ ਹੁਣ ਟਕਸਾਲ ਦਾ ਨਹੀਂ ਹੈ, ਉਹ ਇਕੱਲੇ ਦਾ ਨਹੀਂ ਹੈ, ਉਹ ਸਮੁੱਚੀ ਕੌਮ ਦੇ ਨੇ। ਠੀਕ। ਸਮੁੱਚੀ ਕੌਮ ਦੇ ਸ਼ਹੀਦ ਨੇ, ਉਹਨਾਂ ਨੇ ਜੋ ਸ਼ਹਾਦਗੀ ਜੋ ਬਚਨ ਕੀਤਾ, ਸੂਰ ਵੀਰ ਬਚਨ ਕੇ ਬਲੀ ਕੌਲਾਂ ਬੱਪਰੀ ਸੰਤੀ ਛਲੀ, ਉਹ ਸੂਰਬੀਰ ਦੇ ਬਚਨਾਂ ਦੇ ਬਲੀ ਸੀ, ਉਹ ਬਚਨਾਂ ਤੇ ਪੂਰਾ ਪੂਰਾ ਪਹਿਰਾ ਦੇ ਕੇ ਉਹਨਾਂ ਨੇ ਹਰ ਗੱਲ ਦੇ ਉੱਤੇ ਜਿਹੜੀ ਗੱਲ ਕਹੀ ਉਹਨੂੰ ਕੀਤਾ। ਠੀਕ। ਤੇ ਜਦੋਂ ਮਤਲਬ ਹੁਣ ਤਾਂ ਵੈਸੇ ਟਕਸਾਲ ਐਲਾਨ ਹੀ ਕਰ ਚੁੱਕੀ ਆ, ਬਾਬਾ ਹਰਨਾਮ ਸਿੰਘ ਹੁਣਾਂ ਨੇ ਤੇ ਐਲਾਨ ਹੀ ਕਰਤਾ ਵੀ ਸੰਤ ਸ਼ਹੀਦ ਹੋ ਚੁੱਕੇ ਆ, ਤੇ ਬਹੁਤ ਸਮਾਂ ਫਿਰ ਬਾਬਾ ਠਾਕਰ ਸਿੰਘ ਜੀ ਹੁਣਾਂ ਨੇ ਕਿਸੇ ਨੀਤੀ ਅਧੀਨ ਨਾ ਦੱਸਿਆ ਹੋਊਗਾ ਜਾਂ ਕੀ ਕਾਰਨ ਹੋਊਗਾ ਵੀ ਕਿਉਂ ਨਹੀਂ ਮਤਲਬ ਜਿਹੜਾ ਟਕਸਾਲ ਵੱਲੋਂ ਐਲਾਨ ਕੀਤਾ ਗਿਆ ਸੀ ਉਹਦੀਆਂ ਕੋਈ ਨੀਤੀਆਂ ਹੋ ਸਕਦੀਆਂ ਜਾਂ ਬਾਬਾ ਜੀ ਨੇ ਕੀ ਕਿਹਾ ਸੀ ਵੀ ਤੁਹਾਨੂੰ ਜਦੋਂ ਤੁਸੀਂ ਸਾਰੀ ਸਟੋਰੀ ਦੱਸੀ ਸੀ? ਬੇਨਤੀ ਕਰਦਾ ਬਾਬਾ ਜੀ ਮੈਨੂੰ ਕਹਿਣ ਲੱਗੇ, ਮੁਖੀ ਮੈਨੂੰ ਸਿੰਘ ਕਹਿੰਦੇ ਨੇ ਵੀ ਸੰਤ ਚੜ੍ਹਦੀ ਕਲਾ 'ਚ ਨੇ, ਮੈਂ ਕਿਹਾ ਬਾਬਾ ਜੀ ਸਿੰਘ ਕੌਣ ਨੇ? ਫਿਰ ਨਹੀਂ ਬੋਲੇ। ਇੱਥੇ ਦੀ ਧਰਤੀ 'ਤੇ ਵੀ ਤਕਰੀਬਨ 2 ਵਾਰੀ ਇਹ ਭਾਣਾ ਵਾਪਰਿਆ ਮੇਰੇ ਨਾਲ, ਸਿੰਘਾਂ ਨੇ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਮੁਖੀ ਇਹ ਗੱਲ ਕਹਿੰਦਾ ਸੰਤਾਂ ਦੀ ਸ਼ਹਾਦਤ ਸਟੇਜ 'ਤੇ ਵੀ ਕਹਿੰਦਾ, ਹੋਰ ਬੰਦਿਆਂ ਨੂੰ ਵੀ ਕਹਿੰਦਾ, ਅਤੇ ਪਰ ਬਾਬਾ ਜੀ ਨੇ ਮੈਨੂੰ ਕਦੇ ਨਹੀਂ ਇਹ ਗੱਲ ਕਹੀ ਕਿ ਮੁਖੀ ਤੂੰ ਸੰਤਾਂ ਨੂੰ ਸ਼ਹੀਦ ਨਾ ਕਿਹਾ ਕਰ।
ਅੱਛਾ ਤੁਹਾਨੂੰ ਏਦਾਂ ਕੋਈ ਲਫ਼ਜ਼ ਨਹੀਂ ਰੋਕਿਆ ਨਹੀਂ ਉਹਨਾਂ ਨੇ ਕਦੇ ਵੀ ਇਹ ਮੈਨੂੰ ਬਾਬਾ ਜੀ ਕਹਿ ਦਿੰਦੇ ਕਿ ਮੁਖੀ ਤੂੰ ਸੰਤਾਂ ਨੂੰ ਸ਼ਹੀਦ ਨਹੀਂ ਕਹਿਣਾ ਹਾਂ ਤਾਂ ਮੇਰੀ ਔਰਤ ਸੀਗੀ ਕਿ ਮੈਂ ਸੰਤਾਂ ਨੂੰ ਇਹ ਗੱਲ ਕਹਿਣਾ ਬਾਬਾ ਜੀ ਦਾ ਹੁਕਮ ਨਾ ਮੰਨਦਾ ਠੀਕ ਹੈ ਅਤੇ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿੱਦਣ ਅਕਾਲ ਤਖਤ ਸਾਹਿਬ ਦੀ ਸੇਵਾ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਹੈ ਟਕਸਾਲ ਨੇ ਹਾਂ ਉਸ ਦਿਨ ਵੀ ਬਾਬਾ ਜੀ ਨੂੰ ਅਕਾਲ ਤਖਤ ਸਾਹਿਬ ਤੇ ਖੜ ਕੇ ਇਹ ਗੱਲਾਂ ਕਹੀਆਂ ਸੀ ਬਾਬਾ ਜੀ ਇੱਥੇ ਭਾਈ ਰਣਜੀਤ ਸਿੰਘ ਸ਼ਹੀਦ ਹੋਇਆ ਜਿਹੜਾ ਪੰਜਾਬ ਲੱਗਦਾ ਸੀਗਾ ਇੱਥੇ ਫਲਾਣਾ ਸਿੰਘ ਸ਼ਹੀਦ ਹੋਇਆ ਜਿਹੜੇ ਮੈਨੂੰ ਉਸ ਵੇਲੇ ਆਪਣਾ ਭਾਈ ਜਨਰਲ ਸੁਵੇਰ ਸਿੰਘ ਬਾਰੇ ਅਤੇ ਸੰਤਾਂ ਇੱਥੇ ਤੱਕ ਸੰਤ ਗਏ ਨੇ ਇੱਥੇ ਸੰਤਾਂ ਨੂੰ ਭ੍ਰਸ਼ਟ ਵਜਿਆ ਇੱਥੇ ਸ਼ਹੀਦ ਹੋਏ ਨੇ ਮੈਨੂੰ ਸਿੰਘਾਂ ਨੇ ਕਿਹਾ ਉਸ ਵੇਲੇ ਜਿਹੜੇ ਸੀ ਮੌਜੂਦ ਕਹਿੰਦੇ ਮੁਖੀ ਤੂੰ ਨਾ ਇਹ ਗੱਲ ਕਰ ਤੇਰੇ ਨਾਲ ਸੰਗਤ ਬਹੁਤ ਆਈ ਹੈ ਤੂੰ ਬਾਬਾ ਜੀ ਨੇ ਗੁੱਸੇ ਹੋਣਾ ਤੈਨੂੰ ਮੈਂ ਕਿਹਾ ਕੋਈ ਗੱਲ ਨਹੀਂ ਮਹਾਂਪੁਰਖ ਸਾਡੇ ਪਿਓ ਨੇ ਸਾਡੇ ਪਿਤਾ ਜੀ ਨੇ ਜੋ ਮਰਜ਼ੀ ਕਹਿਣ ਪਰ ਕੀਤੀਆਂ ਮੈਂ ਦੱਸ ਰਿਹਾ ਬਾਬਾ ਜੀ ਨੇ ਕੋਈ ਸ਼ਬਦ ਨਹੀਂ ਕਿਹਾ ਮੈਨੂੰ ਕਹਿਣ ਲੱਗੇ ਮੁਖੀ ਉੱਪਰ ਆ ਮੈਂ ਉਹ ਡਿਊਟੀ ਸੀਗੀ ਉੱਥੇ ਸਿੰਘਾਂ ਨੂੰ ਸਰੋਪਾ ਦਿੱਤੇ ਜਾਂਦੇ ਸੀਗੇ ਮੈਂ ਉਸ ਵੇਲੇ ਸਿੰਘਾਂ ਨੂੰ ਨਾਲ ਲੈ ਕੇ ਕੁਛ ਸਿੰਘ ਮੇਰੇ ਨਾਲ ਸੀਗੇ ਤਕਰੀਬਨ ਮੈਂ ਦੋ ਚਾਰ ਗੱਡੀਆਂ ਲੈ ਗਿਆ ਸੀਗਾ ਉਸ ਵੇਲੇ ਸੇਵਾ ਦੇ ਵਿੱਚ ਸਿੰਘ ਇੱਥੇ ਅਟਕੋ ਤੇ ਮੈਂ ਬਾਬਾ ਜੀ ਦੇ ਹੁਕਮ ਸੁਣਿਆ ਕੀ ਕਹਿੰਦੇ ਨੇ ਮੈਂ ਉੱਥੇ ਸਿੰਘਾਂ ਨੇ ਉਹ ਜੋ ਉਸ ਵੇਲੇ ਜਿਹੜੇ ਸੀ ਭਾਈ ਦਲਵੀਰ ਆਪਣਾ ਮੈਨੂੰ ਨਾਂ ਸਿੰਘ ਇੱਥੇ ਸਿੰਘ ਨੇ ਉਹ ਭਾਈ ਜਸਵੀਰ ਸਿੰਘ ਹੋਣੀ ਇੱਥੇ ਰਹਿੰਦੇ ਨੇ ਸਿੰਘ ਅਮਰੀਕਾ ਹੀ ਉਹ ਬਾਬਾ ਜੀ ਹੁੰਦੇ ਸੀਗੇ ਤੇ ਬਾਬਾ ਜੀ ਨੂੰ ਬਾਬਾ ਜੀ ਕਹਿਣ ਲੱਗੇ ਸਰੋਪਾ ਲੈ ਕੇ ਆ ਉਹਨੂੰ ਕਹਿੰਦੇ ਉਹ ਕਹਿੰਦੇ ਉਹ ਸਰੋਪਾ ਜਿਹੜਾ ਖੱਟਾ ਆਪਣਾ ਹੁੰਦਾ ਉਹ ਲੈ ਆਇਓ ਕਹਿੰਦੇ ਲੋਈ ਵੀ ਲੈ ਕੇ ਆ ਗਈਆਂ ਜੀ ਬਾਬਾ ਜੀ ਨੇ ਉਹ ਜਿਹੜਾ ਸਰੋਪਾ ਸੀਗਾ ਤੇ ਇੱਕ ਸਰੋਪਾ ਹੋਰ ਦੋ ਸਰੋਪਾ ਚੱਕ ਕੇ ਮੇਰੇ ਗਲ ਚ ਪਾਏ ਤੇ 5 ਰੁਪਈਏ ਮੈਨੂੰ ਮਹਾਂਪੁਰਖਾਂ ਨੇ ਦਿੱਤੇ ਹਾਂਜੀ ਉਹ ਅੱਜ ਵੀ ਮੇਰੇ ਕੋਲੇ ਨੇ ਅੱਛਾ ਜੀ ਉਹਦਾ ਮਤਲਬ ਉਹਦਾ ਕੀ ਕਾਰਨ ਹੋ ਸਕਦਾ ਵੀ 5 ਰੁਪਈਏ ਤੇ ਸਰੋਪਾ ਦਿੱਤਾ ਸੰਗਤ ਲੈ ਕੇ ਆਇਆ ਤੇ ਸਾਰੇ ਸਿੰਘਾਂ ਨੂੰ ਜਿੱਥੇ ਸਰੋਪਾ ਦਿੱਤੇ ਗਏ ਨੇ ਉੱਥੇ ਲੈ ਕੇ ਤੈਨੂੰ ਸੰਗਤ ਲਿਆਉਣ ਦਾ ਚਲੋ ਤੂੰ ਸਰੋਪਾ ਦਿੱਤਾ ਤੈਨੂੰ ਅੱਛਾ ਜੀ ਇਹ ਗੱਲ ਮਹਾਂਪੁਰਖਾਂ ਦੇ ਗੱਲ ਚ ਹਿਰਦੇ ਵਿੱਚ ਹੁੰਦੀ ਕਿ ਮੁਖੀ ਸੰਤਾਂ ਨੂੰ ਸ਼ਹੀਦ ਕਹਿੰਦਾ ਤੇ ਮੇਰੀ ਨਰਾਦਰੀ ਕਰਦਾ ਤੇ ਮੈਨੂੰ ਕਹੋ ਤਾਂ ਉਹਨਾਂ ਨੇ ਉਹ ਗੱਲ ਕਹਿਣੀ ਸੀ ਹਾਂਜੀ ਮੇਰਾ ਮਤਲਬ ਮੈਂ ਬਚਪਨ ਚ ਬਹੁਤ ਛੋਟਾ ਜਿਹਾ ਹੁੰਦਾ ਉਹਨਾਂ ਦੇ ਚਰਨਾਂ ਚ ਰਿਹਾ ਠੀਕ ਹੈ ਕਿਉਂਕਿ ਭਾਵੇਂ ਟਕਸਾਲ ਚ ਮੈਂ 1975 ਚ ਗਿਆ ਪਰ ਮੈਂ ਟਕਸਾਲ ਦੇ ਵਿੱਚ 1970 ਤੋਂ ਜਾਣ ਲੱਗ ਗਿਆ ਸੀਗਾ ਮਤਲਬ 1970 ਤੋਂ ਲੈ ਕੇ ਅੱਜ ਤੱਕ ਦੀਆਂ ਸਾਰੀਆਂ ਘਟਨਾਵਾਂ ਦਾ ਤੁਹਾਨੂੰ ਪਤਾ ਆ ਕੀ ਹੋਇਆ ਜਾਂ ਕਿੱਥੇ ਕੀ ਹੋਇਆ ਤੇ ਇੱਕ ਮਤਲਬ ਜੀਦੀ ਜਾਗਦੀ ਜਿੱਦਾਂ ਆਪਾਂ ਕਹੀਏ ਬਈ ਮਤਲਬ ਤੁਸੀਂ ਕਿਤਾਬ ਦੇ ਰੂਪ ਚ ਵੀ ਲਿਖ ਸਕਦੇ ਆ ਸਾਰੀਆਂ ਕਹਾਣੀਆਂ ਜੋ ਜੋ ਵਾਪਰਿਆ ਜਿੱਦਾਂ ਅੱਜ ਆਪਾਂ ਟੀਵੀ ਤੇ ਕਹਿ ਰਹੇ ਇੱਦਾਂ ਵੀ ਇਹ ਤਾਂ ਕਹਿ ਹੀ ਰਹੇ ਆ ਨਹੀਂ ਮੈਨੂੰ ਸਿੰਘਾਂ ਨੇ ਕਿਹਾ ਵੀ ਤੂੰ ਕਿਤਾਬ ਲਿਖ ਮੈਂ ਲਿਖਣ ਦਾ ਯਤਨ ਕੀਤਾ ਮੈਂ ਉਹਦੇ ਵਿੱਚ ਮੇਰਾ ਉਹ ਜਿਹੜਾ ਸੀਗਾ ਆਈਪੈਡ ਹੁੰਦਾ ਜਿਹੜਾ ਉਹ ਕਿਸੇ ਨੇ ਕੱਢ ਲਿਆ ਪਤਾ ਨਹੀਂ ਲੱਗਿਆ ਮੈਨੂੰ ਜਦੋਂ ਮੈਂ ਇੰਡੀਆ ਨੂੰ ਜਾ ਰਿਹਾ ਸੀਗਾ ਤੇ ਮੁੜ ਕੇ ਉਹ ਸਾਰਾ ਉਹਦੇ ਵਿੱਚ ਚਲਾ ਗਿਆ ਹੁਣ ਮੈਂ ਦੁਬਾਰਾ ਫਿਰ ਸ਼ੁਰੂ ਕੀਤਾ ਹੋਇਆ ਗੁਰੂ ਸਾਹਿਬ ਕਿਰਪਾ ਕਰਨ ਮਹਾਰਾਜ ਬਖਸ਼ਿਸ਼ ਕਰਨ ਵੀ ਉਹ ਮੈਂ ਜਿਹੜੀਆਂ ਗੱਲਾਂ ਨੇ ਉਹ ਸਾਂਝੀਆਂ ਕਰ ਸਕਾਂ ਤਕਰੀਬਨ ਮੈਂ ਪਿਛਲੇ ਸਮੇਂ ਤੋਂ ਹੀ ਜਿਹੜੀਆਂ ਫੇਸਬੁੱਕ ਦੇ ਰਾਹੀਂ ਵੀ ਜਿਹੜੀਆਂ ਆਪਦੀਆਂ ਪੋਸਟਾਂ ਸਾਂਝੀਆਂ ਕਰਦਾ ਰਹਿਣਾ ਹਾਂਜੀ ਉਹਨਾਂ ਦਾ ਸਿੰਘਾਂ ਦੇ ਨਾਮ ਵੀ ਮੈਂ ਕਾਫੀ ਇਹ ਦੱਸੇ ਨੇ ਤੇ ਸਿੰਘਾਂ ਨੇ ਮੇਰੇ ਕੋਲ ਇੰਟਰਵਿਊ ਰਾਹੀਂ ਵੀ ਪੁੱਛਿਆ ਮੈਂ ਉਹ ਵੀ ਦੱਸੀਆਂ ਨੇ ਸਾਰੀਆਂ ਅਸੀਂ ਆਪਣੇ ਬਾਬਾ ਜੀ ਤੁਹਾਡੀ ਇੱਕ ਵਾਰੀ ਜਿੱਦਾਂ ਇੱਕ ਵਾਰੀ ਜਾਂ ਦੋ ਵਾਰੀ ਕਿਉਂਕਿ ਅਸੀਂ 6 ਜੂਨ ਤੱਕ ਇਹ ਪ੍ਰੋਗਰਾਮ ਜਿਹੜਾ ਚੱਲਦਾ ਰੱਖਣਾ ਕਿਉਂਕਿ ਅੱਜ ਜੇ ਮੈਂ ਚਾਹਾਂ ਤੇ ਪੂਰਾ ਜਿੱਦਾਂ ਜਿਹੜੀ ਤੁਹਾਡੇ ਕੋਲੋਂ ਅਸੀਂ ਗੱਲਬਾਤ ਕਰ ਰਹੇ ਹਾਂ ਉੱਥੇ ਤੱਕ ਪਹੁੰਚ ਨਹੀਂ ਹੋਣਾ ਆਪਣੇ ਨੂੰ ਸਮਾਂ ਹੋਰ ਲੰਮਾ ਚਾਹੀਦਾ ਆ ਤੇ ਹਾਂਜੀ ਜਿਹੜਾ ਸ਼ਹੀਦ ਭਾਈ ਅਮਰੀਕ ਸਿੰਘ ਜੀ ਹੋਣੀ ਵੀ ਉੱਥੇ ਸ਼ਹੀਦ ਹੋ ਗਏ ਬਿਲਕੁਲ ਜੀ ਉਹ ਵੀ ਸ਼ਹੀਦ ਹੋ ਗਏ ਜੀ ਜਨਰਲ ਸਵੇਕ ਸਿੰਘ ਜੀ ਜਨਰਲ ਸਵੇਕ ਸਿੰਘ ਜੀ 5 ਤੇ 6 ਦੀ ਰਾਤ ਨੂੰ ਹਾਂਜੀ 12-1 ਵਜੇ ਕਰੀਬ ਸ਼ਹੀਦ ਹੋ ਗਏ ਨੇ ਜੀ ਉਹ ਠੀਕ ਹੈ ਤੇ ਬੀਬੀ ਅਪਕਾਰ ਕੌਰ ਦਾ ਇੱਕ ਨਾਂ ਆਉਂਦਾ ਆ ਉਹਨਾਂ ਦੇ ਬਾਰੇ ਵੀ ਕੋਈ ਜਾਣਕਾਰੀ ਹੈ ਬੀਬੀ ਅਪਕਾਰ ਕੌਰ ਤੇ ਪਰਮਜੀਤ ਕੌਰ ਦੋ ਬੇਟੀਆਂ ਸੀ ਬੀਬੀਆਂ ਸੀਗੀਆਂ ਅਪਕਾਰ ਕੌਰ ਸੀਗੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੇ ਇਸਤਰੀ ਵਿੰਗ ਦੀ ਪ੍ਰਧਾਨ ਬਣਾਈ ਸੀ ਠੀਕ ਹੈ ਪਰਮਜੀਤ ਕੌਰ ਭਾਈ ਹਰਵਿੰਦਰ ਸਿੰਘ ਸੰਧੂ ਦੇ ਘਰ ਵਾਲੀ ਸੀ ਠੀਕ ਹੈ ਇਸੇ ਤਰ੍ਹਾਂ ਭਾਈ ਸ਼ਾਮ ਸਿੰਘ ਜਿਹੜੇ ਬਾਅਦ ਦੇ ਵਿੱਚ ਸ਼ਹੀਦ ਹੋ ਗਏ ਨੇ ਉਹ ਉਹਨਾਂ ਦੀ ਸਿੰਘਣੀ ਠੀਕ ਇਹ 3 ਸਿੰਘਣੀਆਂ ਤੇ ਇਹਨਾਂ ਦੀ ਮਾਤਾ ਮਤਲਬ ਕਿ ਆਪਣਾ ਹਰਭਜਨ ਸਿੰਘ ਸ਼ਹੀਦ ਆ ਉਹਦੀ ਮਾਤਾ ਤੇ ਉਸ ਸਿੰਘ ਨਾਲ ਸੀਗੇ ਤੇ ਇਹ ਬੀਬੀਆਂ 3-4 ਜਿਹੜੀਆਂ ਸੀਗੀਆਂ ਜਿਹੜਾ ਬਾਬਾ ਟਲ ਰਾਏ ਅਸਥਾਨ ਹੈ ਉਹਦੇ ਨੇੜੇ ਗਿਆਨੀ ਦਲੀਪ ਸਿੰਘ ਹੋਣਾ ਦਾ ਘਰ ਭਾਈ ਹਰਵਿੰਦਰ ਸਿੰਘ ਸੰਧੂ ਹੋਣਾ ਦਾ
ਸ਼ਹੀਦ ਹੋ ਗਿਆ ਸੀ ਸੰਤਾਂ ਦੇ ਵੱਡੇ ਭਰਾ ਬਾਪੂ ਜੰਗੀਰ ਸਿੰਘ ਹਾਂਜੀ ਸੰਤਾਂ ਦਾ ਮਤਲਬ ਕਿ ਭਤੀਜਾ ਭਾਈ ਸਵਰਨ ਸਿੰਘ ਹਾਂਜੀ ਇਸੇ ਤਰ੍ਹਾਂ ਉਹਨਾਂ ਦੇ ਪਰਿਵਾਰ ਚੋਂ ਹੋਰ ਵੀ ਜਿਹੜੇ ਪਰਿਵਾਰ ਸਿੰਘ ਸੀਗੇ ਉਹ ਵੀ ਸ਼ਹੀਦ ਹੋਏ ਨੇ ਜੀ ਉੱਥੇ ਬਾਬਾ ਜੀ ਅਕਾਲ ਆਉਂਦੀ ਹੈ ਲੈ ਲਈਏ ਆਪਾਂ ਇਹ ਵਿੱਚ ਕਾਲਕ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਕੌਣ ਤੇ ਕਿੱਥੇ ਬੋਲ ਰਿਹਾ ਜੀ ਜਦੋ ਤੁਸੀਂ ਪ੍ਰੋਗਰਾਮ ਸੁਣਗੇ ਫਤਿਹ ਤੁਹਾਡੀ ਪਹੁੰਚ ਗਈ ਆ ਤੁਸੀਂ ਕਹਿਣਾ ਕੀ ਚਾਹੁੰਦੇ ਅੱਜ ਜੀ ਵੀਰ ਜੀ ਮੈਂ ਬਹੁਤ ਬਹੁਤ ਵਧੀਆ ਬਹੁਤ ਮੁਬਾਰਕ ਤੁਹਾਨੂੰ ਕਿ ਤੁਸੀਂ ਇਹ ਬਹੁਤ ਵਧੀਆ ਮੰਨ ਲਓ ਪੁਰਾਣੇ ਸਿੰਘਾਂ ਦੇ ਨਾਲ ਇਹਨਾਂ ਦੇ ਦਰਸ਼ਨ ਮੇਲੇ ਕਰਵਾਏ ਨੇ ਔਰ ਜਿਸ ਤਰ੍ਹਾਂ ਸੰਤਾਂ ਦੀ ਸ਼ਹਾਦਤ ਆਉਣੀ ਆ ਅਗਲੇ ਵੀਕ ਦੇ ਦੋ ਵੀਕਾਂ ਤੱਕ ਤੇ ਇਹ ਉਪਰਾਲਾ ਜਿਹੜੇ ਜਿਹੜੇ 84 ਤੋਂ ਬਾਅਦ ਦੇ ਵਿੱਚ ਜਿੰਨੀ ਆਪਣੀ ਨੌਜਵਾਨ ਪੀੜ੍ਹੀ ਬੱਚੇ ਪੈਦਾ ਹੋਏ ਨੇ ਜਾਂ ਜਿਹਨਾਂ ਦੀ ਬਾਅਦ ਦੀ ਪੈਦਾਇਸ਼ ਹੈ ਉਹਨਾਂ ਨੂੰ ਜਿਹੜੀਆਂ ਗੱਲਾਂ ਅੱਜ ਭਾਈ ਮੁਖੀ ਸਾਹਿਬ ਜੀ ਹੋਣਾ ਦੱਸੀਆਂ ਤੇ ਉਹਨਾਂ ਬੱਚਿਆਂ ਨੂੰ ਵਿਚਾਰਿਆਂ ਨੂੰ ਪਤਾ ਹੀ ਕੋਈ ਵੀ ਹੈ ਕਿ ਕੌਣ ਕੌਣ ਕਿੱਥੇ ਕਿੱਥੇ ਸ਼ਹੀਦ ਹੋਇਆ ਕੌਣ ਕੌਣ ਸਿੰਘ ਜੀ ਦੇ ਚੜ੍ਹਦੀ ਕਲਾ ਚ ਨੇ ਤੇ ਵੀਰ ਰਘਵੀਰ ਸਿੰਘ ਜੀ ਮੈਂ ਬਹੁਤਾ ਸਮਾਂ ਨੀ ਲੈਣਾ ਮੇਰੀ ਇੱਕ ਬੇਨਤੀ ਜ਼ਰੂਰ ਪ੍ਰਵਾਨ ਕਰੋ ਜੀ ਤੁਸੀਂ ਵੀ ਤੇ ਭਾਈ ਸਾਹਿਬ ਮੁਖੀ ਸਾਹਿਬ ਜੀ ਹੋਣੀ ਵੀ ਉਹਨਾਂ ਨੇ ਵੀ ਬੇਨਤੀ ਆ ਕਿ ਮੈਨੂੰ ਇੱਕ ਟਕਸਾਲ ਦੇ ਸਤਿਕਾਰਯੋਗ ਮੈਂ ਦਰਸ਼ਨ ਨੀ ਕੀਤੇ ਉਹਨਾਂ ਦੇ ਬਹੁਤ ਸਤਿਕਾਰ ਵਾਲੇ ਸਿੰਘ ਹੋਏ ਨੇ ਦਰਬਾਰ ਸਾਹਿਬ ਦੇ ਵਿੱਚ ਭਾਈ ਸਾਹਿਬ ਉਹਨਾਂ ਦੇ ਨਾਲ ਉਹਨਾਂ ਸਾਥ ਦਿੱਤਾ ਮਤਲਬ ਜੰਗ ਲੜੀ ਇਹ ਭਾਈ ਸਾਹਿਬ ਭਾਈ ਗੋਪਾਲ ਸਿੰਘ ਜੀ ਸ਼ਹੀਦ ਕਰ ਲੈਂਦੇ ਆਪਾਂ ਕਰ ਲੈਂਦੇ ਉਹਨੇ ਸੁਣ ਲਈ ਆ ਤੇ ਬਾਅਦ ਚ ਉਹਨਾਂ ਨੂੰ ਪੁੱਛ ਲੈਂਦੇ ਹਾਂਜੀ ਜ਼ਰੂਰ ਇਹਨਾਂ ਨੂੰ ਪੁੱਛਿਓ ਜੇ ਬਾਬਾ ਭਾਈ ਗੋਪਾਲ ਸਿੰਘ ਜੀ ਸ਼ਹੀਦ ਮੇਰਾ ਜਾਤੀ ਤੌਰ ਤੇ ਬਹੁਤ ਮਨ ਕਰਦਾ ਉਹਨਾਂ ਦੇ ਦਰਸ਼ਨ ਕਰਨ ਨੂੰ ਸਤਿਗੁਰ ਕਿਰਪਾ ਕਰਨ ਕਿਤੇ ਮੈਂ ਇੱਥੋਂ ਜਾ ਕੇ ਵੀ ਕਰਕੇ ਆਵਾਂ ਮੈਨੂੰ ਕਿਸੇ ਸਿੰਘ ਨੇ ਦੱਸਿਆ ਸੀ ਕਿ ਉਹ ਇੱਕ ਬਹੁਤ ਬੰਦਗੀ ਵਾਲੀ ਰੂਹ ਆ ਉਹਨਾਂ ਨੂੰ ਜ਼ਰੂਰ ਕਿਤੇ ਲੱਭ ਕੇ ਤੇ ਲੈ ਕੇ ਆਇਆ ਜੀ ਕਿਉਂਕਿ ਬਾਬਾ ਗੋਪਾਲ ਸਿੰਘ ਜੀ ਉਹਦੇ ਜ਼ਰੂਰ ਲੈ ਕੇ ਆਇਆ ਜੀ ਉਹਨਾਂ ਨੂੰ ਵਾਹਿਗੁਰੂ ਜੀ ਬਹੁਤ ਸਮਾਂ ਲੈਂਦਾ ਵਾਹਿਗੁਰੂ ਜੀ ਆਪਣਾ ਨਾਂ ਦੱਸਿਓ ਦੁਆਰਾ ਕੀ ਸੀ ਦੱਸਿਆ ਤੁਸੀਂ ਨਾਂ ਆਪਣਾ ਕੁਲਦੀਪ ਸਿੰਘ ਬੈਲਜੀਅਮ ਤੋਂ ਸੀਗੇ ਤੇ ਜਿੰਨਾ ਜਿਹੜਾ ਉਹਨਾਂ ਨੇ ਭਾਈ ਗੋਪਾਲ ਸਿੰਘ ਜੀ ਦਾ ਸ਼ਾਇਦ ਪੁੱਛਿਆ ਤੁਸੀਂ ਸੁਣੀ ਲਿਆ ਸਾਰਾ ਕੁਛ ਸੰਜੀਵ ਬਾਬਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਗੋਪਾਲ ਸਿੰਘ ਸ਼ਹੀਦ ਜੀ ਹੈਗੇ ਨੇ ਜੀ ਮਹਿਤੇ ਪਿੰਡ ਤੋਂ ਸੀ ਉਹ ਹਾਂਜੀ ਕਿਰਪਾ ਕਰੇ ਉਹ ਇੱਥੇ ਹੀ ਨੇ ਅਮਰੀਕਾ ਦੇ ਵਿੱਚ ਆ ਹਾਂਜੀ ਉਹ ਕੈਲੀਫੋਰਨੀਆ ਨੇ ਠੀਕ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਤਾਂ ਜੇ ਉਹ ਆ ਸਕਦੇ ਨੇ ਆਪਣੇ ਨਾਲ ਵਿਚਾਰ ਸਾਂਝੇ ਕਰ ਸਕਦੇ ਨੇ ਬਹੁਤ ਵਧੀਆ ਗੱਲ ਹੋਵੇਗੀ ਤੇ ਉਹਨਾਂ ਨੂੰ ਕਿਉਂਕਿ ਉਹ ਵੀ ਮੇਰੇ ਨਾਲ ਹੀ ਅਸੀਂ ਰੈਸਟ ਇਕੱਠੇ ਹੋਏ ਸੀਗੇ ਆਪਾਂ ਜ਼ਰੂਰ ਉਹਨਾਂ ਦਾ ਨੰਬਰ ਦਿਓ ਤੇ ਮੇਰਾ ਤਾਂ ਕੰਮ ਹੀ ਇਹ ਹੈ ਵੀ ਜਿੱਥੇ ਜਿੱਥੇ ਵੀ ਸਿੰਘ ਬੈਠੇ ਆ ਉਹਨਾਂ ਨੂੰ ਸੰਗਤ ਦੇ ਸਾਹਮਣੇ ਉਹਨਾਂ ਦੇ ਮਨ ਦੀਆਂ ਗੱਲਾਂ ਉਸ ਵੇਲੇ ਦੀਆਂ ਯਾਦਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾਣ ਤਾਂ ਹੀ ਉਹ ਤਾਂ ਆਪਾਂ ਅੱਜ ਤੋਂ ਸ਼ੁਰੂ ਕਰਤਾ ਪ੍ਰੋਗਰਾਮ 6 ਜੂਨ ਤੱਕ ਇਸ ਤਰ੍ਹਾਂ ਚੱਲਣਾ ਹਰ ਰੋਜ਼ ਹਾਂਜੀ 6 ਜੂਨ ਨੂੰ ਅਸੀਂ ਤਕਰੀਬਨ 12:30 ਦੇ ਕਰੀਬ ਇਕੱਠੇ ਹੀ ਰੈਸਟ ਹੋਏ ਸੀਗੇ ਜੀ ਅੱਛਾ ਜੀ ਉਹ ਲੈ ਕੇ ਗਏ ਨੇ ਕੁਤਵਾਲੀ ਚ ਠੀਕ ਹੈ ਹਾਂਜੀ ਹਾਂਜੀ ਤੇ ਆਪਾਂ ਜਦੋਂ ਸੰਤਾਂ ਦੇ ਪਰਿਵਾਰ ਰੋਡੇ ਪਿੰਡ ਦੀ ਗੱਲ ਕਰਦੇ ਸੀ ਤੁਸੀਂ ਦੱਸਿਆ ਕਿ ਉਹਨਾਂ ਦੇ ਵੱਡੇ ਭਾਈ ਜਗੀਰ ਸਿੰਘ ਜੀ ਉਹ ਸ਼ਹੀਦ ਹੋਏ ਉੱਥੇ ਹਾਂਜੀ ਭਾਈ ਸਵਰਨ ਸਿੰਘ ਉਹਨਾਂ ਦਾ ਬੇਟੇ ਸੀਗੇ ਅੱਛਾ ਮਤਲਬ ਸੰਤਾਂ ਦੇ ਭਤੀਜੇ ਜਿਹਨਾਂ ਨੂੰ ਉਹਨਾਂ ਦੀਆਂ ਤਾਂ ਫੋਟੋ ਦੇਖੀਆਂ ਵੀ ਆ ਸੰਗਤਾਂ ਨੇ ਬਹੁਤਿਆਂ ਨੇ ਪਰਿਵਾਰ ਚੋਂ ਹੋਰ ਵੀ ਨੇ ਮਤਲਬ ਕਿ ਮੈਨੂੰ ਹੁਣ ਪੂਰਾ ਨਾਂ ਨਹੀਂ ਉਹਨਾਂ ਦੇ ਰਿਸ਼ਤੇ ਵਿੱਚੋਂ ਵੀ ਰਿਸ਼ਤੇਦਾਰਾਂ ਪਰਿਵਾਰ ਰਿਸ਼ਤੇਦਾਰੀ ਵਿੱਚੋਂ ਵੀ ਸੀਗੇ ਸਿੰਘ ਜਿਹੜੇ ਸ਼ਹੀਦ ਹੋਏ ਨੇ ਉੱਥੇ ਜੀ ਹਾਂਜੀ ਜੇ ਭਾਈ ਜਗੀਰ ਸਿੰਘ ਜੀ ਉਹੀ ਮਤਲਬ ਸਿੰਘ ਜੀ ਹਨ ਜਿਹੜੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਦੇ ਪਿਤਾ ਜੀ ਹਾਂਜੀ ਜਸਵੀਰ ਸਿੰਘ ਰੋਡੇ ਉਹਨਾਂ ਦੇ ਪਿਤਾ ਜੀ ਨੇ ਜੀ ਠੀਕ ਹੈ ਹਾਂਜੀ ਤੇ ਜਿੱਦਾਂ ਹੋ ਆਪਾਂ ਬੀਬੀਆਂ ਦੀ ਵੀ ਗੱਲ ਕਰਦੇ ਸੀ ਉਹ ਸ਼ਹੀਦ ਹੋਈਆਂ ਤੇ ਹੋਰ ਵੀ ਜਿੱਦਾਂ ਸੰਗਤ ਬਹੁਤ ਹੋਈ ਹੋਊਗੀ ਤੇ ਕਿੰਨੇ ਕੁ ਸਿੰਘ ਸੀਗੇ ਜਿਹੜੇ ਸੰਤਾਂ ਦੇ ਦੇ ਨਾਲ ਸਨ ਜਿਨ੍ਹਾਂ ਨੇ ਉਸ ਵੇਲੇ ਦੀ ਸਰਕਾਰ ਦੇ ਨਾਲ ਮਤਲਬ ਐਨ ਡਟ ਕੇ ਮਤਲਬ ਇੰਨੇ ਦਿਨ ਲੜਾਈ ਲੜੀ ਆ ਦੇਖੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਸਾਰੀ ਸੰਗਤ ਜਿੰਨੀ ਵੀ ਉੱਥੇ ਸੀਗੀ ਜਿੱਥੇ ਜਿੰਨਾ ਜਿੰਨਾ ਵੀ ਕੋਈ ਯੋਗਦਾਨ ਪਾ ਸਕਦਾ ਸੀਗਾ ਕੋਈ ਥੋੜ੍ਹੀ ਸੀ ਉਹ ਮਤਲਬ ਮੂਰਤੀ 'ਚ ਲੜ ਹੀ ਸਕਦੇ ਸੀ ਕੋਈ ਆਪਣਾ ਜਿੰਨੀ ਸੇਵਾ ਇੱਧਰ ਉੱਧਰ ਸਮਾਨ ਪਹੁੰਚਾਉਣ ਦੀ ਜਾਂ ਮਤਲਬ ਕਿ ਸਿੰਘਾਂ ਨੂੰ ਮਣ ਮਿੱਟੀ ਜਲ ਪਾਣੀ ਦੀ ਸੇਵਾ ਜਾਂ ਹੋਰ ਵੀ ਜਿੰਨੀ ਸੇਵਾ ਕਰਦੇ ਸੀਗੇ
ਸਾਰਿਆਂ ਦਾ ਧੰਨਵਾਦ ਸਾਰਿਆਂ ਤੇ ਲੜਨ ਵਾਲੇ ਸਿੰਘ ਤਕਰੀਬਨ ਜਿਹੜੇ 150 ਤੋਂ 200 ਤੱਕ ਸੀਗੇ ਸਾਰਾ ਜੀ 150 ਤੋਂ ਤੇ ਉਧਰ ਫੌਜ ਕਿੰਨੀ ਕਿ ਸੀ ਹੋਊਗੀ ਜਿੱਦਾਂ ਤੁਹਾਨੂੰ ਮਤਲਬ ਅੰਦਾਜ਼ੇ ਨਾਲ ਵੀ ਕਿੰਨੀ ਕੁ ਫੌਜ ਸੀ ਜਿਹੜੀ ਉੱਥੇ ਮਾਰੀ ਵੀ ਗਈ ਆ ਤੇ ਜਾਂ ਜਿਹੜੀ ਉਹਨੀ ਭਾਰਤ ਸਰਕਾਰ ਨੇ ਭੇਜੀ ਕਿੰਨੀ ਕੁ ਫੌਜ ਭੇਜ ਦਿੱਤੀ ਸੀ ਕਿ ਜਿਹਨਾਂ ਨੇ ਘੇਰਾ ਪਾਇਆ ਸੀ ਮਾਰੀ ਦਾ ਤਾਂ ਜੀ ਮੈਨੂੰ ਪਤਾ ਨਹੀਂ ਹੈਗਾ ਜਿਹੜਾ ਸਾਡੇ ਤੇ ਕੇਸ ਪਾਇਆ ਸੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ 83 ਬੰਦੇ ਮਾਰਤੇ ਅੱਛਾ ਜੀ ਤੇ ਬਾਕੀ ਪਤਾ ਨਹੀਂ ਵੀ ਕਿੰਨੇ ਮਰੇ ਨੇ ਇਹ ਤਾਂ ਉਹ ਦੱਸ ਸਕਦੇ ਨੇ ਜਾਂ ਜਿਹੜਾ ਮਤਲਬ ਕਿ ਉਸ ਵੇਲੇ ਜਿਹੜੇ ਸੀ ਜ਼ਿੰਮੇਵਾਰ ਵਿਅਕਤੀ ਉਹਨਾਂ ਦੇ ਉਹ ਦੱਸ ਸਕਦੇ ਨੇ ਤੇ ਪਰ ਮਰੀ ਉਹਨਾਂ ਦੀ ਕਾਫੀ ਆ ਫੌਜ ਗਿਣਤੀ ਵਿੱਚ ਮਤਲਬ ਸਰਕਾਰਾਂ ਕਹਿ ਇੱਦਾਂ ਦੱਸਣਾ ਵੀ ਨਹੀਂ ਚਾਹੁੰਦੀਆਂ ਵੀ ਇੱਕ ਛੋਟੀ ਜਿਹੀ ਲੜਾਈ ਦੇ ਵਿੱਚ ਵੀ ਕਿੰਨੀ ਫੌਜ ਮਰ ਗਈ ਜਿਸ ਹਿਸਾਬ ਨਾਲ ਦੱਸਦੇ ਆ ਵੀ ਉੱਥੇ ਕਈ ਜਿਹੜੀ ਬਟਾਲੀਅਨ ਦੇ ਤੌਰ 'ਤੇ ਵੀ ਜਿਹੜੇ ਆਏ ਉਹ ਮਤਲਬ ਸਿੰਘਾਂ ਨੇ ਪਹਿਲਾਂ ਹੀ ਜਦੋਂ ਮਤਲਬ ਮੋਰਚਾਬੰਦੀ ਜਨਰਲ ਸੁਖਵੀਰ ਸਿੰਘ ਜੀ ਦੀ ਇੱਦਾਂ ਦੀ ਸੀਗੀ ਵੀ ਉਹ ਅੱਗੇ ਵਧੇ ਨਹੀਂ ਸਕੇ ਤਾਂ ਕਰਕੇ ਟੈਂਕ ਲਿਆਉਣੇ ਪਏ ਹਾਂਜੀ ਉਹ ਆਪਾਂ ਕਰਾਂਗੇ ਵਿਚਾਰ ਅਗਲੇ ਵਿਚਾਰ ਦੇ ਵਿੱਚ ਹਾਂਜੀ ਅਗਲੇ ਐਪੀਸੋਡ 'ਚ ਕਰਾਂਗੇ ਸਾਰੀ ਲੜਾਈ ਕਿੱਦਾਂ ਕਿੱਦਾਂ ਹੋਈ ਆ ਉਹ ਵੱਖਰਾ ਚੈਪਟਰ ਆਪਾਂ ਅੱਜ ਤੇ ਜਿਹੜੇ ਮੁੱਖ ਪਾਤਰ ਆ ਉਹਨਾਂ 'ਤੇ ਗੱਲ ਕਰ ਰਹੇ ਹਾਂ ਵੀ ਹਾਂ ਹਾਂ ਅਤੇ ਉਸ ਵੇਲੇ ਖਾਸ ਤੌਰ 'ਤੇ ਜਿਹੜੇ ਅਕਾਲੀ ਦਲ ਸੀ ਜਾਂ ਅਕਾਲੀ ਦਲ ਦੇ ਡਿਕਟੇਟਰ ਸੀਗੇ ਹਰਚੰਦ ਸਿੰਘ ਲੌਂਗੋਵਾਲ ਗੁਰਚੰਦ ਸਿੰਘ ਟੌੜਾ ਜਾਂ ਕੌਣ ਕੌਣ ਸੀਗੇ ਜਿਹੜੇ ਉਹ ਵੀ ਉੱਥੇ ਦਰਬਾਰ ਸਾਹਿਬ ਸੀ ਅਤੇ ਜਿਹੜੇ ਬਾਅਦ ਦੇ ਵਿੱਚ ਮਤਲਬ ਉਹਨਾਂ ਦਾ ਕੀ ਰੋਲ ਰਿਹਾ ਉਸ ਵੇਲੇ ਉੱਥੇ ਉਹਨਾਂ ਦਾ ਰੋਲ ਉੱਥੇ ਮਤਲਬ ਕਿ ਦੇਖੋ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਗੱਲਬਾਤ ਫੋਨ 'ਤੇ ਕੋਈ ਗੱਲਬਾਤ ਹੋਈ ਹੋਵੇ ਤਾਂ ਮੈਂ ਕਹਿੰਦਾ 3 ਤਰੀਕ ਟੌੜਾ ਸਾਹਿਬ ਗੱਲਬਾਤ ਜ਼ਰੂਰ ਹੋਈ ਹੈ ਆਪਣਾ ਨਿੱਜੀ ਤੌਰ 'ਤੇ ਵੀ ਹਾਂ ਅਤੇ ਪਰ ਉਹਦੇ ਵਿੱਚ ਸੰਤ ਇਸ ਗੱਲ 'ਤੇ ਸੀਗੇ ਵੀ ਹੁਣ ਸਮਾਂ ਮੰਗ ਕਰਦਾ ਵੀ ਜਦੋਂ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਸਮੇਂ ਤਾਂ ਸਾਡਾ ਪਹਿਲਾਂ ਇਹਨਾਂ ਮੰਗਾਂ ਨਾਲ ਨਹੀਂ ਸਰਨਾ ਹੁਣ ਬਾਬਾ ਜੀ ਅੱਜ ਦੇ ਪ੍ਰੋਗਰਾਮ ਨੂੰ ਆਪਾਂ ਜਿੱਦਾਂ ਸਮਾਪਤੀ ਵੱਲ ਵੱਧਦੇ ਹਾਂ ਜਿੱਦਾਂ ਮੇਨ ਜਿੱਦਾਂ ਕਿਉਂਕਿ ਸੁਨੇਹਾ ਕੀ ਦੇਣਾ ਚਾਹੁੰਦੇ ਹਾਂ ਜਿਹੜਾ ਉਸ ਵੇਲੇ ਘੱਲੂ ਘਰ ਆ ਵਾਪਰਿਆ ਅੱਜ ਦਾ ਬਹੁਤ ਲੋਕਾਂ ਦਾ ਵਿਚਾਰ ਇੱਦਾਂ ਬਈ ਇਹ ਤਾਂ ਸੰਤਾਂ ਨੂੰ ਉੱਥੇ ਅਕਾਲ ਤਖ਼ਤ 'ਤੇ ਨਹੀਂ ਸੀ ਜਾਣਾ ਚਾਹੀਦਾ ਉੱਥੇ ਹਥਿਆਰ ਨਹੀਂ ਸੀ ਲਿਜਾਣੇ ਚਾਹੀਦੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸਰਕਾਰ ਤਾਂ ਕਰੇ ਮਤਲਬ ਜਿਹੜੇ ਵਿਰੋਧ ਦੇ ਵਿੱਚ ਹੁੰਦੇ ਉਹ ਤਾਂ ਕਰਦੇ ਹੁੰਦੇ ਕਈ ਵਾਰੀ ਆਪਣੇ ਜਿਹੜੇ ਸਿੱਖ ਕੌਮ ਨਾਲ ਸੰਬੰਧਿਤ ਲੋਕ ਆ ਉਹ ਵੀ ਇੱਦਾਂ ਦੀਆਂ ਜਿੱਦਾਂ ਮਤਲਬ ਢੁੱਚਰਾਂ ਡਾਉਂਦੇ ਆ ਜਾਂ ਸਵਾਲ ਕਰਦੇ ਆ ਮੀਡੀਆ 'ਚ ਵੀ ਕਈ ਵਾਰੀ ਇੱਦਾਂ ਦੇ ਸਵਾਲ ਆਉਂਦੇ ਆ ਤੁਹਾਨੂੰ ਵੀ ਸ਼ਾਇਦ ਕਈ ਵਾਰੀ ਪੁੱਛਦੇ ਹੋਣ ਸੰਤਾਂ ਨੂੰ ਉੱਥੇ ਅਕਾਲ ਤਖ਼ਤ 'ਤੇ ਜਾਣ ਦੀ ਕੀ ਲੋੜ ਪਈ ਸੀ ਬਿਲਕੁਲ ਜੀ ਉਹ ਇਹ ਗੱਲਾਂ ਵਿਚਾਰਾਂ ਜਿਹੜੇ ਕਰਦੇ ਨੇ ਜੀ ਉਹਨਾਂ ਨੂੰ ਮੈਂ ਇਹੀ ਬੇਨਤੀ ਕਰੂੰਗਾ ਵੀ ਜਿਹੜਾ ਜਿੰਨੇ ਮੋਰਚੇ ਲੱਗੇ ਨੇ ਉਹ ਸ੍ਰੀ ਅਕਾਲ ਸਾਹਿਬ ਤੋਂ ਹੀ ਮੋਰਚੇ ਸ਼ੁਰੂ ਹੋਏ ਨੇ ਠੀਕ ਹੈ ਜੀ ਤੇ ਖਾਲਸਾ ਪੰਥ ਦਾ ਮਤਲਬ ਕਿ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਸਾਹਿਬ ਦੀ ਰਚਨਾ ਕੀਤੀ ਉਹ ਪਹਿਲਾਂ ਇੱਕ ਗੁਰਦੁਆਰੇ ਦੀ ਬਿਲਡਿੰਗ ਨਹੀਂ ਹੈਗੀ ਹਾਂਜੀ ਸਾਡਾ ਤਖ਼ਤ ਹੈ ਤਖ਼ਤ ਤੋਂ ਹੁਕਮਨਾਮੇ ਜਾਰੀ ਹੁੰਦੇ ਨੇ ਕੌਮ ਦੇ ਲਈ ਤਖ਼ਤ ਤੋਂ ਕੌਮ ਦੀ ਰਾਜਸੀ ਸ਼ਕਤੀ ਦੀ ਪ੍ਰਤੀਕ ਹੈ ਅਤੇ ਉੱਥੋਂ ਹੀ ਮੋਰਚੇ ਸ਼ੁਰੂ ਹੁੰਦੇ ਨੇ ਅਤੇ ਜਿਹੜੇ ਸ਼ਸਤਰਾਂ ਦੀ ਗੱਲ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਸ਼ਸਤਰਾਂ ਦੀ ਪੂਜਾ ਕੀਤੀ ਹੈ ਅਤੇ ਸਾਨੂੰ ਕਰਨੀ ਆਈ ਹੈ ਗੁਰੂ ਜੀ ਨੇ ਸ਼ਸਤਰਾਂ ਨੂੰ ਪੀਰ ਦਾ ਦਰਜਾ ਦਿੱਤਾ ਹੈ ਅਸ ਕਿਰਪਾਨ ਖੰਡੋ ਖੜਗ ਤੁਪਕ ਤਬ ਅਰ ਤੀਰ ਸਾਹਿਬ ਸਰੋਹੀ ਸਾਹਿਤੀ ਜਹ ਮਾਰੇ ਪੀਰ ਹਾਂਜੀ ਤੇ ਅਸੀਂ ਸ਼ਸਤਰਾਂ ਤੋਂ ਕਦੇ ਵੱਖ ਨਹੀਂ ਹੋ ਸਕਦੇ ਸ਼ਸਤਰ ਜਿਹੜਾ ਹੈ ਇਹ ਸਾਡੇ ਲਈ ਸਾਡੇ ਅੰਗ ਰੱਖਿਅਕ ਨੇ ਹਾਂ ਸ਼ਸਤਰ ਰੱਖ ਕੇ ਕਿਸੇ 'ਤੇ ਜ਼ੁਲਮ ਕਰਨਾ ਕਿਸੇ ਨੂੰ ਲੁੱਟਣਾ ਕਿਸੇ ਨੂੰ ਮਾਰਨਾ ਇਹ ਮਾੜਾ ਹੈ ਸ਼ਸਤਰ ਰੱਖ ਕੇ ਆਪਣੀ ਹਿਫਾਜ਼ਤ ਕਰਨੀ ਕਿਸੇ ਗੁਰਬੀਣ ਦੀ ਰੱਖਿਆ ਕਰਨੀ ਇਹ ਸਾਨੂੰ ਗੁਰੂ ਸਾਹਿਬ ਦੇ ਸਿਧਾਂਤ ਨੇ ਸਿਖਾਇਆ ਹੈ ਇਹ ਸਾਡੀ ਕਦਾਚਿਤ ਵੀ ਐਸੀ ਵਿਚਾਰਧਾਰਾ ਨਹੀਂ ਹੋਣੀ ਚਾਹੀਦੀ ਸਾਨੂੰ ਮਾਣ ਹੋਣਾ ਚਾਹੀਦਾ ਇਸ ਗੱਲ ਦੇ ਉੱਤੇ ਤੀਰੋ ਤਫੰਗੋ ਵੱਡੋ ਰਾਮ ਜੰਗੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡੀ ਸਾਨੂੰ ਸ਼ਸਤਰਾਂ ਦੀ ਵਿਚਾਰਧਾਰਾ ਨਾਲ ਜੁੜਿਆ ਹੈ ਇੱਥੋਂ ਤੱਕ ਵੀ ਮਹਾਰਾਜ ਨੇ ਬਚਨ ਕੀਤੇ ਨੇ ਕਿ ਭਾਈ ਬਿਨਾਂ ਸ਼ਸਤਰ ਕੇ ਸਿੰਘ ਨਾ ਦੇਵੋ ਦੀਦਾਰੇ ਹਾਂਜੀ ਗੁਰੂ ਦਾ ਸਿੰਘ ਹੀ ਗੁਰੂ ਦੇ ਇਹਨਾਂ ਹੁਕਮਾਂ ਦੀ ਪਾਲਣਾ ਨਹੀਂ ਕਰੂਗਾ ਤੇ ਉਲਟਾ ਉਹਦੇ ਨੁਕਤਾ ਚੀਨੀ ਕਰੂਗਾ ਤੇ ਫਿਰ ਧਾਰਾ ਵੀ ਰੱਖਿਆ ਉਹਨਾਂ ਦਾ ਹਾਂਜੀ ਤੇ ਆਪਣੇ ਬਾਬਾ ਜੀ ਜਿੱਦਾਂ ਅੱਜ ਮਤਲਬ 20 ਹੋ ਗਿਆ 1984 ਨੂੰ ਮਤਲਬ 36 ਸਾਲ ਹੋ ਗਿਆ
ਤੁਸੀਂ ਮਤਲਬ ਉਹ ਸਮਾਂ ਵੀ ਦੇਖਿਆ, ਮਹਾਂਪੁਰਖਾਂ ਦੇ ਨਾਲ ਵੀ ਦੇਖਿਆ, ਪਹਿਲਾਂ ਵੱਡੇ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਨਾਲ ਵੀ ਵੇਖਿਆ, ਜਾਂ ਟਕਸਾਲ ਦਾ ਇਤਿਹਾਸ ਪਹਿਲਾਂ ਵੀ ਜਿਹੜਾ ਉਹ ਦੇਖਿਆ, ਸਾਰਾ ਕੁਝ ਦੇਖਿਆ। ਜੇ ਅੱਜ ਤੁਸੀਂ ਬੇਸ਼ੱਕ ਅਮਰੀਕਾ ਦੇ ਵਿੱਚ ਆ, ਜੋ ਲੋਕਾਂ ਦਾ ਜਿਹੜਾ ਮਤਲਬ ਤਬਦੀਲੀ ਵੀ ਬਹੁਤ ਆਈ ਆ, ਲੋਕ ਸਿੱਖੀ ਵੱਲ ਆਏ ਵੀ ਬਹੁਤ ਆ, ਪਰ ਜਿਹੜੀ ਸੋਚ ਉਸ ਵੇਲੇ ਜਦੋਂ ਤੁਸੀਂ ਸੀਗੇ ਮੋਰਚੇ ਦੇ ਵਿੱਚ ਸੀ, ਜਾਂ ਧਰਮ ਯੁੱਧ ਮੋਰਚਾ ਲਾਇਆ ਸੀ, ਜਿਹੜੀ ਤੁਹਾਡੀ ਉਹ ਸੋਚ ਸੀਗੀ, ਅੱਜ ਬਾਹਰ ਬੈਠੇ ਸਿੱਖਾਂ ਨੂੰ ਦੇਖ ਕੇ ਤੁਹਾਨੂੰ ਲੱਗਦਾ ਵੀ ਸਾਰਿਆਂ ਸਿੱਖਾਂ 'ਚ ਉਹ ਸੋਚ ਹੈਗੀ ਆ? ਦੇਖੋ, ਬੇਨਤੀ ਹੈ ਵੀ ਇਸ ਵਿਸ਼ੇ ਦੇ ਉੱਤੇ ਆਪ ਆਪਣੀ ਬੁੱਧ ਹਜੇਤੀ ਵਰਣਤ ਭਿੰਨ ਭਿੰਨ। ਹਾਂਜੀ, ਇੰਨੀ ਜਿੰਨੀ ਕਿਸੇ ਦੀ ਪਰਮੇਸ਼ਰ ਨੇ ਬੁੱਧ ਬਖਸ਼ਿਸ਼ ਕੀਤੀ ਹੈ, ਓਨੀ ਓਨੀ ਉਹ ਆਪਣੀ ਵਿਚਾਰਧਾਰਾ ਦੀ ਗੱਲ ਕਰਦਾ। ਠੀਕ ਹੈ। ਜੋ ਗੁਰੂ ਸਾਹਿਬ ਦਾ ਸਿਧਾਂਤ ਹੈ, ਜੋ ਗੁਰੂ ਸਾਹਿਬ ਜੀ ਦੀ ਸਾਨੂੰ ਸਿੱਖਿਆ ਹੈ ਕਿ ਭਾਈ ਜਦੋਂ ਸਾਰੇ ਹੀਲੇ ਵਸੀਲੇ ਟੱਪ ਜਾਣ ਤਾਂ ਫਿਰ ਖਾਲਸੇ ਨੇ ਤਲਵਾਰ ਦੀ ਮੁੱਠ ਤੇ ਹੱਥ ਰੱਖਣਾ। ਹਾਂਜੀ। ਉਦੋਂ ਪਹਿਲਾਂ ਤੁਸੀਂ ਵਿਚਾਰ ਨਾਲ, ਚਿੱਠੀ ਪੱਤਰ ਨਾਲ, ਆਪਸ ਵਿੱਚ ਬੈਠ ਕੇ ਨਾਲ ਗੱਲਬਾਤ ਕਰੋ, ਅਤੇ ਜੇ ਤੁਹਾਡੀ ਕੋਈ ਮਤਲਬ ਕਿ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਗੱਲਬਾਤ ਦੀ, ਫਿਰ ਤੁਸੀਂ ਉਸ 'ਤੇ ਪਹਿਰਾ ਦੇਣਾ। ਅਤੇ ਇਹ ਸਿਧਾਂਤ ਗੁਰੂ ਸਾਹਿਬ ਨੇ ਆਪ ਆਪਣੇ ਜੀਵਨ ਕਾਲ ਵਿੱਚ ਅਪਣਾਇਆ ਹੈ। ਹਾਂਜੀ। ਜਿਹੜਾ ਗੁਰੂ ਸਾਹਿਬ ਸੱਚੇ ਪਾਤਸ਼ਾਹ, ਮੈਂ ਇਹੋ ਬੇਨਤੀ ਕਰਦਾ ਵੀ ਜਿਹੜੀ ਸ਼ਰਧਾ ਭਾਵਨਾ ਜਿਹੜੀ ਹੈ, ਇਹ ਕਈ ਵਾਰੀ ਸਾਨੂੰ ਆਪਾਂ ਆਮ ਕਹਿੰਦੇ ਨੇ ਵੀ ਅੰਨੀ ਸ਼ਰਧਾ ਨਹੀਂ ਹੋਣੀ ਚਾਹੀਦੀ। ਅੱਛਾ ਜੀ। ਅੰਨੀ ਸ਼ਰਧਾ ਜਿਹੜੀ ਹੈ ਗੁਰਮੁਖ ਪਿਆਰੋ, ਜਿੰਨਾ ਚਿਰ ਨਹੀਂ ਆਪਾਂ ਰੱਖਾਂਗੇ, ਜੀਤੇ ਰੱਖ ਰਹੇ ਹਾਂ ਉਹ ਇੰਨਾ ਨਾ ਹੋਵੇ ਅੱਗੇ। ਹਾਂ। ਜਿਹਦੇ ਤੁਸੀਂ ਸ਼ਰਧਾ ਰੱਖ ਰਹੇ ਹੋ, ਜਿਹਦੇ ਭਾਵਨਾ ਰੱਖ ਰਹੇ ਹੋ, ਉਹ ਅੱਗੋਂ ਇੰਨਾ ਨਾ ਹੋਵੇ। ਅੰਨਾ ਅੱਗੋਂ ਜੇਤੀ ਹੈ ਸਭ ਸਾਥ ਮੁਹਾਵੈ। ਠੀਕ। ਉਹ ਫਿਰ ਆਪਣੇ ਸਾਥ ਨੂੰ ਲੈ ਕੇ ਆਪ ਹੀ ਡੁੱਬ ਜੂਗਾ। ਪਰ ਲੇਕਿਨ ਗੁਰੂ ਸਾਹਿਬ ਦੇ ਬਚਨਾਂ ਤੇ, ਗੁਰੂ ਸਾਹਿਬ ਦੇ ਹੁਕਮ ਤੇ ਸਾਨੂੰ ਸ਼ਰਧਾ ਭਾਵਨਾ ਰੱਖਣੀ ਪਊਗੀ, ਉਹਦੇ ਹੁਕਮ ਅਨੁਸਾਰ ਸਾਨੂੰ ਚੱਲਣਾ ਪਊਗਾ। ਠੀਕ ਹੈ। ਇਹ ਬਾਬਾ ਜੀ, ਜਿੱਦਾਂ ਤੁਸੀਂ ਸ਼ਰਧਾ ਦੀ ਗੱਲ ਕਰਦੇ, ਵਿਅਕਤੀਗਤ ਤੇ ਤਾਂ ਆਪਾਂ ਕਹਿ ਸਕਦੇ ਕਿ ਇੰਨੀ ਸ਼ਰਧਾ ਨਾ ਹੋਵੇ, ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਜਾਂ ਧਰਮ ਤੇ, ਉਹਦੇ 'ਤੇ ਸ਼ਰਧਾ ਕਹਿੰਦੇ ਬੰਦਾ ਉਹ ਹੀ ਧਰਮ ਦਾ ਪੱਕਾ ਰਹਿ ਸਕਦਾ ਜਿਹੜਾ ਜਨੂਨ ਹੋਵੇ ਉਹਨੂੰ ਪੂਰਾ ਧਰਮ ਦਾ। ਬਿਲਕੁਲ ਜੀ, ਮੈਂ ਉਹੀ ਦੱਸਦਾ ਵੀ ਹੁਣ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਬਾਚਨ ਨੇ, ਭਾਈ ਨਾਨਕ ਅੱਖੜੀਆਂ ਬਿਆਨ ਜਿਨੀ ਦੱਸਣ ਦੋ ਮਹਾਂਪਿਰੀ। ਠੀਕ। ਅੰਧੇ ਇਹ ਨਾ ਆਖੀਏ ਜਨਮੁਖ ਨੋਏ ਨਾ ਹੈ, ਅੰਧੇ ਸਹੀ ਨਾਨਕਾ ਕਸਮੋ ਕਿੱਥੇ ਜਾਏ। ਸੋ ਜਿਹੜੀ ਸ਼ਰਧਾ ਭਾਵਨਾ ਜੇ ਆਪਣੇ ਗੁਰੂ ਤੇ ਆਪਣੇ ਇਸ ਤੇ, ਅੱਜ ਉਹਨਾਂ ਦੀ ਵੀ ਉਂਗਲਾਂ ਉੱਠ ਰਹੀਆਂ ਨੇ। ਹਾਂਜੀ। ਮਹਾਰਾਜ ਉਹਨਾਂ ਨੂੰ ਸਮਤ ਬਖਸ਼ਣ, ਅਸੀਂ ਤਾਂ ਇਹੀ ਕਹਿੰਦੇ ਹਾਂ ਭਾਈ ਉਹਨਾਂ ਲਈ ਇਹੀ ਅਰਦਾਸ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਸਮਤ ਬਖਸ਼ੋ ਜਿਹੜੇ ਐਸੇ ਲੋਕ ਗੁਰੂ ਸਾਹਿਬ ਤੇ ਵੀ ਕਿੰਤੂ ਪ੍ਰੰਤੂ ਕਰ ਰਹੇ ਨੇ। ਹਾਂਜੀ। ਅਸੀਂ ਇਸ ਕਰਕੇ ਬਾਬਾ ਜੀ ਜਿਹੜਾ ਮਤਲਬ ਮੈਂ ਸਵਾਲ ਵੀ ਇਸ ਕਰਕੇ ਕੀਤਾ ਵੀ ਜਿਹੜਾ 1984 ਦੇ ਵਿੱਚ ਜਿਸ ਵੇਲੇ ਤੁਸੀਂ ਮਤਲਬ ਉਸ ਵੇਲੇ ਸ਼ਰਧਾ ਜਿਹੜੀ ਮਤਲਬ ਲੀਡਰ ਤੇ ਮਤਲਬ ਸੰਤ ਜਰਨੈਲ ਸਿੰਘ ਸੀਗੇ ਜੀ, ਉਹਨਾਂ ਦੇ ਨਾਲ ਜਿਹੜੀ ਮਤਲਬ ਤੁਹਾਡੀ ਸਹਿਮਤੀ ਸੀ, ਉਹ ਤਾਂ ਇੱਕ ਵੱਖਰੀ ਚੀਜ਼ ਹੈ। ਪਰ ਅੱਜ ਤਾਂ ਕੋਈ ਬੰਦਾ ਕਿਸੇ ਨੂੰ ਲੀਡਰ ਵੀ ਮੰਨਣ ਨੂੰ ਤਿਆਰ ਨਹੀਂ, ਕੋਈ ਸੰਸਥਾ ਨੂੰ ਮੰਨਣ ਨੂੰ ਤਿਆਰ ਨਹੀਂ, ਉਹ ਤਾਂ ਛੱਡੋ ਗੁਰੂ ਸਾਹਿਬਾਂ 'ਤੇ, ਜਿੱਦਾਂ ਤੁਸੀਂ ਆਪੇ ਕਿਹਾ ਵੀ ਉੱਧਰ ਨੂੰ ਵੀ ਧਰਮ 'ਤੇ ਵੀ ਮਤਲਬ ਕਿੰਤੂ ਪ੍ਰੰਤੂ, ਸਿਧਾਂਤਾਂ 'ਤੇ ਵੀ ਕਿੰਤੂ ਪ੍ਰੰਤੂ, ਹਰ ਚੀਜ਼ ਨੂੰ ਨਿੰਦਿਆ ਜਾ ਰਿਹਾ, ਹਰ ਬੰਦੇ ਨੂੰ ਨਿੰਦਿਆ ਜਾ ਰਿਹਾ, ਹਰ ਕੋਈ ਇਹ ਕਹਿ ਰਿਹਾ ਕਿ ਮੈਂ ਸਹੀ ਹਾਂ ਬਾਕੀ ਸਾਰੇ ਗਲਤ ਆ। ਮੈਂ ਤੁਹਾਨੂੰ ਉਹੀ ਬੇਨਤੀ ਕਰ ਰਿਹਾ ਵੀ ਜਿਹੜਾ ਵਿਸ਼ਵਾਸ ਹੈ ਨਾ ਜੀ, ਹਾਂਜੀ, ਵਿਸ਼ਵਾਸ ਦੀ ਇੱਕ ਐਸੀ ਵਸਤੂ ਹੈ ਬਗੈਰ ਦੇ ਵਿੱਚ ਪ੍ਰੇਮ ਨਹੀਂ ਉਪਜ ਸਕਦਾ। ਮਹਾਰਾਜ ਭਾਵ ਪੰਕਤੀ ਆਉਂਦੀ ਹੈ ਵੀ ਸਾਧ ਸੰਗਤ ਬਿਨ ਭਾਉ ਨਹੀਂ ਉਪਜੈ। ਠੀਕ। ਭਾਵ ਬਿਨ ਭਗਤ ਨਾ ਹੋਏ ਤੇਰੀ। ਹਾਂਜੀ। ਗੁਰੂ ਕੀ ਸੰਗਤ ਤੋਂ ਬਗੈਰ ਪ੍ਰੇਮ ਨਹੀਂ ਉਪਜਦਾ, ਪ੍ਰੇਮ ਤੋਂ ਬਗੈਰ ਭਗਤੀ ਬੰਦਗੀ ਨਹੀਂ ਹੋ ਸਕਦੀ। ਠੀਕ ਹੈ। ਉਹ ਇਸ ਕਰਕੇ ਅੱਜ ਦਾ ਸਮਾਂ ਜਿਹੜਾ ਉਹ ਕਹਿੰਦਾ ਵੀ ਮੇਰੀ ਗੱਲ ਸੁਣੋ, ਜੋ ਮੈਂ ਕਹਿ ਰਿਹਾ ਉਹ ਤੁਸੀਂ ਮੰਨੋ, ਤੁਸੀਂ ਮੈਨੂੰ ਸੁਣਾਓ ਨਾ, ਮੈਨੂੰ ਹੋਰ ਕਿਸੇ ਮੇਰੇ ਕਿਸੇ ਦੇ ਉੱਤੇ ਮੈਨੂੰ ਵਿਸ਼ਵਾਸ ਨਹੀਂ ਹੈ। ਹਾਂਜੀ। ਉਹ ਕਹਿੰਦਾ ਮੇਰੀ ਗੱਲ ਮੇਰੀ ਵੱਡੀ ਹੈ, ਮੇਰੀ ਸੁਣੋ। ਹਾਂਜੀ। ਬਚਨ ਨੇ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਸ ਸੁਣੀ ਹੈ ਕਿਸ ਕਹੀ ਹੈ। ਹਾਂਜੀ। ਬਾਬਾ ਜੀ, ਜਿੱਦਾਂ ਪਿਛਲਾ ਇਤਿਹਾਸ ਆਪਾਂ ਕਹਿੰਦੇ ਹਾਂ ਵੀ ਪੁਰਾਤਨ ਸਿੰਘ ਹੋਏ ਆ, ਤੇ ਮਤਲਬ ਅੱਜ ਤਾਂ ਉਹ ਚੀਜ਼ਾਂ ਹੈ ਨਹੀਂ ਗਿਆ, ਪਰ ਤੁਸੀਂ ਤਾਂ ਉਹ ਚੀਜ਼ਾਂ ਦੇਖ ਲੁਕਾਰਾ 84 ਦੀ ਇਹਦੀ ਗੱਲ ਕਰ ਰਹੇ ਹਾਂ ਵੀ ਉਹ ਕ੍ਰਿਸ਼ਮੇ, ਉਹ ਮਤਲਬ ਕੁਦਰਤ ਨੇ ਮਤਲਬ ਜਿਹੜੀਆਂ ਆਪਾਂ ਕਹਿੰਦੇ ਜੀ ਮਤਲਬ ਕਿ ਜਿਹੜੀਆਂ
ਕ੍ਰਿਸ਼ਮੇ ਨਹੀਂ ਵਰਤਦੇ ਜਾਂ ਮਤਲਬ ਇਹੋ ਜਿਹੀਆਂ ਘਟਨਾਵਾਂ ਨਹੀਂ ਵਾਪਰਦੀਆਂ ਜਿਹਨੂੰ ਆਪਾਂ ਕਹਿੰਦੇ ਗੁਰੂ ਸਾਹਿਬ ਵੇਲੇ ਵਾਪਰਦੀਆਂ ਸੀ ਜਾਂ ਸਿੰਘ ਪੁਰਾਣੇ ਸੀ ਉਦੋਂ ਹੀ ਵਾਪਰਦੀਆਂ ਸੀ, ਹੁਣ ਤੇ ਇੱਦਾਂ ਦੀ ਗੱਲ ਹੈ ਹੀ ਨਹੀਂ, ਦੇਖਣ ਨੂੰ ਹੈ ਨਹੀਂ। ਦੇਖੋ ਮੈਂ ਬੇਨਤੀ ਕਰਾਂ ਭਾਈ ਰਘਵੀਰ ਸਿੰਘ ਜੀ, ਗੁਰਬਾਣੀ ਵਚਨ ਆਉਂਦਾ ਬਿਨ ਗਾਹਕ ਗੁਣ ਵੇਚੀਏ ਤਾਂ ਗੁਣ ਸਭ ਹੋ ਜਾਏ, ਠੀਕ ਤਾਂ ਗਾਹਕ ਜੇ ਮਿਲੇ ਤਾਂ ਗੁਣ ਲੱਖ ਬਕਾਏ। ਹਾਂਜੀ, ਜਿਹੜਾ ਉਸ ਮਾਰਗ ਦਾ ਪੰਧੀ ਕੋਈ ਬੰਦਾ ਹੋਊਗਾ, ਉਸ ਵਿਚਾਰਧਾਰਾ ਦਾ ਪੰਧੀ ਹੋਊਗਾ, ਉਹਦੇ ਨਾਲ ਵਿਚਾਰ ਕਰ ਸਕਦੇ ਹਾਂ। ਜਿਹੜਾ ਕਹਿੰਦਾ ਵੀ ਰੱਬ ਨੂੰ ਟਾਬੀ ਦੱਸਦਾ ਉਹਨੂੰ ਕੀ ਕਹਿ ਸਕਦੇ ਆਪਾਂ, ਠੀਕ ਆ। ਇਸ ਕਰਕੇ ਉਹਦਾ ਕਹਿੰਦੇ ਨੇ ਸਾਨੂੰ ਜੀ ਪ੍ਰਤੱਖ ਦਿਖਾਓ। ਦੇਖੋ ਬੇਨਤੀ ਇਹ ਹੈ ਵੀ ਗੁਰੂ ਸਾਹਿਬ ਦੇ ਜਿਹੜੇ ਬਚਨ ਨੇ, ਗੁਰੂ ਸਾਹਿਬ ਨੇ ਬੇਅੰਤ ਪ੍ਰਮਾਣ ਦਿੱਤੇ ਨੇ, ਐਸੀਆਂ ਬੇਅੰਤ ਸਾਖੀਆਂ ਪ੍ਰਮਾਣ ਆਉਂਦੇ ਨੇ ਕਿ ਸਾਨੂੰ ਉਹੋ ਜਿਹਾ ਜੀਵਨ, ਉਹੋ ਜਿਹੀ ਗੱਲਬਾਤ ਵਿਚਾਰਧਾਰਾ ਕਰਨੀ ਪੈਂਦੀ ਹੈ, ਬਣਾਉਣੀ ਪੈਂਦੀ ਹੈ। ਕਹੋ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ। ਹਾਂਜੀ, ਜੇ ਗੁੰਗੇ ਆਦਮੀ ਨੂੰ ਗੁੜ ਖਵਾ ਕੇ ਤੁਸੀਂ ਪੁੱਛੇ ਤਾਂ ਸਵਾਦ ਕਿਹੋ ਜਿਹਾ ਦੱਸ ਦੂ ਉਹ। ਜਿਵੇਂ ਭਾਰਤ ਸਰਕਾਰ ਵੱਲੋਂ ਉਸ ਵੇਲੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ, ਭਾਈ ਅਮਰੀਕ ਸਿੰਘ ਜੀ ਨੂੰ, ਜਨਰਲ ਸੁਵੇਗ ਸਿੰਘ ਨੂੰ ਦਿਖਾਇਆ ਗਿਆ ਜਾਂ ਪ੍ਰਚਾਰਿਆ ਗਿਆ, ਅਤੇ ਤੁਸੀਂ ਨਾਲ ਰਹਿਆਂ ਵਿਅਕਤੀਗਤ ਤੌਰ 'ਤੇ ਤੁਸੀਂ ਸੰਤਾਂ ਦੇ ਬਾਰੇ ਕਿੱਦਾਂ ਮਹਿਸੂਸ ਕਰਦੇ ਸੀ? ਦੇਖੋ ਮਹਾਂਪੁਰਖਾਂ ਨੇ ਜਿਹੜੇ ਬਚਨ ਕੀਤੇ ਨੇ ਨਾ ਉਹ ਐਲਾਨੀਆਂ ਕੀਤੇ ਨੇ, ਇਹ ਨਹੀਂ ਉਹਨਾਂ ਨੇ ਕੋਈ ਗੱਲਬਾਤ ਕੀਤੀ ਹੋਵੇ। ਪਹਿਲਾ ਬਚਨ ਉਹਨਾਂ ਨੇ ਕੀਤਾ ਜਦੋਂ ਉਹ ਆਪਣੇ 20 ਤਰੀਕ ਨੂੰ ਜਦੋਂ ਗ੍ਰਿਫਤਾਰੀ ਦਿੱਤੀ ਹੈ, ਠੀਕ ਹੈ, ਬਚਨ ਕੀਤਾ ਸੀਗਾ ਜਿਹੜਾ ਤੁਸੀਂ ਮੈਨੂੰ ਕ੍ਰਿਸ਼ਮੇ ਦੀ ਗੱਲ ਕਰ ਰਹੇ ਸੀਗੇ। ਸੰਤਾਂ ਨੇ ਇਸ ਗੱਲ ਨੂੰ ਸਟੇਜ ਤੇ ਕਿਹਾ ਕਿ ਚੱਕਰੀਆ ਸਮੇਂ ਦੀ ਹਕੂਮਤ ਮੁੱਖ ਮੰਤਰੀ ਮੈਨੂੰ ਸਜ਼ਾ ਦੇਵੇ ਦੇਖੇ, ਤੇ ਮੈਂ ਦਮਨਮੀ ਤਾਲ ਦਾ ਮਤਲਬ ਕਿ ਸੇਵ ਦਾਸ ਹੋਣ ਦੇ ਨਾਤੇ ਮੈਂ ਇਹ ਬੇਨਤੀ ਕਰ ਰਿਹਾ ਵੀ ਮੈਂ ਸਮੇਤ ਹੱਥਕੜੀਆਂ ਬੇੜੀਆਂ ਦੇ ਨਾਂ ਆ ਜਾਵਾਂ ਜੀ। ਅੱਛਾ ਜੀ। ਬਾਬਾ ਖੜਕ ਸਿੰਘ ਜੀ ਕੋਲੇ ਬੈਠੇ ਸੀ ਤੇ ਉਹਨਾਂ ਨੇ ਇਸ਼ਾਰਾ ਕੀਤਾ ਤੇ ਕਹਿੰਦੇ ਬਾਬਾ ਖੜਕ ਸਿੰਘ ਜੀ ਮੈਨੂੰ ਬਾਰ ਬਾਰ ਰੋਕ ਰਹੇ ਨੇ। ਅੱਛਾ ਜੀ। ਤੋ ਇਹ ਗੱਲਾਂ ਮੈਂ ਫਿਰ ਉਸਨੂੰ ਬੇਨਤੀ ਕਰਦਾ ਵੀ ਜੇ ਕੋਈ ਉਹਦਾ ਗਾਹਕ ਹੋਵੇ, ਉਸ ਵਿਚਾਰਧਾਰਾ ਦਾ ਹੋਵੇ, ਉਸ ਮੰਜ਼ਿਲ ਤੇ ਜਾਣ ਵਾਲਾ ਹੋਵੇ, ਇੱਕ ਨਹੀਂ ਉਸ ਮਹਾਂਪੁਰਸ਼ਾਂ ਵਿੱਚ ਅਸੀਂ ਕਈ ਕੋਈ ਕੁਛ ਦੇਖੇ ਹੈ। ਅੱਛਾ ਜੀ। ਕਈ ਕੁਝ ਵੇਖਿਆ ਤੇ ਇੱਥੋਂ ਤੱਕ ਕਿਉਂਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੇ ਬੇਅੰਤ ਬਚਨ ਨੇ ਤਾਂ ਰਿੱਧ ਸਿੱਧ ਨਾਵੈ ਕੀ ਦਾਸੀ, ਠੀਕ ਹੈ, ਇਹ ਸਭ ਕੁਝ ਹੁੰਦਾ ਹੈ। ਲੇਕਿਨ ਇਹ ਵੀ ਉਹਦੀ ਕਮਾਈ ਕਰਨੀ ਪੈਂਦੀ ਹੈ, ਕਮਾਈ ਕਰਦੇ ਨੇ ਜਿਹੜੇ ਸਿੰਘ ਉਹਨਾਂ ਨਾਲ ਵਾਪਰਦੀਆਂ ਨੇ ਵਿਚਾਰਧਾਰਾ ਉਸ ਮਾਰਗ ਦੇ ਪੰਥੀ ਨਾਲ ਵਿਚਾਰ ਸਾਂਝੀ ਕਰਦੇ ਨੇ। ਇੱਕ ਨਹੀਂ ਬੇਅੰਤ ਉਦਾਹਰਨਾਵਾਂ ਐਸੀਆਂ ਹੈਗੀਆਂ ਨੇ, ਪਰ ਲੇਕਿਨ ਅੱਜ ਦਾ ਸੋਸ਼ਲ ਮੀਡੀਆ ਉੱਤੇ ਵਿਚਾਰਾਂ ਕਰਨ ਦਾ ਸਮਾਂ ਨਹੀਂ ਭਾਈ ਰਘਵੀਰ ਸਿੰਘ ਜੀ। ਹਾਂਜੀ, ਠੀਕ। ਹਾਂ, ਕਿਉਂਕਿ ਇਹ ਤਾਂ ਬਾਲ ਦੀ ਖਲ ਨੂੰ ਵੀ ਲਾ ਕੇ ਕਹਿੰਦੇ ਨੇ ਜੀ ਵੀ ਇਹ ਨਹੀਂ ਆਏ ਨਹੀਂ ਆਏ ਉਹ ਦੱਸੋ ਵੀ ਮਤਲਬ ਕਿ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਬਚੇ ਨੇ ਉਹਨਾਂ ਤੇ ਵੀ ਕਿੰਤੂ ਕਰ ਰਹੇ ਨੇ। ਤੁਹਾਡਾ ਕਹਿਣ ਦਾ ਭਾਵ ਵੀ ਜਿਨ੍ਹਾਂ ਦੇ ਕੋਲ ਕੁਛ ਨਹੀਂ ਗਾ ਉਹ ਸਵਾਲ ਕਰ ਰਹੇ ਆ? ਬਿਲਕੁਲ ਜੀ, ਬਿਲਕੁਲ, ਉਹਨਾਂ ਨੂੰ ਪਤਾ ਹੀ ਨਹੀਂ ਜੀ। ਹਾਂਜੀ। ਤੇ ਬਾਬਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਖਿਰ ਦੇ ਵਿੱਚ ਤੁਸੀਂ ਆਪਣੇ ਵੱਲੋਂ, ਕਿਉਂਕਿ ਹਾਲੇ ਮੈਨੂੰ ਲੱਗਦਾ ਵੀ ਇੱਕ ਦੋ ਵਾਰੀ ਤੁਹਾਨੂੰ ਹੋਰ ਅਸੀਂ ਤੁਹਾਡੀਆਂ ਸੇਵਾਵਾਂ ਲਵਾਂਗੇ, ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਅਸੀਂ ਪ੍ਰੋਗਰਾਮ ਸ਼ੁਰੂ ਵੀ ਕੀਤਾ, ਬਾਜੇ ਕੋ ਵੱਲੋਂ ਉਪਰਾਲਾ ਕੀਤਾ, ਮੈਂ ਤੁਹਾਨੂੰ ਹੱਥ ਜੋੜ ਕੇ ਇਹ ਵੀ ਬੇਨਤੀ ਕਰਾਂਗਾ ਕਿ ਜਿਹੜੇ ਪੁਰਾਣੇ ਸਿੰਘ ਤੁਹਾਡੇ ਸੰਪਰਕ ਦੇ ਵਿੱਚ ਆ ਉਹਨਾਂ ਦੇ ਨੰਬਰ ਮੈਨੂੰ ਜ਼ਰੂਰ ਭੇਜੋ ਤਾਂ ਕਿ ਉਹਨਾਂ ਦੇ ਨਾਲ ਵੀ ਸਾਰਿਆਂ ਨਾਲ ਗੱਲਬਾਤ ਹੋ ਸਕੇ, ਅਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਮਤਲਬ ਅੱਜ ਤਾਈਂ ਗੱਲਾਂ ਨਹੀਂ ਸਾਹਮਣੇ ਆਈਆਂ ਉਹ ਵੀ ਅਸੀਂ ਆਪਣੇ ਆਪਣੀ ਕੌਮ ਨੂੰ ਦੱਸੀਏ ਤਾਂ ਜੋ ਉਹਨਾਂ ਨੂੰ ਸੱਚ ਦਾ ਅਸਲੀਅਤ ਦਾ ਪਤਾ ਲੱਗ ਸਕੇ। ਠੀਕ ਹੈ ਮਹਾਰਾਜ ਜੀ, ਬਹੁਤ ਧੰਨਵਾਦ ਆਪ ਜੀ ਦਾ। ਇੱਕ ਆਪ ਜੀ ਨੇ ਕੁਐਸਚਨ ਕੀਤਾ ਸੀ ਮੈਨੂੰ, ਮੇਰੇ ਦਿਮਾਗ 'ਚ ਆਇਆ ਵੀ ਤੁਸੀਂ ਪੁੱਛਿਆ ਜੀ ਤਾਂ ਗਿਣਤੀ ਕਿੰਨੀ ਸੀ ਫੌਜ ਦੀ? ਹਾਂਜੀ ਹਾਂਜੀ ਹਾਂਜੀ, ਉਹਦੇ ਬਾਰੇ 5 ਤਰੀਕ 5 ਜੂਨ ਨੂੰ 12:30 ਵਜੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਭਾਈ ਤਰਲੋਚਨ ਸਿੰਘ ਲੱਧੂ ਵਾਲੇ ਨੂੰ ਪੁੱਛਿਆ ਸੀਗਾ। ਅੱਛਾ ਜੀ। ਜਿਹੜਾ ਵਾਇਰਲੈਸ ਆਪਰੇਟਰ ਸੀਗਾ ਫੌਜੀ ਫੌਜ 'ਚੋਂ ਵੀ ਆਇਆ ਸੀ ਉਹ ਸਿੰਘ। ਓਕੇ ਜੀ। ਉਹਨੇ ਕਿਹਾ ਸੀ ਜੀ ਵੀ ਆਪਾਂ ਨੂੰ ਇਸ ਵੇਲੇ 1.5 ਲੱਖ ਫੌਜ ਦਾ ਘੇਰਾ। ਅੱਛਾ ਜੀ। ਜਿਹੜਾ ਮਤਲਬ ਕਿ ਉਹ 5 ਜੂਨ 12:30 ਦੇ ਕਰੀਬ ਉਹਨੇ ਜੋ ਸੁਣਿਆ ਬੈਲੈਂਸ ਤੇ ਜੋ ਗੱਲਬਾਤ ਉਹਨੂੰ ਪਤਾ ਲੱਗਿਆ, ਉਹਨੇ ਕਿਹਾ ਵੀ ਆਹ ਗੱਲਾਂ ਬਾਤਾਂ ਬਵੀਨੇ ਤੋਂ ਫੌਜ ਆਈ, ਆਹ ਗੱਲਬਾਤ ਇਸ ਢੰਗ ਨਾਲ ਹੈ, ਤੇ ਸਾਡੇ ਕਹਿੰਦੇ 1.5 ਲੱਖ ਘੇਰਾ ਆਪਾਂ ਨੂੰ, 1.5 ਲੱਖ ਫੌਜ ਦਾ ਘੇਰਾ ਸੀਗਾ ਤੇ ਅੰਦਰ ਸੀਗੇ ਵੱਧ ਤੋਂ ਵੱਧ 2 ਜਾਂ 250 ਸਿੱਖ। ਬਿਲਕੁਲ ਹਾਂਜੀ
हाँ जी, तो ज्यादा सिंह जड़े मतलब जड़े दमदमी टकसाल के सी होर सिंघां ने भी मोर्चे में जिदा तुम पहला गल की बबर खालसा के सिंह अखंड कीर्तनी जथे के सिंह ज होर भी जथेबंदियां हो जड़ियाँ उत्थे मतलब जिन्होंने मोर्चे के बच्चे ज उस वे दरबार साहब हाजिर सी। हाँ जी बिल्कुल जी, अकाल फेडरेशन वाले सिंह जी, दल खालसा वाले सिंह। हाँ जी मतलब टकसाल सारिया संप्रदावान जो सिंह बाकी किसी टकसाल भी संप्रदा भी नहीं सी, लेकिन उन्होंने चाओ सीगा जूझण जो पंडित बच्चे आए थे उन्होंने भी मतलब के कई तो मतलब के जड़े ने सिंह 4 तरीक पहुंचे ने जी उ। अच्छा जी। हाँ जी सो उन्होंने शहीद हुए ने ते कई जिदा हम मतलब आप भी जिक्र करेंगे भी 6 जून तो बाद की होया जो बाद ने कि फोर्सा बनाईया किदा किदा जूझे आ जिन्हें बारे थोड़ी को जिनी की जानकारी हुई जरूर आप साझी करेंगे अज के प्रोग्राम की। हम आप समाप्ति लेने फिर भी आखिर के अज तुम गल कहनी चाहते हो तो कह सकते सारी संगत जिन्हें भी देश विदेशों में मीडिया राही सारे सिंह सरवण कर रहे हैं कि उन्होंने महान शहीदों आप शरदा के फुरज से अर्पण करते हैं, उन्होंने पाए हुए पूरन से चलन का यतन करिए, उन्होंने शहीदों के सुपने साकार करिए। बहुत बहुत मेहरबानी जी दर्शकों, ये सन बाबा मुख्तियार सिंह जी मुखी जी जिन्होंने मतलब बहुत ही सानू जानकारी भरपूर जानकारी जी दिती है ते असी तुहाडे सामने रखी आ तुहाडी कचहरी च रखी आ, इहदे ते आपां विचार वटांदरा भी करना अपनी भी सोच नूं सोचना आ कि असी की करते हैं तो जिहड़े पुराने सिंघां ने की कीता कौम लई। सो मिलांगे आपां अगले प्रोग्राम दे विच, अज इत्थे ही प्रोग्राम की समाप्ति है, तो कोई गलती हो गई हो खेमा दे जाचक मिलते हैं अगले प्रोग्राम दे विच, देखते रहो आवाजे कौम टीवी। वाहेगुरू जी का खालसा, वाहेगुरू जी की फतेह जी।